ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਇਹ ਹੈ ਰੱਬ ਦਾ ਬਣਾਇਆ ਬ੍ਰਹਿਮੰਡ ਤੇ ਇਸ ਬ੍ਰਹਿਮੰਡ ਚੋਂ ਰੱਬ ਨੇ ਇੱਕ ਸਭ ਤੋਂ ਸੋਹਣਾ ਗ੍ਰਹਿ ਇਨਸਾਨ ਵਾਸਤੇ ਚੁਣਿਆ ਜਿਸ ਨੂੰ ਅਸੀਂ ਧਰਤੀ ਕਹਿੰਦੇ ਹਾਂ। ਧਰਤੀ ਦੇ ਵਾਸਤੇ ਜ਼ਿਆਦਾਤਰ ਇਨਸਾਨ ਕਾਮ ਕ੍ਰੋਧ ਲੋਭ ਅਹੰਕਾਰ ਦੇ ਵਸ ਚ ਹਨ। ਇਨਸਾਨ ਪੈਸਾ ਸ਼ੋਹਰਤ ਕਮਾ ਕੇ ਸਭ ਕੁਝ ਭੁੱਲ ਜਾਂਦਾ ਹੈ, ਇੱਥੋਂ ਤੱਕ ਕਿ ਉਹ ਇਹ ਵੀ ਭੁੱਲ ਜਾਂਦਾ ਹੈ ਕਿ ਇੱਕ ਦਿਨ ਮਰਨਾ ਵੀ ਹੈ ਤੇ ਕਿਸੇ ਹੋਰ ਦੁਨੀਆਂ ਵਿੱਚ ਕਰਮਾਂ ਦਾ ਹਿਸਾਬ ਦੇਣਾ ਹੈ। ਸਾਡੀ ਕਹਾਣੀ ਦੇ ਮੁੱਖ ਪਾਤਰ ਜੱਗੇ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹ ਯਮਦੂਤਾਂ ਦੀ ਗਲਤੀ ਦੇ ਨਾਲ ਮਰ ਗਿਆ ਹੈ ਜਾਂ ਅਜੇ ਜਿਉਂਦਾ ਹੈ। ਆਓ ਦੇਖਦੇ ਹਾਂ ਧਰਤੀ ਤੋਂ ਦੂਰ ਯਮ ਲੋਕ 'ਚ ਇਹ ਕਿਹੜਾ ਭੰਬਲ ਭੂਸਾ ਚੱਲ ਰਿਹਾ ਹੈ। What nonsense! ਜਦੋਂ ਦੇ ਚਿਤਰਗੁਪਤ ਜੀ ਰਿਟਾਇਰ ਹੋਏ ਨੇ ਔਰ ਯਮ ਲੋਕ ਦਾ ਚਾਰਜ ਚਿੱਤਰ ਸਿੰਘ ਨੂੰ ਮਿਲਿਆ ਹੈ, ਤੁਹਾਡਾ ਸਾਰਿਆਂ ਦਾ ਬੇੜਾ ਗਰਕ ਹੋ ਗਿਆ। ਕਿਸੇ ਦਾ ਦਿਮਾਗ ਟਿਕਾਣੇ ਨਹੀਂ, ਕੋਈ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਆ ਵੇਖੋ, ਮਾਰਨਾ ਕਿਸੇ ਹੋਰ ਨੂੰ ਸੀ, ਉਹਦੇ ਕਿਸੇ ਹਮ ਸ਼ਕਲ ਦੇ ਪ੍ਰਾਣ ਕੱਢ ਲਿਆ ਹੋ ਤੁਸੀਂ, ਇਹ ਗਲਤੀ ਕਿਵੇਂ ਹੋਈ ਹੈ ਜੀ? ਆ ਗੋਰਾ ਜਮਦੂਤ ਜੀ ਕੋਈ ਕੰਮ ਸਿੱਧਾ ਕਰਦਾ ਹੀ ਨਹੀਂ, ਇਹ ਸ਼ਕਲੋ ਜਮਦੂਤ ਘੱਟ ਤਾਂ ਕਟੱਪਾ ਜ਼ਿਆਦਾ ਲੱਗਦਾ। ਬੱਡਾ ਕਹਿ ਰਿਹਾ ਵੱਡਾ ਸਨੀ ਦਿਓਲ, ਜਨਾਬ ਸਰ ਕਸੂਰੇ ਸੁਪਰਵਾਈਜ਼ਰ ਦਾ, ਇਹ ਫੋਟੋ ਨਾਲ ਲੋਕੇਸ਼ਨ ਹੋਰ ਭੇਜ ਦਿੰਦਾ, ਮੈਂ ਦੱਸੋ ਉੱਥੇ ਕੀ ਕਰਦਾ ਜੀ। ਉਹ ਗੰਜਿਆ, ਉਹ ਬੰਦਾ ਚੁੱਕਣ ਤੋਂ ਪਹਿਲਾਂ ਪਰਮਿਸ਼ਨ ਲੈ ਲਿਆ ਕਰੋ। ਅੱਛਾ, ਹੁਣ ਮੈਂ ਪਹਿਲਾਂ ਪਰਮਿਸ਼ਨ ਲਿਆ ਕਰਾਂ, ਹੱਥ ਜੋੜ ਕੇ ਕਹੂੰਗਾ ਜੀ ਮੈਂ ਜਮਦੂਤ, ਜੇ ਆਗਿਆ ਹੋਵੇ ਤਾਂ ਮੈਂ ਤੁਹਾਡੇ ਪ੍ਰਾਣ ਕੱਢ ਲਵਾਂ। ਓਏ, ਉਹ ਬੰਦੇ ਮਾਰਦਾ ਮਾਰਦਾ ਕਿਤੇ ਮੇਰੇ ਹੱਥੋਂ ਨਾ ਮਾਰਿਆ ਜਾਈ। ਚੰਗੀ ਭਲੀ ਤੇਰੀ ਰਿੱਛ ਤੇ ਗੈਂਡੇ ਮਾਰਨ ਦੀ ਡਿਊਟੀ ਹੁੰਦੀ ਸੀ, ਮੈਂ ਲਵਾਈ ਇੱਥੇ ਡਿਊਟੀ ਤੇਰੀ, ਭੁੱਲ ਗਿਆ ਤੂੰ? ਉਹ ਮੈਂ ਕਹਿ ਰਿਹਾ ਇੱਥੋਂ ਹੈੱਡ ਆਫਿਸ ਤੋਂ ਪਰਮਿਸ਼ਨ ਲੈ ਲਿਆ ਕਰੋ। ਉਹ ਜਨਾਬ ਇੱਥੋਂ ਪਰਮਿਸ਼ਨ ਕਿਵੇਂ ਲਵਾਂ ਜੀ, ਸਾਰੀਆਂ ਤਾਂ ਲਾਈਨਾਂ ਬਿਜ਼ੀ ਰੱਖਦੇ ਨੇ, ਪਤਾ ਨਹੀਂ ਕਿਹਦੇ ਨਾਲ ਚੈਟ ਕਰਦੇ ਰਹਿੰਦੇ ਨੇ। ਮੈਂ ਤੁਹਾਨੂੰ ਸਾਫ਼ ਗੱਲ ਦੱਸਦਾ, ਇਹ ਸਾਰਾ ਕਸੂਰ ਹੀ ਸੁਪਰਵਾਈਜ਼ਰ ਦਾ। ਜਨਾਬ ਝੂਠ ਬੋਲਦਾ ਜੀ, ਅਸਲ 'ਚ ਸਾਰਾ ਕਸੂਰ ਤੁਹਾਡਾ ਹੈ। ਅੱਛਾ ਜੀ, ਉਹ ਕਿਵੇਂ ਹਜ਼ੂਰ? ਤੁਸੀਂ ਯਮ ਲੋਕ ਨੂੰ ਕੰਪਿਊਟਰ 'ਚ ਬਣਾਇਆ ਹੀ ਕਿਉਂ? ਉਹ ਇਸ ਕਰਕੇ ਬਣਾਇਆ ਸੀ ਕਿ ਤੁਸੀਂ ਇਨਸਾਨ ਦੀ ਟੈਕਨੋਲੋਜੀ ਦਾ ਪੂਰਾ ਫਾਇਦਾ ਉਠਾ ਸਕੋ ਤੇ ਤੁਹਾਡੀਆਂ ਆਪਣੀਆਂ ਜਿਹੜੀਆਂ ਪਾਵਰਸ ਨੇ, ਆਪਣੀਆਂ ਸ਼ਕਤੀਆਂ ਨੇ, ਉਹ ਘੱਟ ਖਰਚ ਹੋਣ। ਸਾਡੀਆਂ ਸ਼ਕਤੀਆਂ ਦਾ ਕਿਹੜਾ ਬਿੱਲ ਆਉਂਦਾ ਜੀ, ਉਹੀ ਵਰਤ ਲੈਣ ਦਿਓ। ਵਾਹ, ਜਦੋਂ ਮੈਨੂਅਲੀ ਕੰਮ ਕਰਦੇ ਸੀ ਉਦੋਂ ਬੜੀ ਅਕਲ ਵਰਤਦੇ ਸੀ ਤੁਸੀਂ, ਕੀੜੇ ਦੀ ਜਾਨ ਲੈਣ ਵਾਸਤੇ ਭੇਜੀ ਤਾਂ ਸੀ, ਘੋੜੇ ਦੀ ਲੈ ਕੇ ਆ ਜਾਂਦੇ ਸੀ, ਸਾਨੂੰ ਰੱਖਣ ਨੂੰ ਥਾਂ ਨਹੀਂ ਸੀ ਲੱਭਦੀ। ਤੂੰ ਟਕਿਆ ਰਿਹਾ ਕਰ, ਤੈਨੂੰ ਮੈਂ ਦੱਸਾਂ, ਤੈਨੂੰ ਨਾਰਦਮੁਨੀ ਨੇ ਰਖਾਇਆ ਸਿਫਾਰਸ਼ੀ ਯਮਦੂਤਾ। ਮੈਂ ਹਿਸਾਬ ਲਾਇਆ ਤੁਸੀਂ ਨਾ ਮੈਨੂੰ ਬਹੁਤ ਈਜ਼ੀ ਲੈਣ ਲੱਗ ਪਏ ਹੋ ਸਾਰੇ ਜਣੇ, ਲੱਗਦਾ ਚਿੱਤਰ ਸਿੰਘ ਨੂੰ ਹੁਣ ਛਿੱਤਰ ਚੁੱਕਣਾ ਪੈਣਾ ਤੁਹਾਡੇ ਤੇ। ਕਿਆ ਹੋ ਰਿਹਾ ਵੀੜੂ, ਕਿਆ ਹੋ ਰਿਹਾ ਵੀੜੂ, ਕਿਆ ਹੋ ਰਿਹਾ ਵੀੜੂ? ਸ਼ੋਰ ਕਿਉਂ ਭਾਈ? ਵੈਸੇ ਸਨਾਟਾ ਹੁੰਦਾ ਜੀ, ਜੇ ਹੱਥ ਇਦਾਂ ਉੱਠ ਜੇ ਤੇ ਚਾਂਟਾ ਹੁੰਦਾ ਜੀ, ਵਿੱਚ ਨਹੀਂ ਬੋਲੀ ਦਾ ਹੁੰਦਾ। ਉਹ ਸ਼ਾਨਾ ਬਣ ਗਿਆ ਸਰ, ਇੱਕ ਬਹੁਤ ਵੱਡਾ ਪੰਗਾ ਪੈ ਗਿਆ ਜੀ। ਕਿਆ ਸੀ ਨੇ ਸਾਰੇ? ਬਦਤਮੀਜ਼ ਜਮਦੂਤ ਇੱਕ ਬੰਦੇ ਦੇ ਪ੍ਰਾਣ ਕੱਢ ਕੇ ਲਿਆਏ ਨੇ, ਉਹਦੀ ਤਾਂ ਜੇ ਉਮਰ ਹੀ ਬੜੀ ਪਈ ਸੀ, ਉਹਦੀ ਮੌਤ ਆਈ ਨਹੀਂ ਸੀ, ਐਵੇਂ ਚੱਕ ਲਿਆ ਇਹਨੇ। ਇਸਮੇ ਕੀ ਪ੍ਰੋਬਲਮ ਹੈ? ਵਾਪਸ ਸੇ ਉਸਕੀ ਬੋਡੀ ਮੇ ਡਾਲ ਦੇ। ਅਬ ਸਰ ਇਹੀ ਤਾਂ ਪ੍ਰੋਬਲਮ ਹੈ ਜੀ, ਨਹੀਂ ਪਾ ਸਕਦੇ, ਪਤਾ ਨਹੀਂ ਇਹ ਸੂਰ ਦੇ ਪੁੱਤਰ ਰਸਤੇ 'ਚ ਕਿੱਥੇ ਧੱਕੇ ਖਾਂਦੇ ਰਹੇ ਨੇ, ਜਦ ਤੱਕ ਉਹਨੂੰ ਲੈ ਕੇ ਥੱਲੇ ਉਹਦੇ ਸਰੀਰ ਦਾ ਅੰਤਿਮ ਸੰਸਕਾਰ ਹੋ ਗਿਆ। ਇਹ ਕੋਈ ਪ੍ਰੋਬਲਮ ਨਹੀਂ ਹੈ, ਬਹੁਤ ਬੜਾ ਪ੍ਰੋਬਲਮ ਹੈ। ਔਰ ਸਰ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ, ਜਿਹਨੂੰ ਇਹ ਮਾਰ ਕੇ ਲਿਆਏ ਨੇ ਨਾ, ਉਹ ਬੰਦਾ ਬਹੁਤ ਅੱਛਾ ਸੀ, ਜੈਮ ਆਫ ਦਾ ਪਰਸਨ ਸਰ। ਸ਼ੋ ਮੀ ਅ ਡੈਮੋ।
Yes, sure, sir. Volume, please. Oh, yes, sure, sir. जग जमिया ते मिलन वधाइया जग जमिया जग जमिया ते मिलन वधाइया वड्डा होके खोरे की बनू जगया जगया सिरे दी चलाक दुनिया ना जाई ठगया सिरे दी चलाक दुनिया ना जाई ठगया सिरे दी चलाक दुनिया ना जाई ठगया ये मजदूर कहाँ था कातिया काले पानी चले जाऊं पर कनेडा नहीं जांदा जगिया क्यों बल्ले 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 भाई एडा बड़ा मुल्क पर कंजरा कोले डोडे लाउण जोगी थां है नहीं डोडे हां एक महीना रह के आ गया मैनू डोडे नहीं मिले कि डोडिया खातर पोते पोतिया छड़ा है ओ छड़ता ओ भी मैनू गए डॉलर लई ओए मैं तो अज भी उत्थी बैठा जिथे जमिया सी ओ चल छड़ यार आ एनक दा शीशा पा लई ले फिर तोड़ता ता ओ एनक नू पहले ही पता लग जांदा है वी जग आऊगा शीशा पाऊगा चंगा ताया फिर की हुंदा रे पुत्त तू ले मौजा ताया ਤੀਜਾ ਸਾਲ ਹੈ ਮੈਨੂੰ ਤੇਰੇ ਵਿਆਹ ਲਈ ਹੋਸਟਲ ਚ ਛੁੱਟੀ ਲੈ ਕੇ ਆਉਂਦੀ ਦਾ ਤਿੰਨ ਸਾਲਾਂ ਚ ਬੀਏ ਪੂਰੀ ਹੋ ਜਾਂਦੀ ਹੈ ਪਰ ਤੇਰੇ ਕੋ ਇੱਕ ਭਾਬੀ ਫਾਈਨਲ ਨਹੀਂ ਹੋਈ ਵੀਰੇ ਉਹ ਬਸ ਕਰ ਤੂੰ ਤਾਂ ਜਲੀਲ ਕਰਨ ਦੀ ਟੇਪ ਹੀ ਚਲਾਤੀ ਚੱਲ ਚੱਕ ਬੈਗ ਹੁਣ ਤੈਨੂੰ ਕਾਲਜ ਛੱਡ ਕੇ ਆਵਾਂ ਤੇਰੀ ਨਾਮ ਦੀ ਸੁੱਕੀ ਹੈ ਦੂਸਰੇ ਦੇ ਟਾਈਮ ਦੀ ਕੋਈ ਵੈਲਿਊ ਹੀ ਨਹੀਂ ਜੱਗਿਆ ਤੂੰ ਉੱਠਿਆ ਨਹੀਂ ਅਜੇ ਤੱਕ ਸੂਰਜ ਸਿਰ ਤੇ ਚੜ ਆਇਆ बस एहो काम माड़ा तेरा कुम करन वांगू ना सुत्ता ही रहना उठता जग्गे जग्गे ठहर जरा फिर तू तैनू मैं दसदी हां 12 बजे तक तेरी अख नहीं ना खोलदी तैनू अज मैं ठाउनी है ठहर जरा देखी हुण किवें खुलदियां नींद उठ्या नहीं रिश्ता कोई जग उत्ते होवे भावे ना होवे पर हर जन्म दे विच तुयो मेरी मां होवे होर रिश्ता कोई जग उत्ते होवे भावे ना होवे पर हर जन्म दे विच तुयो मेरी मां पर मेरे दिल विच बस मेरी सोनी मां जीदे पैरा तो बगैर कदे जन्नत नहीं लभनी ना ही ममता ओदे जी कायनात च नहीं लभनी
ਦੀ ਠੰਡੀ ਛਾਂ ਨਿੱਕੀ ਉਹਦੀ ਬਾਂ ਨਾ ਹੀ ਇਹੋ ਜਿਹੀ ਪਾਕ ਦਰਗਾਹ ਨਹੀਂ ਉਹ ਲੱਭਣੀ ਕਿਸੇ ਨੂੰ ਐਸੀ ਮਾਂ ਨਹੀਂ ਉਹ ਲੱਭਣੀ ਮੇਰੀ ਮਾਂ ਜਿਹੀ ਮਾਂ ਨਹੀਂ ਉਹ ਲੱਭਣੀ ਕਿਸੇ ਨੂੰ ਐਸੀ ਮਾਂ ਨਹੀਂ ਉਹ ਲੱਭਣੀ ਮੇਰੀ ਮਾਂ ਜਿਹੀ ਮਾਂ ਨਹੀਂ ਉਹ ਲੱਭਣੀ ਜੱਗ ਉੱਤੇ ਕਿਸੇ ਨੂੰ ਐਸੀ ਮਾਂ ਨਹੀਂ ਲੱਭਣੀ ਮਾਰ ਤੇ ਰਿਹਾ ਕਰ ਬੇਬੇ ਬੇਬੇ ਤੂੰ ਮੈਨੂੰ ਇੰਨਾ ਪਿਆਰ ਕਰਦੀ ਹੈ ਜੇ ਮੈਨੂੰ ਕਿਸੇ ਦਿਨ ਕੁਛ ਹੋ ਗਿਆ ਫਿਰ ਇਹ ਕਿਹੋ ਜਿਹੀ ਗੱਲ ਕੀਤੀ ਤੂੰ ਹੈ ਉਹ ਕੰਨ ਤਾਂ ਛੱਡ ਤੈਨੂੰ ਕੁਛ ਨਹੀਂ ਹੋ ਸਕਦਾ ਜਦ ਤੱਕ ਤੇਰੀ ਬੇਬੇ ਜਿਉਂਦੀ ਹੈ ਤੇਰੇ ਵੱਲ ਆਉਂਦੀ ਮੌਤ ਮੇਰੇ ਤੋਂ ਹੋ ਕੇ ਗੁਜ਼ਰੂਗੀ ਅੱਛਾ ਇਨਸਾਨ ਹੈ ਅੱਛਾ ਇਨਸਾਨ ਹੈ ਜੀ ਅੱਛਾ ਇਨਸਾਨ ਹੈ ਹਾਂ ਅੱਛਾ ਇਨਸਾਨ ਨਹੀਂ ਹੈ ਬਹੁਤ ਅੱਛਾ ਇਨਸਾਨ ਯੈਸ ਸਰ ਬ੍ਰਿਲੀਅੰਟ ਅੱਛਾ ਇਨਸਾਨ ਤਾਂ ਹੈ ਹੀ ਨਾ ਉਹਨਾਂ ਸਿੱਧਾ ਤੇ ਬਹੁਤ ਭੋਲਾ ਵੀ ਹੈ ਅੱਛਾ ਤੈਨੂੰ ਕਿਵੇਂ ਪਤਾ ਮੈਂ ਜਦੋਂ ਉਸਨੂੰ ਲਿਆ ਰਿਹਾ ਸੀ ਨਾ ਸਰ ਸ਼ੁਕਰ ਹੈ ਰੱਬਾ ਸੁਪਨਾ ਸੀ ਮੈਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਮੈਨੂੰ ਗੋਲੀ ਮਾਰਤੀ ਹੁੰਦੀ ਔਰ ਮੈਂ ਮਰ ਗਿਆ ਹੁੰਦਾ ਉਹ ਸੁਪਨਾ ਨਹੀਂ ਭਰਾਵਾ ਤੂੰ ਸੱਚੀ ਮਰ ਗਿਆ ਹੈ ਮਰ ਗਿਆ ਆਹੋ ਤੇਰਾ ਕੀ ਮਤਲਬ ਮੈਂ ਭੂਤ ਹਾਂ ਉਹ ਭੂਤਨੀ ਦੇ ਪੈਰ ਤਾਂ ਸਿੱਧੇ ਆ ਮੇਰੇ ਓਏ ਭੂਤਨੀ ਹੁਣ ਤੂੰ ਆਤਮਾ ਹੈ ਤੇਰੇ ਪ੍ਰਾਣ ਮੈਂ ਤਾਂ ਕੱਢੇ ਨੇ ਯਾਰ ਤੇਰੇ ਪ੍ਰਾਣ ਮੈਂ ਹੀ ਤਾਂ ਕੱਢੇ ਨੇ ਮੇਰੇ ਤਾਂ ਦੰਦ ਨਾ ਕਢਾ ਲਈ ਨਾਲੇ ਆ ਕੀ ਜਲੂਸ ਕੱਢਿਆ ਆਪਣਾ ਓ ਜਲੂਸ ਨਹੀਂ ਭਰਾਵਾ ਇਹ ਮੇਰੀ ਯੂਨੀਫਾਰਮ ਹੈ ਤੇ ਮੈਂ ਜਮਦੂਤ ਹਾਂ ਜਮਦੂਤ ਹੈ ਹਾਂ ਫਿਰ ਝੋਟਾ ਕਿੱਥੇ ਆ ਤੇਰਾ ਭਰਾਵਾ ਝੋਟੇ ਵਾਲੇ ਵੇਲੇ ਲੱਤ ਗਏ ਹੁਣ ਅਸੀਂ ਹਾਈਟੈਕ ਹੋ ਗਏ ਆ ਲਿਫਟਾਂ ਲਵਾ ਲਈਆਂ ਲਿਫਟਾਂ ਓ ਤੇਰੀ ਓ ਲਿਫਟ ਜਾ ਕਿੱਥੇ ਰਹੀ ਹੈ ਹਾਲ ਤਾਂ ਧਰੂਤ ਵਾਲੀ ਟੱਪੇ ਹੈ ਪਰ ਆਪਾਂ ਜਾ ਰਹੇ ਹਾਂ ਜਮ ਲੋਕ ਤੇ ਮੈਂ ਉੱਥੋਂ ਦਾ ਬਹੁਤ ਹੀ ਸਿਆਣਾ ਤੇ ਸਮਝਦਾਰ ਜਮਦੂਤ ਹੈ ਮੇਰਾ ਨਾਮ ਹੈ ਗੋਰਾ ਰੰਧਾਵਾ ਗੋਰਾ ਰੰਧਾਵਾ ਹਾਂ ਉਹ ਤੁਹਾਡੇ 'ਚ ਵੀ ਗੋਤਾਂ ਹੁੰਦੀਆਂ ਓਏ ਹੁੰਦੀਆਂ ਨਹੀਂ ਮੈਂ ਰੰਧਾਵਾ ਲਾਇਆ ਕਿਉਂ ਕਿਉਂਕਿ ਰੋਵ ਸ਼ੋ ਪੈਂਦਾ ਰਹਿੰਦਾ ਹੈ ਅੱਗੇ ਜਦੋਂ ਕਦੇ ਲੋਕਾਂ ਜਾਈਦਾ ਸੀ ਤਾਂ ਲੋਕੀ ਕਹਿੰਦੇ ਸੀ ਜਮਦੂਤ ਆਇਆ ਜਮਦੂਤ ਆਇਆ ਹੁਣ ਪਰ ਹੁਣ ਜਦੋਂ ਜਾਈਦਾ ਨਾ ਤਾਂ ਲੋਕੀ ਕਹਿੰਦੇ ਨੇ ਰੰਧਾਵਾ ਸਾਹਿਬ ਆਏ ਨੇ ਬੱਲੇ ਬਈ ਰੰਧਾਵਾ ਸਾਹਿਬ ਚਿੱਤਰ ਸਿੰਘ ਆਪਣਾ ਚਤੁਰ ਦਿਮਾਗ ਯੂਜ ਕਰ ਭਿੜੋ ਇਹ ਲੋਚੇ ਸੇ ਨਿਕਾਲ ਮੇਰੇ ਕੋ ਬਸ ਆਈ ਹੈਵ ਐਨ ਆਈਡੀਆ ਟੈਲ ਮੀ ਸਰ ਦਰਅਸਲ ਜਿਹੜੇ ਬੰਦੇ ਦੇ ਭੁਲੇਖੇ ਅਸੀਂ ਇਹਦੀ ਜਾਨ ਕੱਢ ਕੇ ਲਿਆਂਦੀ ਹੈ ਕਿਉਂ ਨਾ ਇਹਦੀ ਜਾਨ ਉਹਦੇ 'ਚ ਪਾ ਦਈਏ ਬ੍ਰਿਲੀਅੰਟ ਥੈਂਕ ਯੂ ਬ੍ਰਿਲੀਅੰਟ ਬਟ ਬਾਸ ਇਹਦੇ ਵਿੱਚ ਵੀ ਇੱਕ ਪ੍ਰੋਬਲਮ ਹੈ ਓਕੇ ਦਰਅਸਲ ਉਹ ਬੰਦਾ ਨਾ ਪਲੀਜ਼ ਸ਼ੋ ਯਾ ਯਾ ਸ਼ੋਰ ਸ਼ੋਰ ਸਰ ਯੈਸ ਸਰ ਹੇਅਰ ਵੀ ਗੋ ਸਰ ਥੈਂਕ ਯੂ ਚੀਜ਼ ਆ ਓਏ ਭਾਈ ਥੋੜਾ ਆਰਾਮ ਨਾ ਹੈਲੋ
डीएसपी रेट दस किन्ने पैसे मारा तेरे मुंह ते 2 लाख 5 लाख डीएसपी तू बहुत बड़ी गलती कर ली है साडा इलाका इलाके कुत्तियां दे हुंदे है साडे जट्टां दे इलाके नहीं हुंदे जट जिथे खड़ जावे ना उत्थे खुद ब खुद बन जांदा है जाटिस्तान जाटिस्तान फिर एमएलए होवे या होम मिनिस्टर जाके कह दे उन्हें डीएसपी दलजीत सिंह नु खरीदना इना सौखा नहीं लड़का तो ये सही लग रहा है भिड़ू बड़े ने फिर इसकी टिकट इतनी जल्दी काटने की क्यों सोचा पिक्चर अभी बाकी है मेरे बॉस अजय तो इंटरवल हो यार पॉपकॉर्न की वेट कर रहा है क्या लगा यस सर ਇਹ ਨਵੇਂ ਡੀਐਸਪੀ ਦਾ ਕੰਮ ਹੈ ਮਾਮਾ ਜੀ ਮੈਂ 5 ਲੱਖ ਆਫਰ ਕੀਤਾ ਸੀ ਡੀਐਸਪੀ ਨੂੰ ਆ ਦੇਖੋ ਕੀ ਹਾਲ ਕਰਤਾ ਮੇਰਾ ਨਿਰਪਏ ਤਾਂ ਪਏ ਪੂਰੇ ਪੰਜਾਬ ਨੂੰ ਹੈ ਇਹੋ ਜਿਹੇ ਇਮਾਨਦਾਰ ਅਫਸਰ ਮੇਰੇ ਇਲਾਕੇ ਚ ਕਿਵੇਂ ਆਇਆ ਡੈਡੀਓ ਇਮਾਨਦਾਰ ਨਹੀਂ ਨਵਾਂ ਨਵਾਂ ਡੀਐਸਪੀ ਬਣਿਆ ਨਾ ਤਾਂ ਹੀ ਐਟੀਟਿਊਡ ਦਿਖਾ ਰਿਹਾ ਐਟੀਟਿਊਡ ਤਾਂ ਜਵਾਕੜੇ ਦਿਖਾਉਂਦੇ ਆ ਮੈਂ ਤਾਂ ਬੰਦੇ ਨੂੰ ਉਸਦੀ ਔਕਾਤ ਦਿਖਾਉਂਦਾ ਜਾ ਕੇ ਕਹਿ ਦੇ ਆਪਣੇ ਪਿਓ ਨੂੰ ਮੈਨੂੰ ਉਸਦੇ ਡਰੱਗਸ ਲੈਂਡ ਮਾਫੀਆ ਸਮਗਲਿੰਗ ਤੇ ਹਰ 2 ਨੰਬਰ ਦੇ ਬਿਜ਼ਨਸ ਦੇ ਵਿੱਚ ਬਰਾਬਰ ਦੀ ਹਿੱਸੇਦਾਰੀ ਚਾਹੀਦੀ ਹੈ ਜੇ ਨਾ ਮੰਨੀਏ ਫਿਰ ਆਪਣੀ ਮੌਤ ਨੂੰ ਰੱਬ ਦਾ ਭਾਣਾ ਮੰਨ ਲਈ ਡੈਡੀ ਉਹਨੂੰ ਦਫਾ ਕਰੋ ਇੱਥੋਂ ਸਿਰੇ ਦਾ ਲਾਲਚੀ ਬੰਦਾ ਹੈ ਲਾਲਚ ਲਾਲਚ ਬੰਦੇ ਤੋਂ ਕੁਛ ਵੀ ਕਰਵਾ ਸਕਦਾ ਹੈ ਬੁਲਾ ਕੇ ਲਿਆ ਕਮੀਆਂ ਤਾਂ ਹੋਰ ਵੀ ਬਥੇਰੀਆਂ ਨੇ ਜੱਟ ਚ ਪਰ ਕੋਈ ਸਾਲਾ ਕੱਢ ਕੇ ਤਾਂ ਵਿਖਾਵੇ
खोलन च नहीं देर क्यों लाई? तू मेरा नौकर है या मैं तेरा? दबाओ राबिया। मैं नहीं राबिया, मैं की साबित करना चाहना है कि डीएसपी दलजीत सिंह शराबी है? औकात चिरया कर वरना दुनिया च नहीं रहेगा। दलजीत कोई तो शर्म कर ले, ओदी उम्र दा लिहाज कर ले। ओ बुढ़िए जड़े दो चार साल कटने ही कट ले। मेरे वर्गा पुत जमण ते मावा आप फा ला के मर जांदियां ने। तू बेशर्मा दी तरह पता नहीं किवें जीवी जानी है। हे वाहेगुरु इनु समत बख्श। बुरा बंदा है, बुरा बंदा, बुरा बंदा, बुरा बंदा है जी। हाँ बुरा बंदा नहीं है, बहुत बुरा है। बहुत बुरा। वैसे सर मेरे को एक हाल है। ओ तू रहने दे यार, हम मिलकर सॉल्व करते हैं इसको। कहाँ है वो? वेटिंग हॉल जी वेट कर रहे हैं जी। बुला यार उसको, बुला इधर। बुला यार, बुला उसको। बुला यार, बुला। जैकी श्रॉफ। कौन है, कौन जैकी श्रॉफ? सर मात लोक विच बड़े बड़े मूवी एक्टर ने सुपरस्टार असर तोड़ना शक्ल मिल दी है। अच्छा इतना हैंडसम? अब हेलो जैकी श्रॉफ नहीं है ये, धर्मराज जी ने, रिस्पेक्ट करो। हुण तुसी ऐ ना कहना कि तुसी गुरप्रीत घुग्गी नहीं हैगे। ओ सच्ची सच्ची दसो यार केड़ी फिल्म दी शूटिंग चल रही है इत्थे? ओ कोई फिल्म दी शूटिंग नहीं चल रही यार, कमाल है यमलोक है, ये धर्मराज जी ने, मैं चित्र सिंह आ, चित्र गुप्त दी थां ते हुणे मेरी पोस्टिंग हुई है। एब्सोल्युटली। पर तुहाडियां शक्लां ते ओए बड़े भाई की फैक्ट्री में एक थोबड़े का साथ बनता है, कहीं भी हो सकता है, यू नो व्हाट आई मीन। वही मिस्टेक से तू इधर आया है? मतलब? मतलब ये है कि तेरी शक्ल दा कोई होर बंदा सी, ओदा टाइम पूरा हो गया सी, ये लैन गए सी ओनू ते चक के तैनू ले आया, एदी मिस्टेक है। एब्सोल्युटली राइट। एदी मिस्टेक ना, ओ मेरी तो जिंदगी भी एक मिस्टेक सी। माड़े ग्रह दी तरह जेदे नेड़े लग्या ओदा बेड़ा तबाह करता, ना तो अपने दोस्त दा सुपना पूरा कर पाया, ना ही अपनी माँ का कपत्ती सस बनने का सुपना पूरा कर पाया। वो तो बेचारी प्रैक्टिस करती रहेगी। हाय मेरे रब्बा, मैं अपना सोने वर्गा पुत डूबता। जा सारे घर दे काम करके इधर आ, नहीं तो जुत्तियां खाएंगी मेरे तो। बीजी इस तरह ना को, बीजी बीजी मैनू ना मेरे मापे ने बड़े लाडा नाल बड़े चावा नाल पाले, बीजी प्लीज इस तरह ना बोलो बीजी। बड़ी फूला रानी ਇੱਥੇ ਨੀ ਚੱਲਣਾ ਤੇਰੇ ਪਖੰਡ ਪਖੁੰਡ, ਆ ਕੇ ਮੇਰੀਆਂ ਲੱਤਾਂ ਘੁੱਟ, ਦੁਖੰਡੀਆਂ ਨਾ। ਬੇਬੇ ਜਿੱਤੇ ਗਲਾ ਗਲਾ ਦੁਖਦਾ ਹੋਇਆ ਦਾਸ ਨੂੰ ਵੀ ਸੇਵਾ ਦਾ ਮੌਕਾ ਦਿਓ। ਆ ਮਰ ਜਾਣਾ ਨਾ ਹੋਵੇ ਤੇ। ਉਹ ਬੇਬੇ ਆ ਕਪੱਤੀ ਸੱਸ ਬਣਨ ਦਾ ਸੁਪਨਾ ਛੱਡ ਤੇ ਆਪਣੇ ਪੋਤੇ ਪੋਤੀਆਂ ਖਿਡਾਉਣ ਦਾ ਸੁਪਨਾ ਵੇਖ। ਉਹ ਯਾਰ ਇੰਨੀ ਪ੍ਰੈਕਟਿਸ ਤਾਂ ਮੈਂ ਪੁਲਿਸ 'ਚ ਭਰਤੀ ਹੋਣ ਵੇਲੇ ਨਹੀਂ ਕੀਤੀ ਸੀ ਜਿੰਨੀ ਆ ਬੇਬੇ ਕਪੱਤੀ ਸੱਸ ਬਣਨ ਵਾਸਤੇ ਕਰ ਰਹੀ ਹੈ। ਵੈਸੇ ਪ੍ਰੈਕਟਿਸ ਕਰਨ ਦੀ ਕੀ ਲੋੜ ਹੈ, ਉਹੀ ਹੈਗੀ ਹੈ। ਤੂੰ ਵਿੱਚ ਨਾ ਬੋਲ, ਨਹੀਂ ਤਾਂ ਮੈਂ ਤੈਨੂੰ ਭੜਕਾ ਦਊਂ। ਉਹ ਬੇਬੇ ਫੁੱਟਬਾਲ ਵਰਗੀ ਤਾਂ ਪਈ ਹੈ, ਮੈਨੂੰ ਕਿਵੇਂ ਭੜਕਾਏਂਗੀ ਤੂੰ? ਜੱਗਿਆ ਤੂੰ ਮੈਨੂੰ ਫੜ ਲਾ, ਨਹੀਂ ਤਾਂ ਮੈਂ ਇਹਨੂੰ ਮਿੱਧ ਦਊਂ। ਉਪਰਾ ਕੱਸ ਕੇ ਫੜੀ, ਬੇਬੇ ਮਿੱਧ ਵੀ ਸਕਦੀ ਹੈ, ਰੋੜੀ ਕੁੱਟਣੇ ਵਰਗੀ ਤਾਂ ਪਈ ਹੈ। ਉਹ ਬੇਬੇ ਤੈਨੂੰ ਜਾਣ ਕੇ ਸਤਾਉਂਦਾ, ਚੱਲ ਭੁੱਖ ਬਹੁਤ ਲੱਗੀ ਆ, ਆ ਰੋਟੀ ਖਾਈਏ। ਉਵੇਂ ਤੈਨੂੰ ਮੈਂ ਖਵਾਉਣੀ ਦੇਸੀ ਘਿਓ ਦੇ ਪਰੌਂਠੇ। ਉਹ ਸਤਿ ਸ਼੍ਰੀ ਅਕਾਲ ਭਾਬੀ ਜੀ, ਕੀ ਹਾਲ ਨੇ, ਅੱਜ ਦਾਲ ਸਬਜ਼ੀ ਕੀ ਬਣਾਈ ਹੈ? ਉਹ ਆ ਕੀ? ਉਹ ਭਾਬੀ ਨਾਲ ਮੈਂ ਵੀ ਪ੍ਰੈਕਟਿਸ ਕਰ ਲਾਂ ਵਖਿਆ। ਨੀ ਭੈਣੇ ਸਾਡੇ ਦੇਖਣ ਚ ਤਾਂ ਪਰਿਵਾਰ ਬਾਹਲਾ ਹੀ ਚੰਗਾ। ਨੀ ਪਰਿਵਾਰ ਤੇ ਭਾਵੇਂ ਮਾੜਾ ਹੀ ਹੋਵੇ ਪਰ ਕੁੜੀ ਨਰਮ ਚਾਹੀਦੀ ਹੈ, ਜਿਹੜੀ ਅੱਖ ਚ ਪਾਈ ਨਾ ਰੜਕੇ। ਨੀ ਕੁੜੀ ਕਾਹਦੀ, ਨੀਰੀ ਗਊ ਹੈ ਗਊ। ਨੀ ਕਈ ਵਾਰੀ ਤਾਂ ਭੁਲੇਖੇ ਚ ਲੋਕੀ ਪੇੜਾ ਵੀ ਮੂੰਹ ਚ ਪਾ ਜਾਂਦੇ ਨੇ। ਬਸ ਮੇਰੀ ਵੀ ਇਹੋ ਤਮੰਨਾ ਸੀ ਭੈਣੇ, ਭਈ ਮੈਨੂੰ ਇਹੋ ਜਿਹੀ ਸਾਊ ਨਾ ਮਿਲੇ ਕਿ ਮੈਂ ਉਹਦੇ ਤੇ ਜ਼ੁਲਮ ਕਰੀ ਜਾਵਾਂ ਕਰੀ ਜਾਵਾਂ ਕਰੀ ਜਾਵਾਂ। ਉਹ ਕਿਉਂ? ਨੀ ਕੀ ਦੱਸਾਂ ਭੈਣੇ, ਮੇਰੀ ਸੱਸ ਬਾਹਲੀ ਚੰਦਰੀ ਸੀ, ਮੇਰੇ ਤੇ ਜ਼ੁਲਮ ਕਰਨੋਂ ਨਹੀਂ ਸੀ ਹਟਦੀ। ਬਸ ਹੁਣ ਤੇ ਇੱਕ ਵਾਰੀ ਮੇਰੇ ਘਰ ਨਾ ਆ ਜੇ, ਜੇ ਆਉਂਦੀ ਨੂੰ ਲੰਗ ਮਾਰਨ ਨਾ ਲਾਤਾ, ਮੇਰਾ ਨਾਂ ਵੀ ਕਰਤਾਰੋ ਨੀ। ਨੀ ਸੱਸ ਦਾ ਗੁੱਸਾ ਨੌਂ ਦੇ ਗਾਂ ਨੂੰ ਲਾਉਣਾ। ਨੀ ਸੱਸ ਤੇ ਮੇਰੀ ਮਰ ਗਈ,
ਜੇ ਕਿਤੇ ਬੁੱਢੇ ਬਾਰੇ ਮੇਰੇ ਸੂਤ ਆ ਜਾਂਦੀ ਨਾ ਕੱਢ ਤਾਂ ਮੈਂ ਰੜਕਾਂ ਦੇਣੀਆਂ ਸੀ। ਚੱਲ ਕੋਈ ਨਾ, ਤੂੰ ਆ ਰਿਸ਼ਤਾ ਕਰਾ, ਬਸ ਮੇਰੀ ਨੂੰਹ ਆ ਜੇ, ਮੈਂ ਆਪਣੇ ਸਾਰੇ ਚਾਅ ਪੂਰੇ ਕਰ ਲੈਣੇ ਆ। ਬਸ ਤੂੰ ਇਸ ਗੱਲ ਦੀ ਪਰਵਾਹ ਨਾ ਕਰ, ਤੂੰ ਆ ਨਵੇਂ ਨਵੇਂ ਤਾਨੇ ਮੀਣੇ ਸਿੱਖ ਜਿਹੜੇ ਆਉਂਦੇ ਹੀ ਆਪਣੀ ਨੂੰਹ ਨੂੰ ਦੇਣੇ ਨੇ। ਚੰਗਾ ਮੈਂ ਚੱਲਦੀ ਆ, ਤੂੰ ਕਰ ਜੱਗੇ ਦੇ ਵਿਆਹ ਦੀਆਂ ਤਿਆਰੀਆਂ। ਚਾਹ ਤੇ ਪੀ ਜਾ। ਚਾਹ ਵੀ ਜੱਗੇ ਦੇ ਵਿਆਹ ਤੇ ਪੀਊਂਗੀ। ਬਸ ਇੱਕ ਵਾਰੀ ਮੇਰੀ ਨੂੰਹ ਆ ਜੇ, ਫੇਰ ਵੇਖੀ ਸਾਡੇ ਕਲੇਸ਼ ਦੀਆਂ ਕੂਕਾਂ ਸਾਰਾ ਪਿੰਡ ਸੁਣਿਆ ਕਰੂਗਾ। ਮੇਰੀ ਇੱਕ ਗੱਲ ਸੁਣ ਲਾ ਧਿਆਨ ਨਾਲ, ਦਾਚ ਮੈਨੂੰ ਗੱਡੀ ਚਾਹੀਦੀ ਆ, ਤੇ ਇੱਕ ਗੱਲ ਹੋਰ, ਜੇ ਕੁੜਮਣੀ ਨੇ ਮੈਨੂੰ ਕਿੱਟੀ ਸੈੱਟ ਨਾ ਪਾਇਆ ਆਪਣਾ ਮੁੰਡਾ ਵਾਪਸ ਲੈ ਜਾਊ ਮੈਂ। ਕੱਢਾ ਵਿਚੋਲਣ ਨੂੰ ਬਾਹਰ ਕਿੱਥੇ ਆ, ਨੰਗਾ ਦੇ ਮੱਥੇ ਲਾਤਾ ਸਾਨੂੰ, ਸਮਝਿਆ ਕੀ ਤੁਸੀਂ ਸਾਨੂੰ? ਅਰਥ ਨਾ ਕਰੋ ਭੈਣ ਜੀ, ਮੈਂ ਆਪਣੀ ਚੁੰਝੀ ਤੁਹਾਡੇ ਕਦਮਾਂ ਚ ਰੱਖਦੀ ਆ ਭੈਣ ਜੀ। ਅਸੀਂ ਬਹੁਤ ਗਰੀਬ ਆ, ਗੱਡੀ ਨਹੀਂ ਦੇ ਸਕਦੇ। ਬੇਬੇ ਆ ਕੀ ਹੈ ਯਾਰ, ਤੇਰੇ ਆ ਕਪੱਤੀ ਸੱਸ ਬਣਨ ਦੇ ਸੁਪਨੇ ਨੇ ਮੇਰੇ ਵਿਆਹ ਦੇ ਸੁਪਨੇ ਦਾ ਬੇੜਾ ਗਰਕ ਕੀਤਾ ਹੋਇਆ। ਬਾਹਰ ਜਾਂਜੀ ਸਵੇਰ ਦੇ ਭੁੱਖੇ ਬੈਠੇ ਆ, ਪੁੱਛਦੇ ਆ ਕਿਤੇ ਜਾਣਾ ਮਰਨਾ ਹੈ ਜਾਂ ਘਰਾਂ ਨੂੰ ਜਾਈਏ। ਹਾਏ ਮੈਂ ਮਰ ਗਈ, ਮੈਨੂੰ ਤਾਂ ਚੇਤਾ ਹੀ ਭੁੱਲ ਗਿਆ, ਭੁੱਖ ਤੇ ਮੈਨੂੰ ਵੀ ਬੜੀ ਲੱਗੀ ਹੈ। ਚਲੋ 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 ਚਲੋ। ਚੱਲ ਕਰਤਾਰੋ ਛੇਤੀ ਚੱਲੀਏ, ਕੁੜੀ ਫੇਰ ਨਾ ਕਿਸੇ ਨਾਲ ਨਿਕਲ ਜੇ। ਤੈਨੂੰ ਸੁਮੋ ਚ ਬੈਠਣ ਦੀ ਬਹੁਤੀ ਕਾਹਲੀ ਆ, ਚੁੱਪ ਕਰਕੇ ਬੱਤਾ ਪੀ, ਖਬਰਦਾਰ ਮੇਰੇ ਤੇ ਹੁਕਮ ਚਲਾਇਆ ਤੇ। ਓ ਬੰਦ ਕਰੋ ਨੱਚਣਾ, ਕੁੜੀ ਭੱਜ ਗਈ ਏ। ਸਿਹਰਾ ਤੇ ਮੇਰੇ ਮੱਥੇ 3 ਵਾਰੀ ਬੰਨਿਆ, ਪਰ ਸਹੁਰਾ 1 ਵਾਰ ਵੀ ਮੱਥੇ ਨਹੀਂ ਲੱਗਿਆ। ਐਨ ਮੌਕੇ ਤੇ ਕੁੜੀ ਭੱਜ ਜਾਂਦੀ ਸੀ। ਫਿਰ ਮੇਰੇ ਦੋਸਤ ਨੇ ਇਹਦਾ ਹੱਲ ਕੱਢਿਆ ਤੇ ਮੈਨੂੰ ਇੱਕ ਸਲਾਹ ਦਿੱਤੀ। ਜੱਗਿਆ, ਇੱਕ ਗੱਲ ਕਹਾਂ ਓਏ? ਦੱਸ ਯਾਰ। ਜਿਹੇ ਜੇ ਤੇਰੇ ਲੱਛਣ ਨੇ ਨਾ, ਵਿਆਹ ਬੋਲੀ ਹੁੰਦਾ ਤੇਰਾ। ਅੱਛਾ, ਤੂੰ ਐ ਕਰ, ਕੋਈ ਕੁੜੀ ਭਜਾ ਕੇ ਲੈ ਜਾ। ਯਾਰ ਪਾਗਲ ਹੋ ਗਿਆ, ਜਿਹੜੀਆਂ ਮੇਰੇ ਲੜ ਲੱਗਣੀਆਂ ਸੀ ਮੈਂ ਤਾਂ ਉਹਨਾਂ ਨੂੰ ਭਜਨੋਂ ਨਹੀਂ ਰੋਕ ਸਕਿਆ, ਮੈਂ ਕਿਸੇ ਦੀ ਕਿਤੋਂ ਭਜਾ ਕੇ ਲੈ ਜਾ ਯਾਰ। ਕਈ ਵਾਰੀ ਕੁੱਬੇ ਦੇ ਲੱਤ ਮਾਰੀ ਸੂਤ ਆ ਜਾਂਦੀ ਹੁੰਦੀ ਹੈ, ਗੱਲ ਕੋਈ ਪਤਾ ਨਹੀਂ ਹੁੰਦਾ ਵੀ ਵਿਆਹ ਵਾਲੀਆਂ ਭੱਜ ਗਈਆਂ ਹੋਣ ਤੇ ਭਜਣ ਵਾਲੀਆਂ ਵਿਆਹ ਕਰਾ ਲੈਣ। ਸਹੀ ਗੱਲ ਹੈ। ਕੱਲ ਨਾ ਰਾਣੂ ਦਾ ਫੋਨ ਆਇਆ ਸੀ, ਉਹ ਕਹਿੰਦੀ ਛਿੰਦੋ ਘਰੋਂ ਭੱਜਣ ਨੂੰ ਫਿਰਦੀ ਆ ਕੱਲ ਨੂੰ। ਉਹ ਛਿੰਦੋ ਜਿਹੜੀ ਸਾਡੇ ਨਾਲ ਪੜ੍ਹਦੀ ਹੁੰਦੀ ਸੀ? ਰਾਣੋ ਦੱਸਦੀ ਸੀ ਵੀ ਘਰ ਦੇ ਉਹਦਾ ਧੱਕੇ ਨਾਲ ਵਿਆਹ ਕਰਨ ਨੂੰ ਫਿਰਦੇ ਆ, ਉਹਨੂੰ ਮੁੰਡਾ ਨਹੀਂ ਪਸੰਦ, ਉਹ ਭਜਾ ਲੈ ਕੰਜਰਾ ਉਹਨੂੰ, ਤੇਰਾ ਘਰ ਬਸ ਜੂ। ਜਾਣਦਾ ਆ ਕੀ ਆ, ਮਾਰ ਦਿਆਂ ਗੋਲੀ, ਮਾਰ ਦਿਆਂ, ਮਾਰ ਦਿਆਂ। ਚੰਗਾ ਸਾਡੀ ਛਿੰਦੋ ਨੂੰ ਲੈ ਕੇ ਭੱਜ ਗਿਆ। ਕੀ ਭੈਣ ਨੂੰ ਲੈ ਕੇ ਭੱਜ ਗਿਆ? ਆਏ ਓ ਰੱਬਾ,
इतनी सोहनी कुड़ी मेरी किस्मत च लिखी सी। थैंक यू रब्बा, मैं तो यकीन ही नहीं हो रहा। जगिया हाँ, आज मैंने ब्याह चो भजा के ना तू मेरा दिल जीत लिया। ते हाँ सच, बाली इंप्रेस हाँ मैं तेरे तो। चंगा होया पहलियां तोड़ गईयां। ਵਾ ਕੀ ਕਰੀ ਜਾਣਾ ਰੋਡ ਦੇ ਵਿਚਾਲੇ ਖੜਾ ਹੈ, ਪਾਗਲ ਹੈ, ਮਰਨਾ ਹੀ। ਉਹ ਜੇ ਮਰਨਾ ਹੀ ਹੁੰਦਾ ਤਾਂ ਤੇਰੀ ਹੈਲਪ ਲੈਂਦਾ ਜੱਗਿਆ, ਇਹਨੂੰ ਮੈਂ ਆਪ ਹੀ ਨਾ ਕੱਢ ਲਿਆਂਦਾ। ਮੈਂ ਤੇ ਜੀਣਾ ਚਾਹਨਾ ਉਹ ਵੀ ਆਪਣੀ ਜੱਸੀ ਦੇ ਨਾਲ। ਜੱਗੇ ਜੇ ਤੂੰ ਨਾ ਹੁੰਦਾ ਨਾ ਪਤਾ ਨਹੀਂ ਸਾਡਾ ਕੀ ਹੋਣਾ ਸੀ। ਮੈਂ ਨਾ ਇਹਨੂੰ ਬਹੁਤ ਪਿਆਰ ਕਰਦਾ। ਪਿਆਰ? ਤਾਂ ਹੀ ਤਾਂ ਭੱਜਣਾ ਚਾਹੁੰਦੀ ਸੀ। ਤੂੰ ਮੇਰਾ ਕੰਮ ਬਹੁਤ ਆਸਾਨ ਕਰਤਾ। ਥੈਂਕ ਯੂ ਵੀਰੇ। ਵੀਰੇ यार बाकी सब तो ठीक है पर वीरा ਸਸਕਾਰ ਹੋ ਚੁੱਕਾ, ਪਤਾ ਨੀ ਕਾਹਦੀ ਕਾਲੀ ਪਈ ਸੀ ਤੇਰੇ ਘਰਦਿਆਂ ਨੂੰ ਤੈਨੂੰ ਸਾੜਨ ਦੀ। ਚਲੋ ਕੋਈ ਨਾ, ਥੱਲੇ ਕਿਹੜਾ ਡੀਐਸਪੀ ਲੱਗਿਆ ਸੀ, ਧੱਕੇ ਹੀ ਖਾਈਦੇ ਸੀ, ਇੱਥੇ ਹੀ ਰਹਿ ਜਾਂਦੇ ਆ। ਇੱਥੇ ਨਹੀਂ ਨਾ ਰੱਖ ਸਕਦੇ, ਸਿਆਪਾ ਤਾਂ ਇਹੀ ਹੈ, ਤੂੰ ਸਾਡੇ ਰਿਕਾਰਡ 'ਚ ਹੀ ਨਹੀਂ ਚੜਿਆ ਅਜੇ ਤੱਕ। ਉਹ ਤਾਂ ਫਿਰ ਇਲੀਗਲ ਇਮੀਗ੍ਰੇਸ਼ਨ ਹੋ ਗਈ ਨਾ। ਉਹ ਆ ਕਿਹੜੇ ਭੰਬਲ ਭੂਸੇ 'ਚ ਪਾਇਆ ਜੇ, ਥੱਲੇ ਭੇਜ ਨਹੀਂ ਸਕਦੇ, ਉੱਤੇ ਰੱਖ ਨਹੀਂ ਸਕਦੇ, ਮੈਂ ਜਾਵਾਂ ਤੇ ਜਾਵਾਂ ਕਿੱਥੇ? ਡੀਐਸਪੀ ਬਣੇਗਾ ਕਿਆ? ਡੀਐਸਪੀ? ਉਹ ਤੁਸੀਂ ਯਮਰਾਜ ਹੋ ਕਿ ਡੀਜੀਪੀ ਲੱਗੇ ਹੋ? ਨਾਲੇ ਇੱਕ ਆਤਮਾ ਨੂੰ ਡੀਐਸਪੀ ਬਣਾ ਦੋਗੇ? ਉਹ ਥੱਲੇ ਤਾਂ ਪਹਿਲਾਂ ਹੀ ਲੋਕੀ ਪੁਲਿਸ ਨੂੰ ਵੇਖ ਕੇ ਕਹਿੰਦੇ ਆ ਗਏ ਪ੍ਰੇਤ। ਮੈਂ ਬਤਾਤਾ ਹੂੰ, ਤੇਰੀ ਸ਼ਕਲ ਕਾ ਇੱਕ ਆਦਮੀ ਹੈ ਜਿਸਕਾ ਟਾਈਮ ਪੂਰਾ ਹੋ ਗਿਆ ਥਾ, ਵੋ ਡੀਐਸਪੀ ਹੈ। ਅਗਰ ਤੂੰ ਕਹੇ ਤੋ ਤੇਰੀ ਆਤਮਾ ਕੋ ਉਸਕੇ ਸ਼ਰੀਰ ਮੇਂ ਡਾਲ ਦੇਤਾ ਹੂੰ, ਕਿਆ ਬੋਲਤੇ? ਹਾਂ, ਔਰ ਇੱਕ ਗੱਲ ਤੈਨੂੰ ਪਹਿਲਾਂ ਕਲੀਅਰ ਕਰ ਦਈਏ, ਉਹ ਬੰਦਾ ਨਿਹਾਇਤ ਹੀ ਜ਼ਲੀਲ ਕਿਸਮ ਦਾ ਘਟੀਆ ਜ਼ਾਲਮ ਆਦਮੀ ਹੈ। ਕੱਲ ਨੂੰ ਸਾਡੀ ਕੰਪਲੇਂਟ ਨਹੀਂ ਕਰਨੀ, ਮਤੇ ਰੱਬ ਨੇ ਸਾਨੂੰ ਹੀ ਢਾਇਆ ਹੋਵੇ ਕੱਲ ਨੂੰ। ਬੱਲੇ ਹੋ ਤੁਹਾਡੇ, ਤੁਸੀਂ ਬਾਲੇ ਸਿਆਣੇ ਹੋ, ਇੱਕ ਨੀਚ ਬੰਦੇ ਦੇ ਸਰੀਰ 'ਚ ਮੈਨੂੰ ਭੇਜ ਰਹੇ ਹੋ ਤਾਂ ਕਿ ਮੈਂ ਵੀ ਨੀਚ ਕਹਾਵਾਂ? ਅਰੇ ਨਹੀਂ ਬਿੜੋ, ਐਸਾ ਨਹੀਂ ਹੋਗਾ। ਮਤਲਬ? ਮਤਲਬ ਇਹ ਹੈ ਕਿ ਉਸ ਡੀਐਸਪੀ ਦੇ ਸਰੀਰ 'ਚ ਜਾ ਕੇ ਵੀ ਜੱਗੇ ਦੀ ਆਤਮਾ ਨੇ ਤੇ ਸ਼ੋਧੀ ਰਹਿਣਾ ਨਾ। ਇਹ ਤੇ ਉਦਾਂ ਹੀ ਹੈ ਜਿੱਦਾਂ ਮੋਬਾਈਲ ਕੋਈ ਵੀ ਹੋਵੇ ਕੰਮ ਦੇ ਵਿੱਚ ਸਿਮ ਨਹੀਂ ਕਰਨਾ ਹੁੰਦਾ। ਮਤਲਬ ਡੀਐਸਪੀ ਦੇ ਸਰੀਰ 'ਚ ਜਾ ਕੇ ਜੱਗਾ ਜਿਉਂਦਾ ਰਹੇਗਾ ਔਰ ਮੈਂ ਆਪਣੇ ਸਾਰੇ ਸੁਪਨੇ ਪੂਰੇ ਕਰ ਪਾਵਾਂਗਾ? ਉਹ ਭਰਾਵਾ, ਭਾਵੇਂ ਤੂੰ ਗੁਆਂਢੀਆਂ ਦੇ ਵੀ ਸੁਪਨੇ ਪੂਰੇ ਕਰੀ, ਸਾਨੂੰ ਕੀ ਇਤਰਾਜ਼ ਆ? ਕਿਉਂ ਬੌਸ? ਤੇ ਆਪਣੀ ਮਾਂ ਦੇ ਵੀ ਸੁਪਨੇ ਪੂਰੇ ਕਰ ਸਕਦਾ? ਨਹੀਂ, ਮਾਂ ਦੇ ਸੁਪਨੇ ਨਹੀਂ ਪੂਰੇ ਕਰ ਸਕਦਾ। ਕਿਉਂ? ਜਿਸ ਮਾਂ ਦਾ ਜਵਾਨ ਪੁੱਤ ਮਰ ਜੇ ਨਾ, ਫਿਰ ਉਹ ਮਾਂ ਕਿਵੇਂ ਜਿਉਂਦੀ ਰਹਿ ਸਕਦੀ ਹੈ? ਮੇਰੀ ਬੇਬੇ ਨਹੀਂ ਰਹੀ। ਵੈਰੀ ਸੌਰੀ। ਕੀ ਮਤਲਬ? ਤੇਰੀ ਬੇਬੇ ਮਰ ਗਈ? ਮੇਰਾ ਤਾਂ ਸਭ ਕੁਝ ਹੋਈ ਸੀ, ਹੁਣ ਮੈਂ ਨੀਚੇ ਜਾ ਕੇ ਕੀ ਕਰਾਂਗਾ? ਹੁਣ ਮੈਨੂੰ ਠੰਡੀ ਉਹ ਸ਼ਾਮ ਓ ਲੱਭਣੀ, ਪਿੰਡ ਵਾਲੀ ਸੁੱਚੀ ਉਹ ਥਾਂ ਨਹੀਂ ਓ ਲੱਭਣੀ,
ਮਾਂ ਤੇ ਮਾਂ ਹੀ ਹੁੰਦੀ ਹੈ ਯਾਰ। ਤੇਰੀ ਮਾਂ ਨਹੀਂ ਰਹੀ, ਅਫਸੋਸ, ਮਗਰ ਉਸ ਕਮੀਨੇ ਜ਼ਾਲਿਮ ਡੀਐਸਪੀ ਕੀ ਮਾਂ ਤੋ ਹੈ, ਜਿਸਕੋ ਉਸਕੇ ਬੇਟੇ ਨੇ ਕਭੀ ਨਾ ਪਿਆਰ ਦੀਆ ਨਾ ਇੱਜ਼ਤ ਦੀ, ਤੋ ਅੱਛਾ ਆਦਮੀ ਹੈ, ਜਾ ਉਸਕੇ ਸਾਹਮਣੇ ਪੂਰੇ ਕਰ, ਜਾ ਚਲ, ਸ਼ਾਬਾਸ਼, ਜਿਉਂਦਾ ਰਹਿ, ਜਿਉਂਦਾ ਰਹਿ, ਜਿਉਂਦਾ ਰਹਿ ਚੁੱਕਿਆ, ਜਿਉਂਦਾ ਰਹਿ, ਚੰਗਾ ਹੋਇਆ ਬੋਸ, ਕੰਮ ਪੇ ਇਨਸਾਨ, ਵੈਰੀ ਸੌਰੀ, ਧੰਦੇ ਪੇ ਧਿਆਨ ਦਿਓ, ਕੰਮ ਪੇ ਧਿਆਨ ਦਿਓ ਸਰ। ਕਿਹੜੇ ਚੱਕਰਾਂ 'ਚ ਫਸਾਤਾ, ਸਭ ਦਾ ਭਲਾ ਕਰਨ ਵਾਲੇ ਜੱਗੇ ਦੀ ਰੂਹ ਸਭ 'ਤੇ ਜ਼ੁਲਮ ਕਰਨ ਵਾਲੇ ਡੀਐਸਪੀ ਦੀ ਬੋਡੀ 'ਚ ਪਾ ਰਹੇ ਹੋ। ਰੂਹ ਨੇਕ ਚਾਹੀਦੀ ਜੱਗਿਆ, ਸਰੀਰ ਦਾ ਕੀ ਹੈ, ਤੇਰੀ ਰੂਹ ਚੰਗੀ ਹੈ ਅਤੇ ਚੰਗੇ ਕੰਮ ਕਰੀ, ਤੇਰੇ ਕਰਮ ਤੇਰੀ ਰੂਹ ਨਾਲ ਨੇ, ਸਰੀਰ ਨਾਲ ਨਹੀਂ। ਉਹ ਮਾਮਾ ਤੂੰ ਤਾਂ ਫੀਲਿੰਗ ਹੀ ਲੈ ਗਿਆ, ਉਹ ਬੰਦ ਘਰ ਹੈ ਸਤਸੰਗ, ਅਤੇ ਇਹ ਦੱਸ ਇਹਦੀ ਬੋਡੀ 'ਚ ਜਾਣਾ ਕਦੋਂ ਹੈ? ਹਾਰਟ ਅਟੈਕ ਆਉਂਦਿਆਂ ਹੀ। ਉਹ ਕਦੋਂ ਆਉਣਾ? ਇਹਦੀ ਮੌਤ ਹਾਰਟ ਅਟੈਕ ਨਾਲ ਲਿਖੀ ਸੀ, ਲੈ ਆ ਗਿਆ। ਯਾਰ ਬੱਕ ਤੋਂ ਬਿਨਾਂ ਬਿਲਕੁਲ ਤੇਰੇ ਵਰਗਾ ਲੱਗਦਾ ਹੈ। ਆ ਗਿਆ ਟੈਂਕ, ਚੱਲ ਵੜ ਜਾ, ਵੜ ਜਾ, ਖੜ ਜਾ, ਇੰਨੀ ਛੇਤੀ ਬੰਦਾ ਉਪਰੇ ਘਰ ਨਹੀਂ ਜਾਂਦਾ, ਤੂੰ ਲਾਸ਼ 'ਚ ਜਾਣ ਨੂੰ ਕਹਿ ਰਿਹਾ? ਯਾਰ ਜੱਗਿਆ ਫਿਕਰ ਕਿਉਂ ਕਰਦਾ? ਜੇ ਹਫ਼ਤੇ 10 ਦਿਨ ਤੱਕ ਕੋਈ ਪ੍ਰੋਬਲਮ ਆ ਗਈ ਤਾਂ ਮੈਨੂੰ ਯਾਦ ਕਰ ਲਈ, ਫਿਰ 2 ਸਾਲਾਂ ਲਈ ਮੈਂ ਵਰਲਡ ਟੂਰ 'ਤੇ ਜਾਣਾ ਹੈ। ਫੜ ਆ, ਕੀ ਹੈ? ਗਿਫਟ ਮੇਰੇ ਵੱਲੋਂ, ਤੇਰੇ ਮੈਚ ਵੀ ਕਰਦਾ ਨਾ। ਥੈਂਕ ਯੂ। ਉਸਤਾਦ, ਵਾਹ ਰੱਬਾ, ਜੇ ਤੇਰਾ ਸੇਮ ਸ਼ਕਲ ਵਾਲਾ ਬੈਕਅਪ ਪਲਾਨ ਨਾ ਹੁੰਦਾ ਤੇ ਜੱਟ ਦੀ ਰਿਟਰਨ ਟਿਕਟ ਤੇ ਔਖੀ ਸੀ। ਵੈਸੇ ਇੱਕ ਗੱਲ ਹੈ, ਲੋਕੀ ਜਿਉਂਦੇ ਜੀ ਹੌਲਦਾਰ ਨਹੀਂ ਲੱਗ ਪਾਉਂਦੇ, ਤੂੰ ਜੱਟ ਨੂੰ ਮਾਰ ਕੇ ਡੀਐਸਪੀ ਬਣਾਤਾ। ਪਰ ਮੁੱਛਾਂ ਖੁੰਡੀਆਂ ਨਹੀਂ ਸਹੀ ਲੱਗਦੀਆਂ, ਹੁਣ ਠੀਕ ਹੈ। ਹਾਂ ਬਈ ਸ਼ੇਰਾ, ਸੈੱਟ ਹੈ? ਹਾਂ, ਰਾਤ ਨਾਲੋਂ ਸੈੱਟ ਹੈ। ਆ ਲਓ ਜੀ। ਵਾਹ, ਕੀ ਹੈ ਬਈ ਇਹ ਡਿਸਪਲਿਨ ਹੈ? ਆ ਨਿੰਬੂ ਪਾਣੀ, ਜਨਾਬ ਰੋਜ਼ ਸਵੇਰੇ ਤਾਂ ਪੀਂਦੇ ਹੋ। ਉਹ ਮੈਂ ਨਿਰਣੇ ਕਾਲਜ ਦੁੱਧ ਪੀਣ ਵਾਲਾ ਬੰਦਾ ਬਈ। ਦੁੱਧ? ਮੇਰਾ ਮਤਲਬ ਅੱਗੇ ਤੋਂ ਆਪਾਂ ਦੁੱਧ ਪੀਆ ਕਰਾਂਗੇ, ਜਾਂ ਦੁੱਧ ਲੈ ਕੇ ਆ ਮੇਰਾ ਵੀਰ। ਦੁੱਧ? ਉਹ ਗੱਲ ਸੁਣ। ਜੀ 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 ਜੀ। ਇਸ ਘਰ 'ਚ ਹੋਰ ਕੌਣ ਕੌਣ ਹੈ? ਇਸ ਘਰ 'ਚ ਮੈਂ ਰਹਿਣਾ, ਤੁਹਾਡੀ ਮੰਮੀ ਰਹਿੰਦੀ ਹੈ, ਤੁਸੀਂ ਰਹਿੰਦੇ ਹੋ, ਤੇ ਆਪਣਾ ਪੱਪੂ। ਪੱਪੂ? ਹਾਂ। ਉਹ
ਮੇਰਾ ਮੁੰਡਾ ਵੀ ਹੈ। ਜਨਾਬ ਤੁਹਾਡਾ ਅਜੇ ਵਿਆਹ ਨਹੀਂ ਹੋਇਆ, ਮੁੰਡਾ ਚੂਰਨ ਦੀ ਪੁੜੀ ਚੋਂ ਨਿਕਲਿਓ। ਉਹੀ ਮੈਂ ਤਾਂ ਆਪਣੇ ਕੁੱਤੇ ਦੀ ਗੱਲ ਕਰ ਰਿਹਾ। ਕੁੱਤਾ? ਹਾਂ, ਪਰ ਮੈਨੂੰ ਦੱਸੋ ਜਨਾਬ ਤੁਸੀਂ ਇਹ ਕਿਉਂ ਪੁੱਛ ਰਹੇ ਹੋ? ਉਹ ਮੈਂ ਤਾਂ ਤੇਰੀ ਜਨਰਲ ਨੌਲੇਜ ਚੈੱਕ ਕਰਦਾ ਸੀ। ਓ ਵੈਸੇ ਬੇਬੇ ਕਿੱਥੇ? ਬੇਬੇ? ਉਹ ਚਾਈਨਾ ਤੋਂ ਆਇਆ। ਬੇਬੇ ਮਤਲਬ ਮਦਰ, ਮੰਮੀ, ਮਾਤੇ। ਓ ਬੇਬੇ, ਉਹ ਗੁਰਦੁਆਰੇ ਗਏ ਨੇ, ਆਉਣੀ ਵਾਲੇ ਨੇ। ਅੱਛਾ, ਬੈਲ? ਹਾਂ, ਉਹ ਗੱਲ ਸੁਣ। ਹਾਂ, ਬੜੀ ਦੇਰ ਲਗਾਤੀ ਤੁਸੀਂ। ਕੀ ਕਰਾਂ, ਅੱਜ ਸ਼ਿਕਾਇਤਾਂ ਹੀ ਬਹੁਤ ਸੀ ਉਹਦੇ ਨਾਲ। ਬੇਬੇ ਕਿੱਥੇ ਸੀ ਸਵੇਰ ਦੀ, ਇੰਨੀ ਦੇਰ ਲਾਤੀ? ਤੈਨੂੰ ਪਤਾ ਨਾ ਤੇਰਾ ਮੂੰਹ ਵੇਖਿਆ ਬਿਨਾਂ ਮੇਰਾ ਦਿਨ ਨਹੀਂ ਚੜ੍ਹਦਾ। ਅੱਛਾ, ਗੁਰਦੁਆਰੇ ਗਈ ਸੀ? ਲਿਆ ਪ੍ਰਸ਼ਾਦ ਦੇ। ਪਹਿਲਾਂ ਬੇਬੇ ਖਾਏਗੀ, ਫਿਰ ਮੈਂ ਖਾਊਂਗਾ। ਹੈਲੋ ਆਈ ਜੀ? ਨਹੀਂ ਜੀ, ਇੱਥੇ ਤਾਂ ਕੋਈ ਨਹੀਂ ਆਈ ਜੀ। ਆਈ ਜੀ ਸਾਹਿਬ ਗੱਲ ਕਰਨਾ ਚਾਹੁੰਦੇ? ਓਹ, ਜੈਨ ਜਨਾਬ, ਜੈਨ ਜਨਾਬ। ਹਾਂਜੀ, ਠੀਕ ਹੈ ਜੀ, ਮੈਂ ਹੁਣੇ ਪਹੁੰਚਿਆ ਜੀ। ਬੜੇ ਦਿਨ ਹੋ ਗਏ ਤੇਰੇ ਹੱਥ ਦਾ ਸਾਗ ਨਹੀਂ ਖਾਧਾ। ਅੱਛਾ, ਮੈਂ ਸਾਗ ਬਣਾਈ ਨਾ। ਲਵ ਯੂ। ਭੈਣ ਜੀ, ਮੈਨੂੰ ਲੱਗਦਾ ਸਾਨੂੰ ਇਹਨਾਂ ਨੂੰ ਅੰਮ੍ਰਿਤਸਰ ਲੈ ਕੇ ਜਾਣਾ ਚਾਹੀਦਾ। ਮੈਨੂੰ ਵੀ ਲੱਗਦਾ ਵਾਹਿਗੁਰੂ ਨੇ ਸਾਡੀ ਸੁਣ ਲਈ, ਸਾਨੂੰ ਹਰਿਮੰਦਰ ਸਾਹਿਬ ਜ਼ਰੂਰ ਜਾਣਾ ਚਾਹੀਦਾ। ਨਹੀਂ, ਮੈਂ ਉਹ ਗੱਲ ਨਹੀਂ ਕਰ ਰਿਹਾ। ਮੇਰਾ ਮਤਲਬ ਹੈ ਇਹਨਾਂ ਨੂੰ ਮੈਂਟਲ ਹਸਪੀਟਲ ਲੈ ਕੇ ਜਾਣਾ ਚਾਹੀਦਾ। ਮੈਂਟਲ ਹਸਪੀਟਲ? ਹਾਂ। ਚਾਚੀ, ਜਿੰਨਾ ਕਸ਼ਟ ਜੁੱਤੀ ਚੱਕ ਕੇ ਮਾਰਨ ਚ ਕੀਤਾ, ਕੋਲ ਪਿਆ ਫੋਨ ਚੱਕ ਲੈਂਦੀ। ਚਾਚੀ ਵੀ ਨੀ ਹਟਦੀ ਬਾਈ। ਹੈਲੋ, ਮੈਂ ਜੈਲੋ ਥਾਣੇਦਾਰਨੀ ਬੋਲ ਰਹੀ ਹਾਂ ਜੀ। ਹਾਂਜੀ ਹਾਂਜੀ ਜਨਾਬ। ਹਾਂ ਤਾਂ ਮੈਂ ਹੌਲਦਾਰਨੀ, ਉਹ ਦਰਅਸਲ ਜੀ ਇਹ ਮੇਰਾ ਸਰਨੇਮ ਹੈ। ਜਦੋਂ ਦਾ ਮੇਰਾ ਥਾਣੇਦਾਰ ਨਾਲ ਵਿਆਹ ਹੋਇਆ ਨਾ ਜੀ, ਉਦੋਂ ਦੇ ਲੋਕੀ ਮੈਨੂੰ ਜੈਲੋ ਥਾਣੇਦਾਰਨੀ, ਜੈਲੋ ਥਾਣੇਦਾਰਨੀ ਕਹਿੰਦੇ ਨੇ ਜੀ। ਇਹੀ ਮੇਰਾ ਸਰਨੇਮ ਹੈ ਜੀ। ਅੱਛਾ ਜੀ, ਓਕੇ, ਚਲੋ ਉਠਾ। ਓ ਚਾਚੀ, ਆ ਬਾਜੀ ਤਾਂ ਪੂਰੀ ਕਰ ਲੈਣ ਦੇ। ਓ ਬਾਜੀ ਤੋਂ ਲੱਗ ਦਿਓ, ਪਹਿਲਾਂ ਤਾਂ ਪੂਰੀਆਂ ਕਰ ਲਓ। ਨਵੇਂ DSP ਆ ਰਹੇ ਨੇ ਥਾਣੇ ਦੀ ਚੈਕਿੰਗ ਕਰਨ, ਉਠਾ। ਜੈ ਜਨਾਬ। ਓ ਮਮਾ, ਆਰਾਮ ਨਾਲ। ਜਨਾਬ, ਜੈ ਜਨਾਬ, ਜੈ ਜਨਾਬ, ਜੈ ਜਨਾਬ, ਜੈ ਜਨਾਬ। ਓ ਤੇਰੀ ਮਸਾਲੇ ਟਰੱਕ ਚ ਵੱਜਿਆ? ਨਹੀਂ ਜੀ, ਸਾਨੂੰ ਕੁੱਟਿਆ। ਕੁੱਟਿਆ? ਪੰਜਾਬ ਪੁਲਿਸ ਦੇ ਹੁੰਦਿਆਂ ਸ਼ਹਿਰ ਚ ਇੰਨੀ ਬਦਮਾਸ਼ੀ? ਕਿਸ ਬਦਮਾਸ਼ ਨੇ ਕੁੱਟਿਆ ਤੁਹਾਨੂੰ ਇੰਨਾ? ਨਹੀਂ ਜੀ, ਸਾਨੂੰ ਪੰਜਾਬ ਪੁਲਿਸ ਨੇ ਕੁੱਟਿਆ। ਪੰਜਾਬ ਪੁਲਿਸ ਨੇ ਕੁੱਟਿਆ? ਉਹ ਵੀ ਇੰਨੀ ਬੁਰੀ ਤਰ੍ਹਾਂ ਨਾਲ? ਕਿਹੜਾ ਬੇਰਹਿਮ ਅਫਸਰ ਹੈ ਉਹ, ਜਿਹਨੇ ਇਹਨਾਂ ਮਾਸੂਮ ਸਟੂਡੈਂਟਾਂ ਦੇ ਮੂੰਹ ਤੇ ਡੈਂਟ ਪਾਏ ਨੇ? ਔਰ ਕੌਣ ਸਰ ਜੀ, ਇਹ ਕਿਦੋਂ ਹੈ ਹਮਾਰੇ ਥਾਣੇ ਮੇਂ, ਹਮਾਰੇ ਮਾਨ ਸਾਹਿਬ। ਮਾਨ ਸਾਹਿਬ?
ਮਾਨ ਸਾਹਿਬ ਦੀ ਇੰਜ ਲਾਇਆ ਜਿਵੇਂ ਮਾਨ ਸਾਹਿਬ ਡਫਲੀ ਫੜ ਕੇ ਛੱਲਾ ਖਾਂਦੇ ਹੋਣ। ਗਾਉਣ ਗਾਉਣ ਦਾ ਤਾਂ ਮੈਨੂੰ ਪਤਾ ਨਹੀਂ ਜੀ, ਪਰ ਸਾਡੇ ਮਾਨ ਸਾਹਿਬ ਵਜਾਉਂਦੇ ਬਹੁਤ ਵਧੀਆ। ਤੁਸੀਂ ਪੁਲਿਸ ਚੋ? ਮੈਂ ਵੀ ਪੁਲਿਸ ਵਿੱਚ ਆ ਜੀ। ਆ ਦੇਖੋ ਡੀਐਸਪੀ ਪਤਾ ਨਹੀਂ, ਜਾਣਦੀ ਆ ਬਹੁਤ ਚੰਗੀ ਤਰ੍ਹਾਂ। ਜਾਣਦੇ ਹੋ? ਅਰੇ ਮੈਨੂੰ ਪਤਾ ਹੁੰਦਾ ਤੁਸੀਂ ਮੈਨੂੰ ਜਾਣਦੇ ਹੋ ਤੇ ਮੈਂ ਤੁਹਾਨੂੰ ਲਿਫਟ ਦੇ ਦੇਣੀ ਸੀਗੀ। ਮੈਂ ਤੁਹਾਨੂੰ ਹੁਣੇ ਬਾਈਪਾਸ ਤੇ ਵੇਖਿਆ ਸੀਗਾ ਥੋੜੀ ਦੇਰ ਪਹਿਲਾਂ ਸਰ ਜੀ। ਹੈਂ? ਓ ਹਾਂ, ਤੁਹਾਡੇ ਥਾਣੇ ਵਿੱਚ ਕੋਈ ਮਾਨ ਸਾਹਿਬ ਨਾਮ ਦਾ ਕਰਪਟ ਬੇਈਮਾਨ ਤੇ ਬੇਰਹਿਮ ਪੁਲਿਸ ਵਾਲਾ ਜਿਹਨੇ ਵੇਖੋ ਮਸੂਮਾ ਦਾ ਮਾਰ ਮਾਰ ਕੇ ਕੀ ਹਾਲ ਕਰਤਾ। ਅਰੇ ਸਰ ਜੀ, ਯਹੀ ਤੋ ਹੈ ਹਮਾਰੇ ਮਾਨ ਸਾਹਿਬ। ਮਾਨ ਸਾਹਿਬ? ਓ ਹਰਲੀਨ ਮਾਨ। ਓਏ ਮਾਨ ਸਾਹਿਬ, ਸਤਿ ਸ਼੍ਰੀ ਅਕਾਲ ਕਰੋ। ਸਤਿ ਸ਼੍ਰੀ ਅਕਾਲ ਕਰਦੇ ਹੋ? ਸਤਿ ਸ਼੍ਰੀ ਅਕਾਲ ਕਰਦੇ ਹੋ? ਹਲੇ ਤਾਂ ਕਾਨੂੰਨ ਦਾ ਡੰਡਾ ਹੱਥ ਚ ਲਿੱਤਾ ਤਾਂ ਇਹ ਹਾਲ ਕੀਤਾ। ਜੇ ਕਾਨੂੰਨ ਹੱਥ ਚ ਲੈ ਲੈਂਦੀ ਤਾਂ ਜਾਨੋਂ ਮਾਰ ਦੇਣਾ ਸੀ। ਹੁਣ ਪੀਓਗੇ ਚਿੱਟਾ? ਪੀਓਗੇ ਚਿੱਟਾ? ਚਿੱਟਾ ਚਿੱਟਾ ਪੀਣਾ ਔਰ ਚਿੱਟਾ ਵੇਚਣਾ, ਮੈਨੂੰ ਦੋਨਾਂ ਤੋਂ ਐਲਰਜੀ ਹੈ। ਮਾਨ ਸਾਹਿਬ ਤੁਸੀਂ ਆਰਾਮ ਨਾਲ ਬੈਠੋ, ਠੰਡੇ ਹੋਵੋ, ਜਾਂ ਡੰਡਾ ਮੈਨੂੰ ਦਿਓ, ਇਹਨਾਂ ਨੂੰ ਮੈਂ ਜਰਾ ਗਰਮ ਕਰਦਾ। ਹਾਂ ਬਈ, ਚਿੱਟਾ ਵੇਚੋਗੇ? ਹੈਂ? ਚਿੱਟਾ ਵੇਚੋਗੇ? ਚਿੱਟਾ ਵੇਚੋਗੇ? ਲੈ ਫੜ ਚਿੱਟਾ, ਲੈ ਫੜ। ਚਲਦੀ ਗੱਡੀ ਤੇ ਚੜ੍ਹ ਗਿਆ, ਮਰਨਾ ਹੀ। ਮੈਨੂੰ ਤਾਂ 5 ਸਾਲ ਹੋ ਗਏ ਮਰੇ। ਤੂੰ ਸੱਚੀ ਮਰਿਆ ਹੋਇਆ? ਹੋਰ ਕੀ, ਮੈਂ ਪਿੱਛੋਂ ਤੂੜੀ ਕੱਢਣ ਗਿਆ ਸੀ, ਪਿੱਛੋਂ ਕਿਸੇ ਬਾਂਦਰ ਨੇ ਅੱਗ ਲਾ ਦਿੱਤੀ। ਫਿਰ? ਫਿਰ ਕੀ, ਫਿਰ ਤਾਂ ਪਕੌੜਾ ਬਣੇ ਬਾਹਰ ਕੱਢਿਆ। ਜਨਾਬ ਇੱਕ ਕੰਮ ਕਰ ਦਿਓ ਨਾ। ਕਿਹੜਾ ਕੰਮ? ਮੇਰੀ ਗਤੀ ਕਰਾ ਦਿਓ। ਉਹ ਮੈਂ ਕਿੱਦਾਂ ਗਤੀ ਕਰਾ ਦਿਆਂ? ਮੈਂ ਜੀ ਅਸਲ 'ਚ ਦੇਬੋ ਨੇ ਇਹਨੂੰ ਬਹੁਤ ਪਿਆਰ ਕਰਦਾ ਸੀ, ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ, ਹਰ ਵੇਲੇ ਕਰੀ ਜਾਇਆ ਕਰੇ, ਮੈਂ ਤੇ ਇੱਥੋਂ ਪਹਿਲਾਂ ਮਰੂੰਗੀ, ਮੈਂ ਤੇ ਇੱਥੋਂ ਪਹਿਲਾਂ ਮਰੂੰਗੀ। ਫਿਰ? ਫਿਰ ਕੀ, ਹੁਣ ਤੱਕ ਨਹੀਂ ਮਰੀ, ਹੁਣ ਪੰਗਾ ਇਹ ਹੈ ਵੀ ਜਦੋਂ ਤੱਕ ਦੇਬੋ ਨਹੀਂ ਮਰਦੀ ਮੇਰੀ ਗਤੀ ਨਹੀਂ ਹੋਣੀ। ਅੱਛਾ, ਹੁਣ ਤੂੰ ਇਹ ਚਾਹੁੰਦਾ ਕਿ ਤੇਰੇ ਚੱਕਰ 'ਚ ਮੈਂ ਦੇਬੋ ਦਾ ਮਰਡਰ ਕਰਦਿਆਂ? ਆਲੋ ਭੈਣ ਜੀ, ਗਰਮਾ ਗਰਮ ਸਾਗ। ਤੁਸੀਂ ਸਾਰਾ ਦਿਨ ਲਾ ਕੇ ਬੜੇ ਮੋਹ ਪਿਆਰ ਨਾਲ ਸਾਗ ਬਣਾਇਆ। ਡੀਐਸਪੀ ਸਾਹਿਬ ਪਤਾ ਨਹੀਂ ਖਾਣਗੇ ਜਾਂ ਨਹੀਂ ਖਾਣਗੇ, ਪਰ ਮੈਨੂੰ ਲੱਗਦਾ ਸਾਨੂੰ ਉਹਨਾਂ ਤੋਂ ਗਾਲਾਂ ਜ਼ਰੂਰ ਖਾਣੀਆਂ ਪੈਣਗੀਆਂ। ਉਸ ਤੋਂ ਪਹਿਲਾਂ ਤੂੰ ਮੇਰੇ ਤੋਂ ਗਾਲਾਂ ਨਾ ਖਾ ਲਈ। ਮਸਾਂ ਮਸਾਂ ਮੇਰੇ ਪੁੱਤ ਨੇ ਸਾਗ ਮੰਗਿਆ, ਜਾ ਕੇ ਗਰਮ ਗਰਮ ਰੋਟੀ ਲੈ ਕੇ ਆ। ਜੀ ਆ ਗਿਆ ਪੁੱਤ, ਮੈਂ ਤੈਨੂੰ ਹੀ ਉਡੀਕਦੀ ਸੀ। ਬੇਬੇ ਭੁੱਖ ਤਾਂ ਮੈਨੂੰ ਰਾਹ 'ਚ ਹੀ ਬਹੁਤ ਲੱਗੀ ਸੀ। ਬੈਠ। ਪਰ ਤੇਰੇ ਹੱਥ ਦੀ ਰੋਟੀ ਵੇਖ ਕੇ ਭੁੱਖ ਦੁੱਗਣੀ ਹੋ ਗਈ। ਯੂਨੀਫਾਰਮ ਬਾਅਦ 'ਚ ਬਦਲੂੰਗਾ। ਆ ਲੈ ਰੋਟੀ, ਗਰਮਾ ਗਰਮ ਸਾਗ। ਵਾਹ ਆਹ, ਲੈ ਬੇਬੇ ਪਹਿਲਾਂ ਤੂੰ ਖਾ। ਨਹੀਂ ਨਹੀਂ, ਤੇਰੇ ਲਈ ਬਣਾਇਆ, ਪਹਿਲਾਂ ਤੂੰ ਖਾ। ਬੇਬੇ ਤੇਰੇ ਹੱਥ ਦਾ ਸਾਗ ਨਾ ਕਮਾਲ ਹੀ ਹੈ। ਇੰਨੀ ਦੇਰ ਬਾਅਦ ਬਣਾਇਆ, ਪਤਾ ਨਹੀਂ ਕਿਹੋ ਜਿਹਾ ਬਣਿਆ ਹੋਏਗਾ। ਤੂੰ ਨਾ ਖਾ, ਛੱਡ ਦੇ ਇਹਨੂੰ, ਬਹੁਤ ਮਿਰਚਾਂ ਨੇ, ਤੂੰ ਤਾਂ ਮਿਰਚਾਂ ਖਾਂਦਾ ਨਹੀਂ, ਤੂੰ ਕਿੱਦਾਂ ਖਾ ਰਿਹਾ? ਬੇਬੇ ਤੇਰੇ ਹੱਥ ਦਾ ਤਾਂ ਮੈਂ ਜ਼ਹਿਰ ਵੀ ਖਾ ਲਵਾਂ, ਆ ਤਾਂ ਸਾਗ ਹੈ। ਅੱਛਾ ਤੂੰ ਕੱਲ ਭਿੰਡੀ ਜ਼ਰੂਰ ਬਣਾਈ, ਬਹੁਤ ਦਿਨ ਹੋ ਗਏ ਭਿੰਡੀ ਨਹੀਂ ਖਾਧੀ ਤੇਰੇ ਹੱਥ ਦੀ। ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਪੁੱਤ ਜੱਟਾਂ ਦੇ।
ਪੁੱਤ ਜੱਟਾਂ ਦੇ ਬੁਲਾਉਂਦੇ ਹੈ ਵੱਕਰੇ, ਪੁੱਤ ਜੱਟਾਂ ਦੇ ਬੁਲਾਉਂਦੇ। 2000 ਦਾ ਨੋਟ ਉਹ ਤੇਰੀ, ਇੰਨੇ ਨੋਟ? ਸਾਡੇ ਨੇ ਘਰ 'ਚ ਟਕਸਾਲਾ ਰੱਖੀ ਸੀ। ਹੈਲੋ, ਦਲਜੀਤ ਬੋਲਦਾ। ਹਾਂਜੀ ਸਰ, ਇੰਨੀ ਅਰਲੀ ਫੋਨ ਕੀਤਾ, ਕੋਈ ਕੰਮ ਸੀ? ਹਾਂ, ਇੱਕ ਜ਼ਰੂਰੀ ਕੰਮ ਸੀ। ਤੁਸੀਂ ਹੁਣੇ ਮੇਰੇ ਘਰ ਪਹੁੰਚੋ। ਹੁਣੇ? ਓਕੇ ਸਰ। ਨਾਲੇ ਇੱਕ ਗੱਲ ਹੋਰ, ਵਰਦੀ ਪਾ ਕੇ ਨਾ ਆਣਾ, ਕੋਈ ਚੱਕਵਾਂ ਜਿਹਾ ਸੂਟ ਪਾ ਲੈਣਾ। ਸਮਝੀ ਨਹੀਂ ਸਰ। ਕੋਈ ਪ੍ਰਾਈਵੇਸੀ ਕੰਸਰਨ ਵੀ ਹੁੰਦਾ ਹੈ, ਮੈਂ ਤੁਹਾਡੀ ਵੇਟ ਕਰਦਾ ਪਿਆ, ਤੁਸੀਂ ਜਲਦੀ ਨਾ ਮੇਰੇ ਘਰ ਆ ਜਾਓ, ਠੀਕ ਹੈ? ਓਕੇ ਸਰ। ਚੱਕਵਾਂ ਸੂਟ ਆ ਗਈ ਬੇਬੇ। ਬੇਬੇ, ਅੱਜ ਤੇਰੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋ ਗਈਆਂ, ਸਮਝ? ਉਹ ਕਿੱਦਾਂ? ਉਹ ਇਦਾਂ ਕਿ ਹਰ ਮਾਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਹਦੇ ਪੁੱਤ ਦੇ ਕੋਲ ਇੱਕ ਵਧੀਆ ਜੀ ਨੌਕਰੀ ਹੋਵੇ, ਚੰਗੀ ਸਿਹਤ ਹੋਵੇ ਤੇ ਸੋਹਣੀ ਜੀ ਵੋਟੀ ਹੋਵੇ। ਉਹ ਸਭ ਤਾਂ ਠੀਕ ਹੈ, ਪਰ ਤੇਰੇ ਕੋਲ ਵੋਟੀ ਕਿੱਥੇ ਹੈ? ਆਈ ਸਮਝੋ, 5-10 ਮਿੰਟਾਂ ਵਿੱਚ ਹੈ। ਹਾਂ, ਜੇ ਤੂੰ ਮੇਰੀ ਨੂੰਹ ਲੱਭ ਲਈ ਹੈ ਨਾ, ਤਾਂ ਹੁਣ ਮੇਰੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋ ਜਾਣਗੀਆਂ। ਪਰ ਮੈਨੂੰ ਯਕੀਨ ਨਹੀਂ ਹੋ ਰਿਹਾ, ਤੂੰ ਇੰਨਾ ਕਿਵੇਂ ਬਦਲ ਗਿਆ? ਮੈਨੂੰ ਤਾਂ ਲੱਗਦਾ ਸੀ ਇਸ ਘਰ ਵਿੱਚ ਖੁਸ਼ੀ ਕਦੇ ਨਹੀਂ ਆਵੇਗੀ। ਹੁਣੇ ਤਾਂ ਦੱਸ ਦੇ ਕਿੱਥੇ ਹੈ ਮੇਰੀ ਨੂੰਹ। 5, 4, 3, 2 ਹਾਂ, 1 ਹਾਏ ਹਾਏ, ਤੂੰ ਇਹਦੇ ਨਾਲ ਵਿਆਹ ਕਰਾਏਗਾ? ਇਹ ਤਾਂ ਪੁਲਿਸ ਵਾਲੀ ਹੈ। ਤਾਂ ਕਿਉਂ ਹੈ, ਮੈਂ ਵੀ ਤਾਂ ਪੁਲਿਸ ਵਾਲਾ। ਵੇ, ਇਹ ਪਸੰਦ ਹੈ ਤੇਰੀ? ਬਹੁਤ ਜ਼ਿਆਦਾ। ਵੇ ਸੱਚੀ, ਇਹ ਤੇਰੀ ਪਸੰਦ ਹੈ? ਮੈਨੂੰ ਜਾਨ ਤੋਂ ਵੀ ਜ਼ਿਆਦਾ ਪਿਆਰੀ ਆ। ਕੀ ਦੇਖ ਕੇ ਪਸੰਦ ਕੀਤੀ ਹੈ? ਬੇਬੇ ਦੀ ਸਮਾਈਲ ਵੇਖ, ਹੈ ਨਾ ਦੰਦ ਮੋਤੀਆਂ ਵਰਗੇ, ਤੇ ਸੁਰਾਈ ਵਰਗਾ ਲੱਕ ਵੇਖ। ਤੈਨੂੰ ਕੁਛ ਉਮਰ ਦੀ ਜ਼ਿਆਦਾ ਨਹੀਂ ਲੱਗਦੀ? ਜ਼ਿਆਦਾ ਵਰਗੀ ਜ਼ਿਆਦਾ, ਇਹ ਤਾਂ ਬਹੁਤ ਜ਼ਿਆਦਾ ਹੈ। ਓ ਵਾਹ, ਕੋਣ ਹੈ? ਓ ਬੇਬੇ, ਆ ਥੋੜੀ ਆ, ਉਹ ਤਾਂ ਸੌਰੀ, ਮੈਂ ਫੋਨ ਤੇ ਗੱਲ ਕਰ ਰਹੀ ਸੀ। ਇਟਸ ਓਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਮੇਰੇ ਬੇਬਸ, ਮੇਰਾ ਮਤਲਬ ਹੈ ਬੇਬੇ ਤੇ ਬੇਬੇ। ਇਹ ਮੈਂ ਹਰਲੀਨ। ਹਾਂ ਹਰਲੀਨ, ਕੀ ਹਾਲ ਹੈ ਪੁੱਤਰ? ਜੀ ਮੈਂ ਠੀਕ ਹਾਂ। ਹਰਲੀਨ, ਇੱਕ ਮਿੰਟ, ਤੁਸੀਂ ਮੇਰੇ ਨਾਲ ਆਉਂਗੇ? ਸ਼ੋਰ ਸਰ, ਆ ਜਾਓ ਫਿਰ। ਕਿੰਨੀ ਪਿਆਰੀ ਹੈ ਮੇਰੀ ਨੂੰਹ, ਹੇ ਸੱਚੇ ਪਾਤਸ਼ਾਹ, ਇਹਨੂੰ ਨਜ਼ਰ ਨਾ ਲੱਗੇ। ਆ ਚੁੱਕੋ ਜੀ। ਓ ਮਾਈ ਗੋਡ, ਇੰਨਾ ਸਾਰਾ ਪੈਸਾ ਕਿੱਥੋਂ ਆਇਆ? ਇੰਨਾ ਸਾਰਾ ਪੈਸਾ ਆਇਆ ਕਿੱਥੋਂ, ਇਹ ਛੱਡੋ, ਇਹ ਸੋਚੋ ਕਿ ਇਹ ਪੈਸਾ ਜਾਣਾ ਕਿੱਥੇ ਹੈ। ਪੰਜਾਬ ਦੇ ਲੋੜਵੰਦ ਲੋਕਾਂ ਦੀ ਇੱਕ ਲਿਸਟ ਬਣਾਓ ਤੇ ਇਸ ਪੈਸੇ ਨੂੰ ਬੰਨੇ ਲਾਓ। ਆ ਚੱਕੋ ਜੀ। ਸਭ ਤੋਂ ਵੱਧ ਲੋੜ ਮੈਨੂੰ ਹੈ ਜਨਾਬ ਜੀ, ਘਰੇ ਸਿਲੰਡਰ ਮੁੱਕਿਆ ਹੋਇਆ ਤੇ ਮੱਝ ਬਿਮਾਰ ਪਈ ਆ, ਕਮੇਟੀ ਨਿਕਲੀ ਕੋਈ ਨੀ। ਆਰ ਯੂ ਸ਼ੋਰ? ਇਹ ਕੰਮ ਵਾਸਤੇ ਸੋਚਣਾ ਕੀ? ਓਕੇ। ਚਲੋ। ਸੂਟ ਤਾਂ ਚੱਕਵਾ ਹੀ ਸੀਗਾ। ਜੀ ਠੀਕ ਹੈ। ਵੇਟਰ ਜੀ, ਜਨਾਬ ਇੱਧਰ ਆਇਆ ਜੀ, ਇੱਕ ਮਿੰਟ। ਠੀਕ ਹੈ ਜੀ, ਕੀ ਲਓਗੇ ਜੀ?
ਕੜਾਈ ਪਨੀਰ, ਕੜਾਈ ਚਿਕਨ, ਕੜਾਈ ਕੋਫਤਾ, ਕੜਾਈ ਮਟਨ, ਕੋਈ ਪਤੀਲੇ 'ਚ ਵੀ ਬਣਾਇਆ, ਕੜਾਈਆਂ ਚੜ ਰੱਖੀਆਂ ਨੇ। ਨਾਲੇ ਇੰਨਾ ਆਰਡਰ ਖਾਊ ਕੌਣ? ਬਿੱਲ ਤੇਰੇ ਪਿਓ ਨੇ ਦੇਣਾ। ਹੁਣ ਤਾਂ ਮੇਰਾ ਯਾਰ ਜੱਗਾ ਵੀ ਨਹੀਂ ਰਿਹਾ ਜਿਹੜਾ ਬਿੱਲ ਦੇ ਦਿੰਦਾ। ਤੂੰ ਐਂ ਕਰ, ਗਲਾਸ 'ਚ ਬਰਫ਼ ਪਾ ਲਿਆ ਅਤੇ ਕਾਂਡੇ ਦੀ ਭੁਰਜੀ। ਜਾ ਜਨਾਬ, ਇੱਕ ਟੇਬਲ ਹੋਰ ਲਾ ਦਿਆਂ। ਕਿਉਂ? ਇੱਕ ਟੇਬਲ 'ਤੇ ਇੱਕ ਅੰਡੇ ਦੀ ਭੁਰਜੀ ਤਾਂ ਆਉਣੀ ਨਹੀਂ। ਕਿਉਂ? ਡਾਇਨਾਸੌਰ 'ਤੇ ਅੰਡੇ ਦੀ ਭੁਰਜੀ ਬਣਾਉਣੀ? ਨਹੀਂ, ਅੰਡਾ ਤਾਂ ਮੁਰਗੀ ਦਾ, ਪਰ ਤੁਸੀਂ ਇਕੱਲੇ ਇੰਨਾ ਖਾ ਲਓਗੇ? ਮੈਂ ਭੁਰਜੀ ਖਾ ਲੂੰਗਾ, ਤੂੰ ਕਿਤੇ ਮੈਂ ਤੁਸੀਂ ਚਿੱਤਰ ਨਾ ਖਾ ਲਈ। ਆਹ ਦੇਖ ਲੈ ਮੇਰੇ ਯਾਰ ਦੀ ਰੂਹੇ, ਜਿਹੜੇ ਬੰਦਿਆਂ ਨੂੰ ਢੰਗ ਦਾ ਸੁਪਨਾ ਵੀ ਨਹੀਂ ਆਇਆ ਸੀ ਕਦੇ, ਉਹਨਾਂ ਨੂੰ ਗੱਲਾਂ ਆਉਣ ਲੱਗ ਗਈਆਂ। ਉਹ ਤੇਰੀ ਜੱਗੇ ਤੂੰ, ਉਹ ਸ਼ੁਕਰ ਹੈ ਭਰਾਵਾ, ਤੂੰ ਘੱਟ ਤੋਂ ਘੱਟ ਪੀਤੀ ਖਾਧੀ ਦਾ ਦਰਸ਼ਨ ਦੇ ਹੀ ਦੇਣਾ। ਜਦੋਂ ਤੂੰ ਹੁੰਦਾ ਸੀ ਕਿੰਨੀਆਂ ਮੌਜਾਂ ਆਉਂਦੀਆਂ ਸੀ, ਆਪਾਂ ਅੱਧ ਅੱਧ ਪੈਸੇ ਪਾ ਕੇ ਆ ਲੈ ਆਉਂਦੇ ਸੀ ਅਧੀਆ। ਹੁਣ ਦੇਖ ਲੈ ਤੇਰੇ ਯਾਰ 'ਤੇ ਇਕੱਲੇ 'ਤੇ ਭਾਰ ਪੈ ਗਿਆ। ਚੱਲ ਮੈਂ ਚੱਲਿਆ ਯਾਰਾ, ਹੁਣ ਫਿਰ ਤੂੰ ਵੀ ਇੱਥੋਂ ਜਾ, ਛੂ ਕਰਕੇ ਜਾ। ਹੁਣ ਕਿਹਨੂੰ ਉਡੀਕਦਾ ਇੱਥੇ? ਹੁਣ ਕੀ ਤੂੰ ਮੇਰਾ ਬਿੱਲ ਦੇ ਦੇਗਾ? ਜਾ, ਬਾਏ, ਲਵ ਯੂ ਆਲ। ਰੋਜ਼ ਆਉਂਦਾ? ਰੋਜ਼ ਕੀ ਜੀ, ਇਹ ਤਾਂ ਦਿਨ 'ਚ ਚਾਰ ਚਾਰ ਵਾਰੀ ਆਉਂਦਾ, ਇੱਥੇ ਸਾਹਮਣੇ ਚੌਂਕੀਦਾਰ ਲੱਗਾ। ਮੇਰੇ ਯਾਰ ਦੀ ਰੂਹੇ, ਹੁਣ ਘਰ ਤੱਕ ਛੱਡਣ ਜਾਵੇਗਾ। ਬੜਾ ਪਿਆਰ ਕਰਦਾ ਤੂੰ ਮੈਨੂੰ। ਆਪਾਂ ਵੀ ਜਦੋਂ ਦਾ ਤੂੰ ਮਰ ਗਿਆ ਸੀ ਨਾ, ਪਿੰਡ ਛੱਡਤਾ। ਤੈਨੂੰ ਪਤਾ ਵੀ ਆਪਾਂ ਨੂੰ ਸਲੂਟ ਮਾਰਨ ਦੀ ਆਦਤ ਸੀ, ਪੁਲਿਸ 'ਚ ਨਾ ਸਹੀ, ਆਪਾਂ ਸਿਕਿਉਰਟੀ ਗਾਰਡ ਬਣ ਗਏ। ਪਰ ਲੋਕ ਮੈਂ ਅੱਜ ਤੱਕ ਵੀ ਨਹੀਂ ਭੁੱਲਿਆ। ਸੁਣਾਵਾਂ ਤੈਨੂੰ? ਓਏ, ਤੇਰੇ ਪੇਟ 'ਚ ਇੰਨੀਆਂ ਗੋਲੀਆਂ ਮਾਰੂੰ, ਇੰਨੀਆਂ ਗੋਲੀਆਂ ਮਾਰੂੰ ਕਿ ਡਾਕਟਰ ਵੀ ਸੋਚਣ 'ਤੇ ਮਜਬੂਰ ਹੋ ਜਾਏ, ਟਾਂਕੇ ਲਾਵਾਂ ਜਾਂ ਦਰਜੀ ਤੋਂ ਸਿਉਣ ਮਰਵਾ ਲਿਆਵਾਂ। ਬਈ ਆਪਾਂ ਡਰਦੇ ਨਹੀਂ ਕਿਸੇ ਤੋਂ। ਚੰਗਾ ਭਲਾ ਪਿੰਡ ਰਹਿੰਦਾ ਸੀ, ਕੀ ਲੋੜ ਸੀ ਸ਼ਹਿਰ ਆ ਕੇ ਚੌਕੀਦਾਰ ਬਣ ਕੇ ਧੱਕੇ ਖਾਣ ਦੀ? ਪਤਾ ਨਹੀਂ ਕਿੱਥੇ ਰਹਿੰਦਾ ਹੁਣ। ਮੇਰੇ ਯਾਰ ਜੱਗੇ ਦੀ ਰੂਹ, ਇਹ ਤਾਂ ਮੈਨੂੰ ਪੀਤੀ 'ਚ ਰਾਤ ਨੂੰ ਮਿਲਦੀ ਸੀ, ਹੁਣ ਤਾਂ ਲੱਗਦਾ ਸਵੇਰ ਹੋ ਗਈ। ਲੱਗਦਾ ਉੱਤਰ ਹੀ ਨਹੀਂ ਹਜੇ। ਮੈਂ ਜੱਗਾ ਹੀ ਹਾਂ, ਇਹ ਤਾਂ ਬੋਲਦੀ ਵੀ ਹੈ, ਉੱਤਰ ਹੀ ਨਹੀਂ ਰਹੀ। ਮੈਨੂੰ ਠੇਕਣਾ ਨੇ, ਪਤਾ ਨਹੀਂ ਕੀ ਪਤਾ। ਜੱਗਾ ਜਿਉਂਦਾ ਹੈ? ਇਹ ਕਿਵੇਂ ਜਿਉਂਦਾ? ਸਾਰੇ ਪਿੰਡ ਵਾਲੇ ਨੂੰ ਪਤਾ, ਮੈਂ ਉਹਦਾ ਆਪਣੇ ਹੱਥੀ ਸੰਸਕਾਰ ਕਰਕੇ ਆਇਆ। ਜੱਗਾ ਤਾਂ ਮਰ ਗਿਆ। ਸਹੀ ਹੈ, ਪਰ ਜੱਗਾ ਜਿਉਂਦਾ ਹੈ। ਜੱਗਾ ਮਰ ਗਿਆ? ਉਹ ਜੱਗਾ ਜਿਉਂਦਾ ਹੈ। ਉਹ ਹੋਇਆ ਇਦਾਂ, ਜਦ ਤੇਰੇ ਕਹਿਣ ਤੇ ਮੈਂ ਪ੍ਰੀਤੋ ਨੂੰ ਲੈ ਕੇ ਨਿਕਲਿਆ ਤੇ ਅੱਗੇ ਜਾ ਕੇ ਉਹਦੇ ਭਰਾਵਾਂ ਨੇ ਮਾਰਤੀ ਮੈਨੂੰ ਗੋਲੀ, ਮੈਂ ਸੱਚੀ ਮਰ ਗਿਆ ਸੀ। ਫਿਰ ਉੱਥੇ ਆ ਗਏ ਯਮਦੂਤ, ਯਮਦੂਤ ਮੈਨੂੰ ਚੱਕ ਕੇ ਲੈ ਗਏ ਉੱਪਰ। ਉੱਪਰ ਜਾ ਕੇ ਪਤਾ ਚੱਲਦਾ ਹੈ ਮੈਂ ਤਾਂ ਬੰਦਾ ਗਲਤੀ ਨਾ ਲੈਣ ਦਾ। ਸੇਮ ਉਹੀ ਹੈ, ਮੋਬਾਈਲ ਦੂਜਾ। ਉਹ ਯਾਰ, ਬੋਡੀ ਕਿਸੇ ਹੋਰ ਦੀ ਹੈ ਪਰ ਰੂਹ ਜੱਗੇ ਦੀ ਹੈ। ਹੁਣ ਇਹੀ ਜੱਗਾ ਹੈ, ਜੱਗਾ ਹਾਂ ਮੈਂ। ਸੱਚੀ? ਉਹ ਹਾਂ, ਮਸਲ ਤਾਂ ਉਹੀ ਲੱਗਦੇ ਨੇ। ਯਾਰ ਜਿਉਂਦਾ ਮੇਰਾ? ਸ਼ੁਕਰ ਰੱਬ ਦਾ, ਮੇਰਾ ਯਾਰ ਜਿਉਂਦਾ। ਤੂੰ ਸਾਰਾ ਕੁਝ ਦੇਖਿਆ ਉੱਤੇ? ਵੇਖਾ। ਮੈਨੂੰ ਵੀ ਕਿਸੇ ਨੂੰ ਦਿਖਾ ਕੇ ਲਿਆ? ਉਹ ਯਮ ਲੋਕ ਹੈ, ਚਿੜੀਆ ਘਰ ਨਹੀਂ। ਅੱਛਾ, ਮੇਰਾ ਯਾਰ ਜਿਉਂਦਾ।
जय हिंद जनाब जी, मैं जैलो थानेदारनी। मनु एक गल दसो जी। जनाब आ थोड़े बीबी हरलीन मान मेरे ते इन्ने औखे क्यों रहंदे? दरअसल जी मान साहब नु ईमानदार लोग पसंद ने जी। हैं मैं लुच्चा? नहीं नहीं जनाब, एहो जी कोई गल नहीं। दरअसल उन्हां नु थोड़ी एमएलए ना नेड़ता पसंद ने जी, ते उन्हां दे दो नंबर दे कम्मां ते रोक ना लाउणी तां बिल्कुल ही पसंद नहीं जी। जो मर्जी करो, मैनू कोई फर्क नहीं पैंदा, लेकिन ऐसा कोई काम नहीं करोगे जो SHO हरलीन मान नू पसंद नहीं ते सरदार साहब नू पसंद नहीं। सरदार साहब? ओ जैकी श्रॉफ? ओ जैकी श्रॉफ नहीं होए, आ तेरा प्यो सरदार साहब। जे थोड़ी गल ना मनिए फिर जांदे होए अपनी शमशान च ग्रुप बुकिंग पा जायो, नाम मेरा लै दियो, डिस्काउंट मिल जाओ। ना मनिए फिर। MLA साहब तुसी दिल्ली की गए? आप ते पिछों उस DSP ने साडे सारे काम बंद कराते, ते विक्रम नू SHO हरलीन मान ने ओसे DSP दी शायद चक्या है। अभी ये तेनू कोई गलत फहमी हुई है, और DSP ता अपना बंदा है। ना जी ना, कुत्ता हल्का आ गया है, पैसे वेख के अपने वाल आया सी, ते पैसे वेख के दूजी तेरे वाल चला गया होना। ये MLA साहब, मैं तो थोड़ी वेट करता सी। ले आ गए ना दान दाता। ओ ता है, हुन ले जो नू छुड़ा के। दो टके दा DSP, तेरी अन्नी जरत कि तू मेरे फरजंद नू हाथ पावे, आए तेनू मौतों रत्ता भी खौफ नहीं आंदा। मनु लगदा तेरे फरजंद नू गिरफ्तार करके साडे तो गलती हुई, क्योंकि तेरे फरजंद दे नाल नाल तैनू भी अंदर डक देना चाहिदा सी। चाची तू भी ओही देख रही है जो मैं देख रही पई हां? नहीं, मैं तो संतां दा दीवान देखदी हां, ऐजियां गंदियां मंदियां चीजां नहीं मैं फोन ते देखदी। चाची की बोली जानी है, सामने वेख की ड्रामा चलदा पिया। जिस कानून दा पाठ पढ़ के तू ए बिल्ले लाया ना, ओ कानून मेरी जुत्ती ते थल्ले निकलदा, सब्बां विच सौण दा चस्का है मैनू। ते जेड़े बुक्कड़ च सप पड़दे ने उन्हां दे दंद भी कड़ दिंदे ने, समझे? फिलहाल तां अपने मुंडे नू बाहर कढ, जे मेरा मूड बदल गया मैं किते ओदी अर्थी ना कढ दवां। मैं सब कुछ बर्दाश्त कर सकदा, लेकिन किसे धी भैण दे नाल बदतमीजी बिल्कुल भी नहीं। Thank you so much. तुसी पुलिस चो? मैं भी पुलिस हूँ चाची। आ देखो DSP, पता नहीं। मैं सब कुछ बर्दाश्त कर सकता, लेकिन किसे धी भैण दे नाल बदतमीजी बिल्कुल भी नहीं। चाह मान साहब, मान साहब, मान साहब चाह। चाची मैं एक गल पूछा, DSP बारे तेरा की ख्याल है? हाय हाय मान साहब, मैंने तो कदे मेरे बंदे का ख्याल नहीं आया, DSP बारे का तो आणगे। चाची मैं ता पूछया, आजकल DSP बारे मेरे ख्याल बदल रहे ने। ओ तेरी इश्क इश्क मैडम जी, मैनू लगदा है DSP बदल गया। ल बंदा ना किया मिनट च बदल जांदा क्रिकेट वांगू।
ਮੇਰੇ ਵਾਲੇ ਥਾਣੇਦਾਰ ਨੂੰ ਲੈ ਲੈ, ਵਿਆਹ ਤੋਂ ਪਹਿਲਾਂ ਬੜਾ ਹਾਂਜੀ ਹਾਂਜੀ ਤੇ ਹੁਣ ਕੁੱਤੇ ਨੂੰ ਭੌਂਕਦਾ। ਜਾਓ ਜਾ ਕੇ ਕੁਝ ਕੰਮ ਕਰ ਲੋ, ਸਾਰੀ ਫੀਲਿੰਗ ਦੀ ਲੱਸੀ ਕਰਦੀ। ਲੱਤੀ ਸੁਪਨੇ ਨਾ ਕੋਈ ਫਰਾਰੀ। ਐਸਐਸਪੀ ਸਾਹਿਬ ਜੀ, ਜਨਾਬ ਦਲਜੀਤ ਤੈਨੂੰ ਐਮਐਲਏ ਸਾਹਿਬ ਮਿਲਣਾ ਚਾਹੁੰਦੇ ਨੇ। ਐਮਐਲਏ ਸਾਹਿਬ ਮਿਲਣਾ ਚਾਹੁੰਦੇ ਨੇ? ਹਾਂ ਮਿਲ ਲੈਣੇ ਆ, ਉਹਨਾਂ ਦੇ ਫਾਰਮ ਹਾਊਸ ਤੇ ਆ ਜਾ। ਹੁਣੇ ਆ ਐਸਐਸਪੀ ਜੀ, ਇਹ ਦੁਨੀਆ ਇੱਕ ਜੰਗਲ ਹੈ, ਜੰਗਲ ਵਿੱਚ ਰਹਿ ਕੇ ਸ਼ੇਰ ਨਾਲ ਫੈਰ ਨਹੀਂ ਪਾਈਦਾ, ਅਜੇ ਵੀ ਫੇੜਾ ਨੂੰ ਮੋੜ ਲੈ, ਇਹਦੇ ਵਿੱਚ ਤੇਰਾ ਵੀ ਫਾਇਦਾ ਹੈ ਤੇ ਤੇਰੇ ਟੀਐਸਪੀ ਦਾ ਵੀ। ਜਨਾਬ ਉਹ ਨਵਾਂ ਨਵਾਂ ਭਰਤੀ ਹੈ, ਨਵਾਂ ਖੂਨ ਹੈ, ਤੁਸੀਂ ਉਹਦਾ ਗੁੱਸਾ ਨਾ ਕਰੋ। ਆ ਸ਼ਟ ਅਪ, ਤੂੰ ਅਜੇ ਮੇਰਾ ਗੁੱਸਾ ਦੇਖਿਆ ਕਿੱਥੇ? ਜੇ ਤੈਨੂੰ ਝਲਕ ਦਿਖਾ ਦਿਆਂ ਤੇਰੇ ਸਰੀਰ ਦੇ ਚੀਥੜੇ ਉੱਡ ਜਾਣਗੇ। ਆਓ ਦਲਜੀਤ, ਅਸੀਂ ਸਾਰੇ ਤੇਰੀ ਗੱਲ ਕਰਦੇ ਸੀ। ਕਰੋ ਕਰੋ ਐਸਐਸਪੀ ਸਾਹਿਬ, ਗੱਲ ਵੀ ਤਾਂ ਉਸੇ ਦੀ ਹੁੰਦੀ ਹੈ ਜਿਸ 'ਚ ਕੋਈ ਗੱਲ ਹੋਵੇ। ਐਮਐਲਏ ਸਾਹਿਬ ਨਾਰਾਜ਼ ਨੇ ਤੇਰੇ ਨਾਲ। ਹਾਂ, ਨਾਰਾਜ਼ਗੀ ਤੇ ਡਰ ਐਮਐਲਏ ਸਾਹਿਬ ਦੇ ਚਿਹਰੇ ਤੋਂ ਸਾਫ਼ ਝਲਕ ਰਿਹਾ। ਕੁੱਤੇ ਬਿੱਲੇ ਸ਼ੇਰ ਦਾ ਚਿਹਰਾ ਵੇਖ ਕੇ ਉਹਦੀ ਤਾਕਤ ਦਾ ਅੰਦਾਜ਼ਾ ਨਹੀਂ ਲਾਉਂਦੇ, ਨਾ ਹੀ ਉਹਦੀ ਪੂਛ ਤੇ ਪੈਰ ਰੱਖਦੇ ਨੇ। ਤੇਰੇ ਵਰਗੇ ਜਵੰਨੀ ਦਵੰਨੀ ਤੇ ਡੀਐਸਪੀ ਕਈ ਆਏ ਤੇ ਕਈ ਗਏ, ਮੇਰੀ ਗੱਲ ਨਹੀਂ ਮੰਨੀ, ਮੈਂ ਉਹਨਾਂ ਨੂੰ ਸ਼ਮਸ਼ਾਨ ਘਾਟ ਦੀ ਚੌਖਟ ਤੇ ਚੜਾ ਦਿੱਤਾ, ਸਮਝਿਆ? ਐਮਐਲਏ ਸਾਹਿਬ, ਮੈਨੂੰ ਥੋੜੀ ਤਰ੍ਹਾਂ ਗੱਲਾਂ 'ਚ ਘੁਮਾ ਫਿਰਾ ਕੇ ਬੰਦਿਆਂ ਨੂੰ ਡਰਾਉਣਾ ਜਾਂ ਧਮਕਾਉਣਾ ਨਹੀਂ ਆਉਂਦਾ, ਸਿੱਧਾ ਸਾਹਮਣੇ ਖੜਾ ਹੋ ਕੇ ਅੱਖਾਂ 'ਚ ਅੱਖਾਂ ਪਾ ਕੇ ਕਹਿ ਰਿਹਾ, ਚਿੱਟੇ ਦਾ ਕੰਮ ਬੰਦ ਕਰ ਦੇ। ਉਹ ਡੀਐਸਪੀ ਕੀ ਕਰੇ, ਕੀ ਕਰੇਗਾ? ਠੋਕ ਦਿਆਂਗਾ। ਦਲਜੀਤ ਪਾਗਲ ਹੋ ਗਿਆ ਤੂੰ, ਇਹ ਕੀ ਕਰ ਰਿਹਾ? ਚੱਲ ਛੱਡ ਇਹਨੂੰ। ਉਹ ਸਾਹਮਣੇ ਅਯਾਸ਼ੀ, ਡੀਐਸਪੀ ਦਲਜੀਤ ਸਾਹਮਣੇ ਬਦਮਾਸ਼ੀ, ਦੁਬਾਰਾ ਨਾ ਕਰੀ। ਸਰੀਰ ਥੋੜਾ ਥੱਕਿਆ ਹੋਇਆ ਸੀ। ਅੱਛਾ, ਥੱਕਿਆ ਤੇ ਯਾਰ ਮੈਂ ਵੀ ਹੋਇਆ। ਅੱਛਾ ਜੀ, ਫਿਰ ਕਿਵੇਂ ਕਰਨਾ? ਆ ਜਾ ਥੱਲੇ ਫਿਰ। ਚਲੋ ਜੀ, ਵੈਰੀ ਗੁੱਡ। ਹਾਂ 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 ਹਾਂਜੀ, ਆ ਗਿਆ ਨਜ਼ਾਰਾ। ਨਜ਼ਾਰਾ ਤੇ ਯਾਰ ਹੱਥ ਕਿੱਡੀ ਦਾ ਆਉਂਦਾ, ਅੰਗਰੇਜ਼ੀ ਗੁਰੂਜੀ ਸਾਡਾ ਕੁਛ ਨਹੀਂ ਵਿਗਾੜ ਸਕਦੀ। ਇਹਦਾ ਮਤਲਬ ਤੁਹਾਨੂੰ ਚੜੀ ਨਹੀਂ? ਚੜੀ? ਹਾਂ, ਬਿਲਕੁਲ ਵੀ ਨਹੀਂ। ਓ ਜੈ ਹਿੰਦ ਜਨਾਬ। ਜੈ ਹਿੰਦ, ਉਹ ਤੂੰ ਫੇਰ ਆ ਗਿਆ, ਕਿਹਦੇ ਨਾਲ ਗੱਲਾਂ ਕਰੀ ਜਾਂਦਾ, ਨਾਲੇ ਕਹਿੰਦਾ ਚੜੀ ਨਹੀਂ। ਜਨਾਬ, ਬਿੱਲੂ ਕਾਮਰੇਡ ਲੋਕਾਂ ਦੇ ਕੰਮ ਕਰਦਾ ਕਰਦਾ ਮਰ ਗਿਆ, ਤੁਸੀਂ ਮੇਰਾ ਕੋਈ ਕੰਮ ਹੀ ਨਹੀਂ ਕਰਦੇ। ਤੂੰ ਕੰਮ ਕਰਨ ਨੂੰ ਥੋੜੀ ਕਹਿ ਰਿਹਾ, ਤੂੰ ਤੇ ਖੂਨ ਕਰਨ ਨੂੰ ਕਹਿ ਰਿਹਾ। ਹੈਂ, ਇਹ ਕਿਹਦੇ ਖੂਨ ਦੀ ਗੱਲ ਕੀਤੀ ਹੈ ਤੁਸੀਂ? ਦੇਖ, ਜੇ ਪੈਗ ਪੁਗ ਲੈਣਾ ਤੇ ਬੈਠ, ਨਹੀਂ ਤੇ ਤਿੱਤਰ ਹੋ ਜਾ। ਪੀ ਤਾਂ ਮੈਂ ਜਾਣਦਾ, ਹੁਣ ਦਾਰੂ ਦੀਆਂ ਕੁਰਲੀਆਂ ਕਰਨ ਲੱਗ ਜਾ। ਦੇਖੋ ਕਾਮਰੇਡ ਸਾਹਿਬ, ਤੁਸੀਂ ਦੇਬੋ ਨੈਣ ਨੂੰ ਭੁੱਲ ਜਾਓ ਤੇ ਖੁਸ਼ੀ ਖੁਸ਼ੀ ਜ਼ਿੰਦਗੀ ਬਿਤਾਓ। ਮੌਤ ਤੋਂ ਬਾਅਦ ਵੀ ਕੋਈ ਜ਼ਿੰਦਗੀ ਹੁੰਦੀ ਹੈ? ਦੇਖੋ
ਦੋ ਪੈਗ ਮਾਰ ਕੇ ਹੋਰ ਹੀ ਪਾਸੇ ਤੁਰ ਪਿਓ ਤੁਸੀਂ। ਤੂੰ ਵੀ ਪੈਗ ਲਾ ਕੇ ਹੀ ਦਿੱਬਨ ਨੂੰ ਭੁੱਲੇਂਗਾ ਪਾਲੇ। ਬਣਾ ਪੈਗ ਕਾਮਰੇਡ ਵਾਸਤੇ ਇੱਕ ਮੋਟਾ ਜਿਹਾ, ਉਹ ਅੰਨੀ ਦਿਆ ਕੀ ਵੇਖੀ ਜਾਣਾ ਹੈ। ਕਾਮਰੇਡ ਵਾਸਤੇ ਪੈਗ ਪਾ ਇੱਕ। ਕਾਮਰੇਡ ਸਾਹਿਬ ਹੈ ਕਿੱਥੇ ਨੇ? ਉਹ ਤੂੰ ਮੇਰੇ ਤੋਂ ਗੋਲੀ ਖਾ ਲੇਗਾ, ਤੈਨੂੰ ਦੱਸ ਰਿਹਾ ਮੈਂ। ਤੈਨੂੰ ਇਹ ਚਿੱਟੇ ਕੁੜਤੇ ਪਜਾਮੇ ਚ ਕਾਮਰੇਡ ਨਜ਼ਰ ਨੀ ਆਉਂਦਾ? ਹਾਂਜੀ ਹਾਂਜੀ, ਬੀ ਗਿਆ। ਮੈਂ ਸੋਚਿਆ ਪਤਾ ਨੀ ਕਿਹਦੀ ਗੱਲ ਕਰਦੇ ਨੇ। ਹੋਰ ਇੱਥੇ ਹੈ ਕੌਣ ਤੇਰੇ ਮੇਰੇ ਤੇ ਕਾਮਰੇਡ ਸਾਹਿਬ ਦੇ ਇਲਾਵਾ? ਲਓ ਜੀ, ਕਾਮਰੇਡ ਸਾਹਿਬ ਆਪਣੇ ਬਾਲ ਬੱਚੇ ਰਾਜੀ ਨੇ। ਉਹ ਅੰਨੀ ਦਿਆ ਉੱਥੇ ਕਿੱਥੇ ਮੂੰਹ ਚੱਕਿਆ, ਆ ਬੈਠਾ ਕਾਮਰੇਡ। ਜਨਾਬ ਇਹਨੂੰ ਛੱਡੋ, ਪਹਿਲਾਂ ਮੇਰੀ ਗੱਲ ਸੁਣੋ। ਮੇਰਾ ਕੰਮ ਬੇਸ਼ੱਕ ਥੋੜ੍ਹਾ ਬਹੁਤ ਅਟਕ ਕੇ ਕਰਦੇ ਹੋ, ਪਰ ਮੇਰਾ ਇੱਕ ਖਾਸ ਬੰਦਾ ਹੈ, ਉਹਦਾ ਕੰਮ ਪਹਿਲਾਂ ਕਰਨਾ ਹੈ। ਆਓ ਜੀ ਖੁਰਾਣਾ ਸਾਹਿਬ। ਇਹ ਨਹੀਂ ਜੀ ਸਾਡੇ ਖੁਰਾਣਾ ਸਾਹਿਬ, ਮੇਰੇ ਬਹੁਤ ਪੁਰਾਣੇ ਮਿੱਤਰ, ਅਸੀਂ ਦੋਵੇਂ ਇਕੱਠੇ ਮਿਲੇ ਸੀ। ਉਹ ਯਾਰ ਤੇ ਫਿਰ ਮੈਂ ਕੀ ਕਰਾਂ? ਦੇਖੋ ਕੋਈ ਪੈਗ ਪੁੱਗ ਦੀ ਸੇਵਾ ਹੈ ਤੇ ਦੱਸੋ, ਨਹੀਂ ਤੇ ਚੱਲੋ। ਉਪਾਲ ਬਣਾ ਪੈਗ ਖੁਰਾਣਾ ਦਾ ਵੀ। ਕਮਾਲ ਦਾ ਬੰਦਾ ਹੈ, ਨਾਲੇ ਕਹਿੰਦਾ ਇੱਥੇ ਤੇਰੇ ਮੇਰੇ ਔਰ ਕਾਮਰੇਡ ਤੋਂ ਸਿਵਾ ਕੋਈ ਬੰਦਾ ਨਹੀਂ। ਇਹ ਖੁਰਾਣਾ ਕਿੱਥੋਂ ਕੱਢ ਲਿਆ ਹੁਣ? ਆ ਪੈਗ ਫੜੋ ਜੀ ਖੁਰਾਣਾ ਸਾਹਿਬ। ਉਹ ਅੰਨਿਆ, ਇਹ ਕਾਮਰੇਡ ਸਾਹਿਬ। ਇਹ ਕਾਮਰੇਡ ਹੈ? ਹੋਰ ਤੇ ਫਿਰ ਖੁਰਾਣਾ ਕਿੱਥੇ ਹੈ? ਖੁਰਾਣਾ ਸਾਹਿਬ ਆ ਖੜੇ ਨੇ। ਅੱਛਾ ਹੁਣ ਮੈਨੂੰ ਇੱਕ ਗੱਲ ਦੱਸੋ। ਇਹ ਕਾਮਰੇਡ ਹੈ ਖੁਰਾਣਾ ਹੈ? ਆ ਤੁਹਾਨੂੰ ਚੋਪੜਾ ਸਾਹਿਬ ਦਿੰਦੇ ਨੇ? ਨਹੀਂ। ਜਦੋਂ ਤੁਹਾਨੂੰ ਚੋਪੜਾ ਸਾਹਿਬ ਨਹੀਂ ਦਿੰਦੇ ਫਿਰ ਮੈਨੂੰ ਇੱਥੇ ਛੁਣਛੁਣਾ ਦੇਖਣਾ? ਓਹੋ ਮੈਂ ਤੇ ਭੁੱਲ ਹੀ ਗਿਆ ਕਿ ਭੂਤੇ ਇਕੱਲੇ ਮੈਨੂੰ ਦਿਖਦੇ ਨੇ। ਭੂਤ ਲਓ ਭੈਣ ਜੀ ਚਾਹ। ਭੈਣ ਜੀ ਤੁਹਾਨੂੰ ਕੋਈ ਪੁੱਛਿਆ ਪੱਛਿਆ ਵਾਲਾ ਬਾਬਾ ਜਾਣਦਾ ਭੂਤ ਕਢਾਉਣਾ? ਵੇ ਸੁੱਖੀ ਸਾਂਦੀ, ਕਿਹਨੂੰ ਭੂਤ ਚੰਬੜ ਗਿਆ? ਆਪਣੇ ਡੀਐਸਪੀ ਸਾਹਿਬ ਨੂੰ। ਕੀ ਕਹਿਣਾ ਪਿਆ? ਰਾਤ ਬੜੀਆਂ ਅਜੀਬ ਅਜੀਬ ਗੱਲਾਂ ਕਰਦੀ ਸੀ, ਉਹਨਾਂ ਦਾ ਭੂਤ ਕਢਾਉਣਾ। ਵੇ ਦੰਦ ਨਾ ਕਢਾ ਲਈ ਆਪਣੇ। ਹੈ ਮਸਾ ਮਸਾ ਵਾਹਿਗੁਰੂ ਨੇ ਮੇਰੀ ਸੁਣੀ ਹੈ। ਵਾਹਿਗੁਰੂ ਨੇ ਤਾਂ ਸਿਰਫ ਸੁਣੀ ਹੈ, ਮੈਂ ਤਾਂ ਅੱਖਾਂ ਨਾਲ ਦੇਖਿਆ, ਰਾਤ ਹਵਾ ਨਾਲ ਗੱਲਾਂ ਕਰਦੇ ਸੀ। ਵੇ ਪਾਲਿਆ, ਜੇ ਮੇਰੇ ਪੁੱਤ ਨੂੰ ਕੋਈ ਭੂਤ ਚੰਬੜਿਆ ਨਾ ਤਾਂ ਚੰਬੜਿਆ ਹੀ ਰਹਿਣ ਦੇ, ਬੜਾ ਚੰਗਾ ਭੂਤ ਹੈ। ਜਾ ਕੇ ਮੇਰੇ ਪੁੱਤ ਨੂੰ ਦੁੱਧ ਦੇ ਆ। ਉਹ ਰੱਬਾ ਇੰਨੀ ਖੂਬਸੂਰਤੀ, ਸਦਕੇ ਹੀ ਜਾਵਾਂ, ਕਿਆ ਅੱਖਾਂ, ਕਿਆ ਰੰਗ, ਓਹੋ ਹੋ ਹੋ ਸਮਾਈਲ ਵੀ ਰੱਬਾ, ਤੂੰ ਤਾਂ ਕਮਾਇਲ ਕੀਤਾ ਹੋਇਆ, ਤੈਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ ਜੱਗਿਆ। ਆਈ ਲਵ ਯੂ। ਤੂੰ ਕੀ ਚਾਤੀ ਮਾਰੀ ਜਾਂਦਾ? ਆ ਜਾ ਹੁਣ, ਆ ਲਓ ਜੀ ਦੁੱਧ। ਵੈਸੇ ਪਾਲਿਆ ਜੀ, ਜਿੰਨੀ ਕੁ ਰਾਤੀ ਦਾਰੂ ਚੱਲੀ ਹੈ ਉਹ ਸਭ ਨਾਲ ਬਣਦੀ ਤਾਂ ਲੱਸੀ ਸੀ, ਚੱਲ ਕੋਈ ਨਾ ਦੁੱਧ ਹੀ ਸਹੀ, ਪਰ ਇੰਨਾ ਦੁੱਧ? ਜਨਾਬ ਕਾਮਰੇਡ ਤੇ ਖੁਰਾਣਾ ਸਾਹਿਬ ਨਹੀਂ ਆਏ। ਕਾਮਰੇਡ, ਇਹਨੂੰ ਕਿਵੇਂ ਪਤਾ ਕਾਮਰੇਡ ਬਾਰੇ? ਕਿਹੜਾ ਕਾਮਰੇਡ ਹੈ, ਐਵੇਂ ਮੇਰੇ ਸਿਰ ਤੇ ਖੜਾ ਹੋ ਗਿਆ, ਚੱਲ ਨਿਕਲ ਇੱਥੋਂ ਹੁਣ। ਕਾਮਰੇਡ ਡੀਐਸਪੀ ਤਾਂ ਠੀਕ ਲੱਗਦਾ, ਲੱਗਦਾ ਮੈਨੂੰ ਵੀ ਰਾਤ ਜ਼ਿਆਦਾ ਹੋ ਗਈ ਸੀ, ਚੱਲ ਛੱਡ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਬਸ ਜੀ ਸਿਕਿਉਰਿਟੀ ਗਾਰਡ ਦੀ ਨੌਕਰੀ ਕਰੀ ਜਾਂਦੇ ਜੀ ਇੱਥੇ, ਬਸ ਵਕਤ ਨੂੰ ਧੱਕੇ ਦਿੰਦੇ ਹਾਂ ਜੀ। ਅੱਛਾ, ਸੱਚੀ? ਹਾਂਜੀ ਬੋਲ ਰਿਹਾ। ਉਹ ਤੂੰ ਪੁਲਿਸ 'ਚ ਭਰਤੀ ਹੋ ਗਿਆ? ਮੈਂ ਪੁਲਿਸ 'ਚ ਭਰਤੀ ਹੋ ਗਿਆ। ਸਿਪਾਹੀ ਦੀ ਨੌਕਰੀ ਲੱਗੀ ਹੈ? ਓ ਮੈਂ ਸਿਪਾਹੀ ਬਣ ਗਿਆ, ਮੈਂ ਸਰਕਾਰੀ ਬੰਦਾ ਬਣ ਗਿਆ, ਚੱਕੋ ਆਪਦਾ ਡੰਡਾ।
ਮੈਨੂੰ ਲੱਗਦਾ ਸਾਡੀ ਬਹੁਤ ਬਣੂਗੀ। ਮੈਨੂੰ ਤਾਂ ਨਹੀਂ ਲੱਗਦਾ। ਇੱਦਾਂ ਕਿਤਾ ਜੀ, ਸਿਰਫ ਦੋ ਹੀ ਬੰਦੇ ਜੱਟ ਦੇ ਮੱਥੇ ਵਾਰ ਵਾਰ ਲੱਗਦੇ ਨੇ, ਇੱਕੋ ਜਿਹਨੇ ਜੱਟ ਨਾਲ ਦੁਸ਼ਮਣੀ ਪਾਣੀ ਹੋਵੇ ਤੇ ਦੂਜਾ ਜਿਹਨੇ ਪਿਆਰ। ਉਹ ਇੱਦਾਂ ਸੀ ਜੀ, ਅੱਜ ਮੇਰੇ ਕੋਲ ਸਰਕਾਰੀ ਗੱਡੀ ਨਹੀਂ ਸੀ, ਤੁਸੀਂ ਮੈਨੂੰ ਆਫਿਸ ਡਰੌਪ ਕਰ ਸਕਦੇ ਹੋ? ਕੁਛ ਗਲਤ ਕਹਿਤਾ? ਮੰਨ ਗਈ ਬੀਬੀ, ਚੱਲ ਬਈ ਜਗਿਆ। ਕੀ ਹੋਇਆ? ਫੋਨ। ਹੈਲੋ। ਬੜਾ ਕਾਨੂੰਨ ਸਿਖਾ ਰਿਹਾ ਸੀ ਨਾ ਉਸ ਦਿਨ ਥਾਣੇ 'ਚ, ਆਹ ਜਿਹੜਾ ਕਾਨੂੰਨ ਤੇਰੀ ਪਿਛਲੀ ਸੀਟ 'ਤੇ ਬੈਠਾ, ਅੱਜ ਇਹ ਤੋੜਨਾ ਹੈ, ਉਹ ਵੀ 24 ਘੰਟੇ 'ਚ। ਬਚਾ ਸਕਦਾ ਤਾਂ ਬੱਚਾ ਵਾਲੀਆਂ ਆਪਣੀ ਸਪਾਟਨ ਨੂੰ। ਤੈਨੂੰ ਥਾਣੇ ਜਾਣ ਦੀ ਜਲਦੀ ਤਾਂ ਨਹੀਂ? ਨਹੀਂ, ਕੁਛ ਕੰਮ ਹੈ। 2 ਮਿੰਟ ਦਾ। ਠੀਕ ਹੈ, 2 ਮਿੰਟ ਤੋਂ ਜ਼ਿਆਦਾ ਟਾਈਮ ਨਾ ਲਾਇਓ। ਬੜਾ ਟਾਈਮ ਤੇ ਜੱਟ ਲਾਉਂਦਾ ਹੀ ਨਹੀਂ। ਚੌਵੀ ਘੰਟੇ 48 ਘੰਟੇ ਦਾ ਡਰਾਮਾ ਲਾਇਆ, ਆ ਖੜੀ ਆ ਤੇਰੇ ਸਾਹਮਣੇ, ਕਰ ਲਾ ਜੋ ਕਰਨਾ। ਮੇਰੇ ਫਾਰਮ ਹਾਊਸ ਤੇ ਆ ਕੇ ਮੇਰੇ ਨਾਲ ਪੰਗਾ, ਮੂਰਖਾ, ਵਰਦੀ ਦਾ ਇੰਨਾ ਮਾਣ ਨਾ ਕਰ, ਮੈਂ ਇਸ ਇਲਾਕੇ ਦਾ ਸ਼ੇਰ ਹਾਂ। ਸ਼ੇਰ? ਬੇਸ਼ੱਕ ਤੂੰ ਸ਼ੇਰ ਹੋਏਗਾ, ਪਰ ਕੁੱਟ ਤੈਨੂੰ ਕੁੱਤਿਆਂ ਵਾਲੀ ਪੈਣੀ ਆ, ਮੁੜ ਕੇ ਗਲਤੀ ਕਰਨ ਦੀ ਸੋਚੀ ਵੀ ਨਾ। ਆ ਚੱਕ ਗਲਾਸ 'ਚ ਬਰਫ਼ ਅਤੇ ਇੱਕ ਅੰਡੇ ਦੀ ਭੁਰਜੀ। ਇਹ ਕੀ ਬਕਵਾਸ ਹੈ ਓਏ, ਕੋਈ ਬੰਦਾ ਕੁ ਬੰਦਾ ਦੇਖ ਕੇ ਔਡਰ ਲਈਦਾ ਹੁੰਦਾ? ਕੋਈ ਆਈਸ ਕਿਊਬ, ਕੋਈ ਮਿਨਰਲ ਵਾਟਰ, ਕੋਈ ਬਟਰ ਚਿਕਨ, ਕੋਈ ਤੰਦੂਰੀ ਚਿਕਨ, ਕੋਈ ਮੁਰਗ ਮਸੱਲਮ। ਕਿਉਂ, ਲਾਟਰੀ ਨਿਕਲੀ ਆ? ਨਹੀਂ, ਤੇਰੀ ਭੂਆ ਨਿਕਲ ਗਈ। ਬਾਈ ਕੱਲ੍ਹ ਨੂੰ ਕੀ ਬਣ ਕੇ ਆਏਗਾ? ਤੇਰਾ ਫੁੱਫੜ। ਨਹੀਂ ਨਹੀਂ, ਮੇਰਾ ਮਤਲਬ ਹੈ ਬਈ, ਅੱਜ ਤੂੰ ਪੁਲਿਸ ਵਾਲਾ ਬਣ ਕੇ ਆਇਆ, ਕੱਲ੍ਹ ਨੂੰ ਕਿਹੜਾ ਭੇਸ ਧਾਰ ਕੇ ਆਏਗਾ? ਭੇਸ ਤਾਂ ਧਾਰਾਂ ਚਾਹੇ ਨਾ ਧਾਰਾਂ, ਪਰ ਮੈਂ ਤੇਰੀ ਗਿੱਚੀ 'ਚ ਜ਼ਰੂਰ ਧਰੂੰਗਾ। ਨਾਲੇ ਗੱਲ ਸੁਣ। ਹਾਂਜੀ। ਆ ਟੇਬਲ ਜੋੜ ਦੇ। ਜੀ ਜਨਾਬ। ਉਹ ਕਿੱਥੇ ਮਰ ਗਿਆ, ਸਮਾਨ ਨਹੀਂ ਲੈ ਕੇ ਆਇਆ ਤੂੰ? ਜੈ ਹਿੰਦ ਜਨਾਬ। ਹੋ ਜੱਗੇ ਤੂੰ,
जनाब हुणी इहने गुस्से च क्यों सीगे? ओ पुलिस वाले दी बोली दा मिठा घट ही हुंदा, नाले तैनू की पता की पुलिस हुंदी है, की कानून हुंदा, की तरामा हुंदियां ने। वैसे केड़ियां केड़ियां तरामा हुंदियां ने? तू पुछ के तारा लेणियां ने, तू आपदा काम कर। मैं तां तैनू इही कहना वी आ वर्दी दी कदर कर ते वर्दी आलिआं दी कदर कर। ओ तां ठीक है, पर इन्नी दारू पी जाना, लोकी की कहणगे कि पुलिस वाला दारू पींदा? जट तां सुहागे ते चढ़िआ मान नहीं हुंदा। ਹੁਣ ਤਾਂ ਫਿਰ ਯਾਰ ਕੋਲੇ ਬੱਤੀ ਵਾਲੀ ਕਾਰ ਹੈ, ਉਹ ਕੱਤੀ ਬੱਤੀ ਵਾਲੀ ਨੀ, ਲਾਲ ਬੱਤੀ ਵਾਲੀ, ਟੂਟੈ ਟੂਟੈ ਟੂਟੈ। ਪਰ ਤੈਨੂੰ ਇਹਨਾਂ ਗੱਲਾਂ ਦੀ ਕਿੱਥੇ ਸਮਝ? ਚੱਲ ਤੇਰੇ ਨਾਲ ਬਹਿ ਕੇ ਆਜੂਗੀ ਹੁਣ। ਉਹ ਬਹਿ ਕੇ ਕਿ ਤੈਨੂੰ ਤਾਂ ਰਹਿ ਕੇ ਵੀ ਸਮਝ ਨਹੀਂ ਆਉਣੀ। ਤੈਨੂੰ ਕੀ ਪਤਾ ਅਫਸਰ ਸ਼ਾਹੀ ਕੀ ਹੁੰਦੀ ਹੈ, ਕੀ ਹੁੰਦੇ ਆ ਸਾਡੇ ਰਜੇਵੇ, ਰੋਜ਼ ਦਾ ਰੁਟੀਨ ਹੈ, ਰੋਜ਼ ਨਾਮ ਚੇ ਤੇ FIR ਹੈ। ਚੱਲ ਠੀਕ ਹੈ, ਆ ਫੜ, ਅਬ ਤੂੰ ਹੀ ਪੀ, ਐਸ਼ ਕਰ। ਮੈਂ ਚੱਲਾ, ਤੂੰ ਤਾਂ ਹੁਣ ਵਿਹਲਾ। ਮੈਨੂੰ ਤਾਂ ਬਹੁਤ ਕੰਮ ਨੇ ਦਫ਼ਤਰੀ। ਇੱਕ ਗੱਲ ਹੋਰ, ਜੇ ਕੋਈ ਥਾਣੇ 'ਚ ਕੰਮ ਪੈ ਜੇ ਨਾ ਤਾਂ ਤੇਰੇ ਯਾਰ ਨੂੰ ਫੋਨ ਕਰ ਲਈ, ਐਂਬੂਲੈਂਸ ਵਾਂਗੂ ਭੱਜੇ ਆਊਂਗਾ। ਓਕੇ, ਲਵ ਯੂ ਆਲ, ਲਵ ਯੂ, ਐਸ਼ ਕਰ। ਅਬ ਮੇਰੀ ਸਿਫਾਰਿਸ਼ ਤੇ ਭਰਤੀ ਤਾਂ ਹੋ ਗਿਆ, ਪਰ ਰੱਬ ਹੀ ਰੱਖਾ ਹੈ। ਹੈਲੋ, ਹਾਂਜੀ, ਕਿੱਥੇ ਡਿਊਟੀ ਲਈ ਮਾਨ ਸਾਹਿਬ? ਫਿਲਹਾਲ ਤੇ ਜਨਾਬ ਦੇ ਦਿਲ ਤੇ ਲਈ ਆ। ਜੇ ਮੇਰੇ ਇਲਾਵਾ ਇਸ ਦਿਲ ਨੇ ਕਿਸੇ ਹੋਰ ਬਾਰੇ ਸੋਚਿਆ ਤਾਂ ਇਸੇ ਦਿਲ 'ਚ ਗੋਲੀ ਮਾਰੂ। ਵੈਸੇ ਕਿਹੜੀ ਕਸਰ ਛੱਡ ਰੱਖੀ ਆ ਜਨਾਬ ਨੇ ਜਾਨ ਲੈਣ ਜੋਗੀ? ਵੈਸੇ ਮੈਂ ਸੋਚਦਾ ਸੀਗਾ ਆਪਾਂ ਜੇ ਅੱਜ ਲੰਚ ਇਕੱਠੇ ਕਰੀਏ। ਵਾਓ, ਲੰਚ! ਜੇ ਡਿਨਰ ਹੁੰਦਾ ਤਾਂ ਜ਼ਿਆਦਾ ਵਧੀਆ ਲੱਗਦਾ, ਪਰ ਮੈਂ ਲੰਚ ਲਈ ਵੀ ਐਕਸਾਈਟਿਡ ਹਾਂ। ਚਲੋ ਫਿਰ ਮੈਂ ਐਡਰੈਸ ਸੈਂਡ ਕਰਦਾ ਤੇ ਤੁਸੀਂ ਟਾਈਮ ਤੇ ਆ ਜਾਣਾ। ਉਹ ਕੁੜੀਆਂ ਨੂੰ ਆਦਤ ਹੁੰਦੀ ਨਾ ਲੇਟ ਲੂਟ ਆਣ ਦੀ, ਮੈਂ ਤਾਂ ਕਹਿੰਦਾ। ਮੈਂ ਤਾਂ ਟਾਈਮ ਤੋਂ ਪਹਿਲਾਂ ਪਹੁੰਚੂ, ਤੁਸੀਂ ਨਾ ਲੇਟ ਹੋ ਜਾਣਾ। ਦਲਜੀਤ, ਓ ਜਹਨ ਜਨਾਬ, ਤੂੰ ਇੱਥੇ ਵੀ ਆ ਗਿਆ। ਕਦੇ ਕਿਸੇ ਨੂੰ ਚੱਜ ਦੀ ਫੀਲਿੰਗ ਨਾ ਲੈਣ ਦੇਈਂ। ਕਦੇ ਸਾਡੀਆਂ ਫੀਲਿੰਗਾਂ ਦਾ ਵੀ ਖਿਆਲ ਕਰ ਲਿਆ ਕਰੋ। ਥੋੜੀ ਤਾਂ ਯਮਰਾਜ ਨਾਲ ਸਿੱਧੀ ਗੱਲਬਾਤ ਹੈ। ਯਮਦੂਤ ਨੂੰ ਕਹੋ ਨਾ ਦੇਬੋ ਨੂੰ ਚੁੱਕ ਲਿਆਵੇ। ਦੇਖ, ਯਮਦੂਤ ਨੇ ਦੇਬੋ ਨੂੰ ਚੱਕਿਆ ਨਹੀਂ ਚੱਕਿਆ ਮੈਨੂੰ ਨਹੀਂ ਪਤਾ, ਲੇਕਿਨ ਮੇਰਾ ਹੱਥ ਚੱਕਿਆ ਜਾਣਾ ਹੀ। ਫਿਰ ਪਹਿਲੀ ਵਾਰੀ ਹੋਣਾ ਕਿ ਪੰਜਾਬ ਪੁਲਿਸ ਨੇ ਭੂਤ ਕੁੱਟਤਾ। ਪੰਜਾਬ ਪੁਲਿਸ ਤਾਂ ਹਾਥੀ ਨੂੰ ਕੱਟਾ ਕਹਿਣ ਲਾ ਦਿੰਦੀ ਹੈ। ਸਿਰਫ ਕਹਿਣ ਨਹੀਂ ਲਾ ਦਿੰਦੀ, ਬਣਾ ਵੀ ਦਿੰਦੀ ਹੈ। ਕਾਮਰੇਡਾ, ਮੈਂ ਲੇਟ ਹੋ ਰਿਹਾ। ਇੱਕ ਤਾਂ ਕਾਮਰੇਡ ਨੇ ਤੰਗ ਕਰ ਰੱਖਿਆ। ਤੂੰ ਕੌਣ ਹੈ ਬਈ? ਉਹਨਾਂ ਨੇ ਕਿਹਾ ਸੀ ਤੂੰ ਇੱਥੇ ਖੜੀ ਰਹਿ, ਮੈਂ DSP ਸਾਹਿਬ ਨਾਲ ਗੱਲ ਕਰਕੇ ਆਉਣਾ। ਉਹਨਾਂ ਨੇ ਕਿਹਨਾਂ ਨੇ? ਮੇਰੀ ਗੱਲ ਕਰ ਰਹੀ ਹੈ ਜਨਾਬ, ਆਪਣੀ ਬੱਚੀ ਹੈ, ਬਹੁਤ ਦੁਖੀ ਹੈ ਵਿਚਾਰੀ। ਉਹ ਦੁਖੀ ਤਾਂ ਯਾਰ ਮੈਂ ਹੋ ਗਿਆ, ਕਿਉਂ ਸਾਰੇ ਲੋਕਾਂ ਸਾਹਮਣੇ ਮੈਨੂੰ ਮੈਂਟਲ ਸਾਬਤ ਕਰਨ 'ਤੇ ਲੱਗੇ ਹੋਏ ਹੋ? ਹੁਣ ਤਾਂ ਮੇਰਾ ਸਟਾਫ ਵੀ ਸੋਚਦਾ ਕਿ ਮੈਂ ਪਾਗਲ ਹੋ ਗਿਆ ਅਤੇ ਇਕੱਲੇ ਹੀ ਗੱਲਾਂ ਕਰਦਾ ਰਹਿੰਦਾ। ਉਹ ਜਨਾਬ, ਲੋਕਾਂ ਨੂੰ ਮਾਰੋ ਗੋਲੀ, ਪਹਿਲਾਂ ਸਾਡੀ ਦੋ ਦੁਖੀ ਆਤਮਾਵਾਂ ਦੀ ਗੱਲ ਸੁਣੋ। ਇਹ ਵਿਚਾਰੀ ਬਹੁਤ ਤੜਪ ਤੜਪ ਕੇ ਮਰੀ ਹੈ। ਤੜਪ ਤੜਪ ਕੇ ਮਰੀ ਹੈ? ਉਹ ਕਿਵੇਂ? ਵਿਚਾਰੀ ਸੜਕ ਤੇ ਜਾ ਰਹੀ ਸੀ, ਸਾਹਮਣੇ ਟਰੱਕ ਆ ਰਿਹਾ ਸੀ। ਅੱਛਾ, ਟਰੱਕ ਅੱਗੇ ਆਈ ਜਾਵੇ, ਫਿਰ ਇਹ ਵੀ ਅੱਗੇ ਤੁਰੀ ਜਾਵੇ। ਓਹੋ, ਟਰੱਕ ਹੋਰ ਅੱਗੇ ਆਇਆ, ਹੋਰ ਅੱਗੇ, ਹੋਰ ਅੱਗੇ ਵਧ ਗਈ, ਇਹ ਹੋਰ ਅੱਗੇ ਗਈ, ਟਰੱਕ ਹੋਰ ਨੇੜੇ ਆ ਗਿਆ। ਉਹਦੇ ਥੱਲੇ ਆ ਕੇ ਮਰ ਗਈ? ਨਹੀਂ ਜਨਾਬ, ਉਹਨੇ ਨੇੜੇ ਆ ਕੇ ਬ੍ਰੇਕਾਂ ਮਾਰੀਆਂ। ਇਹਨੂੰ ਆਪਣਾ ਰਾਹ ਪੁੱਛਿਆ, ਉਹ ਆਪਣੇ ਰਾਹ, ਇਹ ਆਪਣੇ ਰਾਹ, ਉਹ ਆਪਣੇ ਰਾਹ, ਇਹ ਆਪਣੇ ਰਾਹ। ਪਰ ਤੜਪ ਤੜਪ ਕੇ ਕਿਵੇਂ ਮਰੀ ਫਿਰ? ਜਨਾਬ, ਇਹ ਜਦੋਂ ਪਿੰਡ ਪਹੁੰਚੀ ਬੱਸ ਫੜ ਕੇ, ਬੱਸ ਤੋਂ ਬਾਹਰ ਪੈਰ ਰੱਖਣ ਲੱਗੀ ਸੀ ਤੇ ਪੈਰ ਹੋ ਗਿਆ ਸਲਿਪ। ਉਦੋਂ ਫਿਰ ਕੋਈ ਡੂੰਗੀ ਸੱਟ ਵੱਜ ਗਈ ਹੋਣੀ ਤੇ ਉਹਦੇ ਨਾਲ ਤੜਪ ਤੜਪ ਕੇ ਮਰ ਗਈ, ਹੈ ਨਾ? ਉਹ ਨਹੀਂ ਜਨਾਬ, ਬੱਸ ਕੰਡਕਟਰ ਕਾਹਦੇ ਵਾਸਤੇ ਹੁੰਦੇ ਨੇ? ਜਦੋਂ ਉਹਨੇ ਸੋਹਣੀ ਜੀ ਕੁੜੀ ਦੇਖੀ, ਵਿਸਲ ਮਾਰਨ ਨੂੰ ਭੁੱਲ ਗਿਆ ਤੇ ਇਹਨੂੰ ਇਹੋ ਪੁੱਛ ਲਿਆ। ਉਹ ਯਾਰ, ਇਹ ਤੜਪ ਤੜਪ ਕੇ ਕਿਵੇਂ ਮਰੀ ਜਨਾਬ? ਘਰ ਗਈ, ਜਾਣ ਸਾਰੋਂ ਨੇ ਹਲਦੀ ਵਾਲਾ ਦੁੱਧ ਪੀਤਾ, ਸੱਟ ਵੱਜੀ ਸੀ ਨਾ ਵਿਚਾਰੀ ਦੇ। ਅੱਛਾ, ਲੇਟ ਗਈ, ਫਿਰ ਫਿਰ ਉੱਠੇ ਨੇ। ਪਰ ਯਾਰ, ਤੜਪ ਤੜਪ ਕੇ ਕਿਵੇਂ ਮਰੀ? ਜਾਨ ਏਡੀ ਸਖਾਲੀ ਥੋੜੀ ਨਿਕਲਦੀ ਹੈ, ਤੜਪ ਤੜਪ ਕੇ ਮਰੀ ਹੋ ਵਿਚਾਰੀ, ਇਹਦੀ ਗਤੀ ਕਰਾਓ। ਉਹ ਯਾਰ, ਗਤੀ ਤੁਸੀਂ ਮੇਰੀ ਕਰਾਓ, ਮੈਨੂੰ ਜਾਣ ਦਿਓ, ਮੈਂ ਪਾਗਲ ਹੋ ਗਿਆ। ਜੈ ਹਿੰਦ ਜਨਾਬ।
सॉरी 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 मान साहब लेट हो गया मैं। मुंडे कदों लेट आने हैं? लेट तो कुड़ियां आंदी हैं। ताना मैं वर्दी चेंज करन चला गया ना, बंदा वर्दी च डेट करता चंगा नहीं लगता। वर्दी च मुंडा प्रपोज करता चंगा लगता है ना? अगेन ताना सॉरी ना मान साहब हो गया लेट, मैनू पता मेरे बिना मेरी थानेदारनी भुखी बैठी होनी है। आप ऑर्डर करते हैं, मनु भी बड़ी भूख लगी है। वेटर सर, सर आपका बिल सर। बिल? यस सर। ओ यार असी ते हाले ऑर्डर करना है। ऑर्डर मैडम ने किया था सर। तू लंच कर ले मेरे बिना? यस। ओ भी है ना? टेंशन च मैनू बहुत भूख लगती है। तुसी बिल पे करना है करो नहीं मैं कर देनी है। ना ना बिल ते मैं पे कर देना, बिल दी कड़ी गल है? बिल तो देना ही पैना है, वो कांचे ने कड़ा बिल बिना जान देना। ले फड़। थैंक यू सर। वो किथे गई? वो मैं क्या मान साहब गलता सुनो। वैसे भी ते तेनू डिनर ही करना सी ना। वेरी फनी, डिनर राती हुंदा, दोपहरे 3 बजे नहीं। ते रात भी हो जाएगी, क्यों ना आपां उदों तक कोई गाना गुणा गा लिए। मान गई। जनाब पानी। अबे पालिया की हाल है? मेरा हाल तो ठीक है, पर तुहाडी पंबीरी कोई घूमी लगती है। हाँ यार ये प्यार भी ना बड़ी कुत्ती चीज है, बंदा हिल जांदा है। वैसे तेनू पता प्यार बारे प्यार की हुंदा? यस आई नो व्हाट इज ट्रू लव। लव हैज वैरायटी ऑफ इमोशंस, मेंटल स्टेजेस, टिपिकली स्ट्रांगली पॉजिटिवली एक्सपीरियंसेस। In the same way, the deeply interpersonal emotions and player of life, it can lead you to the dating, to the marriage, and so many other complications, you know. And you can love your family, you can love your parents, you can love your friends. Huh? Wow, inna gyan. Pyar bare oh bhi angrezi ch. Oh kanjra inna te sanu Punjabi ch nahi pata pyar bare. ਇੰਨਾ ਪੜ੍ਹਿਆ ਲਿਖਿਆ ਤੂੰ ਹੈਗਾ ਤੇ ਪੁਲਿਸ ਵਾਲਿਆਂ ਦੇ ਘਰ ਤੂੰ ਰੋਟੀ ਪਕਾਉਣਾ, ਤੈਨੂੰ ਤੇ ਆਪ ਪੁਲਿਸ ਹੋਣਾ ਚਾਹੀਦਾ। ਓ ਭਾਜੀ ਆਪਣੇ ਵੱਲੋਂ ਤਾਂ ਮੈਂ ਪੁਲਿਸ ਹੀ ਭਰਤੀ ਹੋਇਆ ਸੀ, ਮੈਨੂੰ ਕੀ ਪਤਾ ਸੀ ਕਿ ਇਹ ਜੌਬ ਵੀ ਕਰਨੀ ਪੈਂਦੀ ਹੈ। ਮਤਲਬ ਜਨਾਬ ਮਾਈ ਸੈਲਫ ਪਰਮਿੰਦਰ ਸਿੰਘ, ਅੱਜ ਹੀ ਟ੍ਰਾਂਸਫਰ ਹੋ ਕੇ ਆਇਆ, ਮੂੰਹ ਮਿੱਠਾ ਕਰੋ। ਬਰਫੀ ਤੇ ਬੜੀ ਸਵਾਦ ਹੈ। ਸਿਰਫ ਬਰਫੀ ਜਨਾਬ,
ਮੈਂ ਦੁਨੀਆ ਭਰ ਦੀਆਂ ਮਿਠਾਈਆਂ ਬਣਾ ਲੈਂਦਾ। ਹਲਵਾਈਆਂ ਦਾ ਮੁੰਡਾ ਜੋ ਆਇਆ। ਆਈ ਕੈਨ ਕੁੱਕ ਐਨੀ ਇੰਡੀਅਨ ਡਿਸ਼, ਆਈ ਕੈਨ ਕੁੱਕ ਸਟੋਰੀਜ਼ ਆਲਸੋ। ਕੀ ਕਹਿੰਦੇ ਨੇ ਜਨਾਬ? ਜੇ ਏਡਾ ਹੀ ਵੱਡਾ ਕੁੱਕ ਹੈ ਤੇ ਕੱਲ ਤੋਂ ਤੇਰੀ ਡਿਊਟੀ ਸਾਡੇ ਕਿਚਨ 'ਚ, ਘਰੇ ਖਾਣਾ ਬਣਾਉਣਾ ਪਊ। ਇਹ ਕਿਹੜੀ ਡਿਊਟੀ ਹੋਈ ਜਨਾਬ? ਸ਼ਟ ਅਪ। ਸੌਰੀ ਸਰ, ਮੈਂ ਤਾਂ ਅੱਜ ਵੀ ਰੋਣਾ ਕਿ ਉਸ ਦਿਨ ਤੁਹਾਡਾ ਕਿਉਂ ਮੂੰਹ ਮਿੱਠਾ ਕਰਾਇਆ। ਸੌਰੀ ਯਾਰ, ਸਾਰਾ ਮੇਰੀ ਵਜ੍ਹਾ ਨਾਲ ਹੋਇਆ। ਹਾਂ, ਪਰ ਕੱਲ੍ਹ ਤੂੰ ਮੇਰਾ ਮੂੰਹ ਮਿੱਠਾ ਦੁਬਾਰਾ ਕਰਵਾ ਰਿਹਾ, ਕਿਉਂਕਿ ਕੱਲ੍ਹ ਤੋਂ ਤੂੰ ਪੁਲਿਸ ਦੀ ਨੌਕਰੀ ਦੁਬਾਰਾ ਜੁਆਇਨ ਕਰ ਰਿਹਾ। ਹੈਂ? ਸੱਚੀ ਜਨਾਬ? ਓਏ, ਕੀ ਹਾਲ ਹੈ ਤੁਹਾਡਾ? ਆ ਵੀ ਪਾਲਿਆ, ਤੈਨੂੰ ਚੰਗਾ ਡੀਐਸਪੀ ਨੇ ਚੁੱਲ੍ਹੇ ਚਾੜਿਆ, ਅੱਜ ਕਿਧਰੋਂ ਰਸਤਾ ਭੁੱਲ ਗਿਆ? ਅੱਜ ਤੋਂ ਮੈਂ ਰੋਜ਼ ਦਫ਼ਤਰ ਆਇਆ ਕਰੂੰ। ਆਖਾ ਮਿਠਾਈ। ਉਹ ਮਿਠਾਈ ਤਾਂ ਖਾ ਲਾਂਗੇ, ਪਹਿਲਾਂ ਇਹ ਦੱਸ, ਡੀਐਸਪੀ ਨੇ ਕੁੱਕ ਨਵਾਂ ਰੱਖ ਲਿਆ ਜਾਂ ਰੋਜ਼ੇ ਰੱਖ ਲਏ? ਉਹ ਕੁਛ ਨਹੀਂ ਰੱਖਿਆ। ਹਾਂ, ਮੈਨੂੰ ਤਾਂ ਡੀਐਸਪੀ ਬਦਲਿਆ ਬਦਲਿਆ ਬੰਦਾ ਲੱਗਦਾ। ਅੱਛਾ, ਕਈ ਵਾਰੀ ਲੱਗਦਾ ਉਹ ਬੰਦਾ ਹੈ ਹੀ ਨਹੀਂ। ਲੈ, ਉਹ ਇੱਦਾਂ ਕਿਉਂ ਬਈ? ਜੈ ਹਿੰਦ ਜਨਾਬ। ਇਹ ਨਵਾਂ ਅਫਸਰ ਹੈ? ਹੈ ਤਾਂ ਨਵਾਂ, ਪਰ ਬੰਦਾ ਬੜਾ ਕੱਬਾ, ਧਿਆਨ ਨਾਲ ਰਹਿਣਾ। ਆ, ਮੈਂ ਕਰ ਲੂੰਗਾ। ਲਓ ਸਰ ਜੀ, ਮੂੰਹ ਮਿੱਠਾ ਕਰੋ। ਪਰਮਿੰਦਰ ਸਿੰਘ, ਬੜੀ ਸਵਾਦ ਹੈ, ਕਿੱਥੋਂ ਲੈ ਕੇ ਆਇਆ? ਕਿਤੋਂ ਨਹੀਂ ਲਿਆਈਦੀ ਜੀ, ਸੈਲਫ ਮੇਡ ਹਲਵਾਈਆਂ ਦਾ ਮੁੰਡਾ। ਆਈ ਕੈਨ ਕੁੱਕ ਐਵਰੀ ਇੰਡੀਅਨ ਡਿਸ਼ ਐਂਡ ਆਈ ਕੈਨ ਕੁੱਕ ਸਟੋਰੀਜ਼ ਆਲਸੋ। ਕੀ ਕਹਿੰਦੇ ਨੇ ਜਨਾਬ? ਜਨਾਬ ਇਹ ਕਹਿੰਦੇ ਆ ਵੀ ਕੱਲ੍ਹ ਤੋਂ ਸਾਰਾ ਕੁਛ ਸਾਡੇ ਘਰੇ ਬਣਾਉਣਾ, ਠੀਕ ਹੈ? ਓ ਵਿਕਰਮ ਭਾਈ, ਕੀ ਹੋਇਆ ਤੈਨੂੰ? ਆ ਤੂੰ ਵੱਟਾ ਬਣੀ ਕਿਉਂ ਬੈਠਿਆ? ਕੁਛ ਨਹੀਂ ਯਾਰ, ਸਵੇਰੇ ਹੀ ਕੁੜੀ ਵੇਖੀ ਸੀ, ਸਾਲੀ ਐਸੀ ਦਿਮਾਗ ਤੇ ਚੜੀ ਹੈ ਕਿ ਦਾਰੂ ਹੀ ਨਹੀਂ ਚੜ੍ਹਦੀ ਪਈ। ਚੱਕ ਲਿਆਵਾਂ ਬਾਈ? ਨਹੀਂ ਯਾਰ, ਗਲੀਆਂ ਦੇ ਖਿੜਨ ਦਾ ਵੀ ਇੱਕ ਸਮਾਂ ਹੁੰਦਾ ਤੇ ਮਿਧਣ ਦਾ ਵੀ ਇੱਕ ਸਮਾਂ ਹੁੰਦਾ। ਉਹ ਛੇਤੀ ਕਰ, ਇੰਨੀ ਦੇਰ ਕਿਉਂ ਲਾਈ ਹੈ ਤੂੰ? ਹੁਣ ਪਤਾ ਲੱਗੇਗਾ ਸਰਕਾਰ ਨੂੰ ਸਾਡੀਆਂ ਸ਼ਰਤਾਂ ਨਾ ਮੰਨਣ ਦਾ ਨਤੀਜਾ। ਵਾਹ ਖਜੂ ਭਈਆ, ਮੰਜੇ ਵਿੱਚ ਜੇ ਕਿਹਨੇ ਵਛਾਇਆ, ਕਿੱਥੇ ਗੰਢੂ ਵਾਲਾ ਪਰਾਉਣਾ ਤਾਂ ਨਹੀਂ ਆਇਆ ਹੋਇਆ ਹੈ? ਆਇਓ ਬਾਬਾ ਜੀ। ਜਨਾਬ ਜੀ, ਜਨਾਬ ਹੈਂਡਸ ਅਪ। ਜੀ ਸਰ, ਹਾਲਾਤ ਕੰਟਰੋਲ ਵਿੱਚ ਨੇ, ਚੀਨੀ ਨਾਗਰਿਕ ਦੀ ਜਾਨ ਵੀ ਬਚਾ ਲਈ ਗਈ ਹੈ ਜੀ। ਓਵਰ। ਯੂ ਸੇਫ ਪੰਜਾਬ ਪੁਲਿਸ। ਮੈਂ ਸਾਲਿਓ ਸ਼ੁਕਰ ਕਰਾਉਣ ਵਾਲੀ ਕਰਾ ਲਈ ਆਪਣੇ ਆਪ ਨੂੰ, ਚੀਨੀ ਬੋਲ ਬੋਲ ਕੇ, ਚੀਨੀ ਬੋਲ ਬੋਲ ਕੇ। ਜਨਾਬ ਇੱਕ ਆਤੰਕਵਾਦੀ ਬਚ ਗਿਆ। ਤੇਰਾ ਕੱਖ ਨਾ ਰਹੇ, ਉਹ ਤੇਰਾ ਬੇੜਾ ਤਰਜੇ ਕੁਕਰਾ। ਅਈ ਉਹ ਮੱਕੀ ਪਾੜਦੀ ਉਹ ਖੋਤੀ ਦੇ ਪੁੱਤਰਾ। ਜਨਾਬ ਰਹਿਣ ਹੀ ਦਿਓ, ਕਿਉਂ ਗੋਲੀਆਂ ਖਰਾਬ ਕਰੀ ਜਾਂਦੇ?
ਝਲਾਈ ਦਾ ਨਿਸ਼ਾਨਾ। ਜੱਗਾ ਡੀਐਸਪੀ। ਉਹ ਮੈਂ ਹੀ ਹਾਂ ਜੱਗਾ, ਮੈਂ ਹੀ ਹਾਂ ਡੀਐਸਪੀ ਯਾਰ। ਡੀਐਸਪੀ ਕਦੋਂ ਬਣ ਗਿਆ? ਰੰਗ ਕਰਤਾਰ ਦੇ। ਉਹ ਮੇਰੇ ਯਾਰ, ਮੇਰੇ ਯਾਰ ਡੀਐਸਪੀ ਬਣ ਗਿਆ। ਚਲਾ ਸੁਖੀ ਨੂੰ ਇੱਕ ਵਾਰੀ ਫੇਰ ਤੋਂ ਰੇਪ ਜਿਹੇ ਘਿਨੌਣੇ ਅਪਰਾਧ ਦੀ ਵਜ੍ਹਾ ਕਾਰਨ ਦੇਸ਼ ਦੇ ਪੁਲਿਸ ਡਿਪਾਰਟਮੈਂਟ ਦਾ ਸਿਰ ਨੀਵਾਂ ਹੋਇਆ ਹੈ। ਇੱਕ ਸਟੂਡੈਂਟ ਨਾਲ ਰੇਪ ਕਾਰਨ ਇਸ ਘਟਨਾ ਨੂੰ ਲੈ ਕੇ ਪਿਛਲੇ 48 ਘੰਟਿਆਂ ਤੋਂ ਲੋਕਾਂ ਦੇ ਵਿੱਚ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਇਸ ਕੁੜੀ ਨੂੰ ਇਨਸਾਫ ਦਿਵਾਉਣ ਲਈ ਕੀ ਕਦਮ ਉਠਾਏ। ਸਰ ਸਰ ਤੁਸੀਂ ਇਸ ਘਟਨਾ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਪਹਿਲਾ ਕਰਾਂ ਕੀ ਹੋਏਗਾ ਕਿ ਕੋਈ ਇਸ ਕੁੜੀ ਨੂੰ ਇਨਸਾਫ ਮਿਲ ਪਾਏਗਾ? ਸਰ ਤੁਸੀਂ ਕੁਝ ਬੋਲਦੇ ਕਿਉਂ ਨਹੀਂ? ਸਰ 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 ਪੇਸ਼ੈਂਟ ਕੋਲ ਜ਼ਿਆਦਾ ਟਾਈਮ ਨਹੀਂ ਹੈ। ਇਹਦੇ ਨਾਲ ਬਹੁਤ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਔਰ ਮਲਟੀਪਲ ਰੇਪ ਹੋਇਆ ਹੈ ਅਤੇ ਸਬੂਤ ਮਿਟਾਉਣ ਲਈ ਲੋਹੇ ਦੀ ਰੋਡ ਨਾਲ ਸੁਖੀ, ਮੈਂ ਤੇਰਾ ਭਰਾ ਜੱਗਾ, ਮੈਂ ਛੱਡਦਾ ਇਸ ਵਕਤ ਬਹੁਤ ਦਰਦ ਵਿੱਚ। ਮੈਂ ਕੀ ਕਰਾਂ, ਮੈਂ ਮਜਬੂਰ, ਇਹ ਸਭ ਪੁੱਛਣਾ ਮੇਰੀ ਡਿਊਟੀ ਵੀ ਹੈ ਅਤੇ ਭਰਾ ਹੋਣ ਦੇ ਨਾਤੇ ਮੇਰਾ ਧਰਮ ਵੀ। ਕੌਣ ਸੀ ਉਹ ਵੀਰੇ? ਮੈਨੂੰ ਬਹੁਤ ਦਰਦ ਹੋ ਰਿਹਾ, ਡਾਕਟਰ ਨੂੰ ਕਿ ਮੈਨੂੰ ਮੌਤ ਦੇ ਦੇਵੇ। ਨਹੀਂ ਬੇਟਾ, ਬਸ ਦੱਸ ਕੌਣ ਸੀ ਉਹ ਵੀਰੇ? ਐਮਐਲਏ ਦਾ ਮੁੰਡਾ। ਵਿਕਰਮ ਦਾ ਅਰੈਸਟ ਵਾਰੰਟ ਨਿਕਲਵਾ। ਬੇਸ਼ੱਕ ਪੂਰੇ ਪੰਜਾਬ ਦੀ ਨਾਕਾਬੰਦੀ ਕਰੋ, ਸਵੇਰ ਤੱਕ ਮੈਨੂੰ ਵਿਕਰਮ ਚਾਹੀਦਾ, ਉਹ ਵੀ ਜ਼ਿੰਦਾ। ਬਲਾਤਕਾਰ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦਾ ਮੁਜਰਿਮ ਵਿਕਰਮ ਸਿੰਘ, ਜੋ ਕਿ ਐਮਐਲਏ ਨਿਰਭੈ ਸਿੰਘ ਦਾ ਪੁੱਤਰ ਹੈ, ਨੂੰ ਲੱਭਣ ਲਈ ਪੁਲਿਸ ਜਗ੍ਹਾ ਜਗ੍ਹਾ ਛਾਪੇਮਾਰੀ ਕਰ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਬਲਾਤਕਾਰ ਦੀ ਪੀੜਿਤ ਸੁਖੀ ਨਾਮ ਦੀ ਕੁੜੀ, ਜੋ ਕਿ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਗਈ ਸੀ, ਉਹਦੇ ਬਿਆਨਾਂ 'ਤੇ ਪੁਲਿਸ ਨੇ ਵਿਕਰਮ ਦੇ ਖਿਲਾਫ ਕੇਸ ਦਰਜ ਕਰ ਲਿਆ। ਸਾਰਾ ਪੁਲਿਸ ਪ੍ਰਸ਼ਾਸਨ ਤੇ ਮੀਡੀਆ ਇਹ ਜਾਣਨ ਲਈ ਉਤਸੁਕ ਹੈ ਕਿ ਇਹ ਕਿਸ ਨੇ ਕੀਤਾ, ਪਰ ਉਸ ਕੁੜੀ ਦੇ ਘਰਦਿਆਂ 'ਤੇ ਕੀ ਬੀਤ ਰਹੀ ਹੈ ਇਸ ਦੀ ਚਿੰਤਾ ਕਿਸੇ ਨੂੰ ਵੀ ਨਹੀਂ ਹੈ।
ਮੈਂ ਮਰ ਗਈ। ਜੱਗਾ ਜੱਗਾ ਤਾਇਆ ਕਿਹਾ ਨਹੀਂ ਕੈਨੇਡਾ, ਮੈਨੂੰ ਤਾਂ ਲੱਗਿਆ ਤੂੰ ਤੁਰ ਗਿਆ ਹੋਏਗਾ। ਹੁਣ ਤਾਂ ਤੁਰ ਜਾ, ਹੁਣ ਤਾਂ ਕੈਨੇਡਾ 'ਚ ਵੀ ਡੋਟੇ ਮਿਲਣੇ ਸ਼ੁਰੂ ਹੋ ਗਏ। ਜੱਗਿਆ ਤੂੰ ਸੱਚੀ ਜਿਉਂਦਾ? ਅਸੀਂ ਤਾਂ ਪਿੰਡ ਵਾਲਿਆਂ ਤੈਨੂੰ ਤੋਰਤਾ ਸੀ, ਤੂੰ ਵਾਪਸ ਕਿਵੇਂ ਆ ਗਿਆ? ਪਿੰਡ ਵਾਲਿਆਂ ਦੇ ਪਿਆਰ ਸਦਕੇ ਹੀ ਵਾਪਸ ਆ ਗਿਆ। ਉਹ ਜੱਗਾ ਜਿਉਂਦਾ ਹੈ? ਉਹ ਪਿੰਡ ਵਾਲਿਓ, ਉਹ ਜੱਗਾ ਜਿਉਂਦਾ ਹੈ? ਉਹ ਜੱਗਾ ਜਿਉਂਦਾ ਹੈ? ਉਹ ਜੱਗਾ ਜਿਉਂਦਾ ਹੈ? ਪਿੰਡ ਵਾਲਿਓ, ਉਹ ਜੱਗਾ ਜਿਉਂਦਾ ਹੈ? ਜੱਗਿਆ 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 ਸਾਡੀ ਸੁੱਖੀ ਨਹੀਂ ਰਹੀ ਜੱਗਿਆ। ਸਾਡੀ ਸੁੱਖੀ ਨਹੀਂ ਰਹੀ ਨਾ ਤਾਂ ਰਹਿਣ ਕੇ ਉਹ ਵੀ ਨਹੀਂ ਚਾਚੀ, ਜੱਗਾ ਜੇ ਮਰਿਆ ਨਹੀਂ ਜੱਗਾ ਜਾਂਦਾ ਹੈ। ਹੁਣ ਮੈਨੂੰ ਠੰਡੀ ਉਹ ਸ਼ਾਮ ਲੱਭਣੀ, ਪਿੰਡ ਵਾਲੀ ਸੁੱਚੀ ਉਹ ਥਾਂ ਨਹੀਂ ਜਹਿਨ ਜਨਾਬ। ਅੱਜ ਨਹੀਂ ਕਾਮਰੇਡ, ਅੱਜ ਨਹੀਂ, ਅੱਜ ਮੈਂ ਬਹੁਤ ਪਰੇਸ਼ਾਨ ਹਾਂ। ਜਨਾਬ ਇੱਥੇ ਕੋਈ ਤੁਹਾਡੇ ਤੋਂ ਵੀ ਜ਼ਿਆਦਾ ਪਰੇਸ਼ਾਨ ਹੈ, ਬਸ ਮੇਰੇ ਕਹਿਣ 'ਤੇ ਇੱਕ ਵਾਰੀ ਮਿਲ ਲਓ, ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਕਾਮਰੇਡ ਪਲੀਜ਼, ਮੈਨੂੰ ਇਕੱਲਾ ਰਹਿਣ 'ਤੇ। ਤੁਸੀਂ ਤਾਂ ਬੜੀ ਦੇਰ ਤੋਂ ਇਕੱਲੇ ਹੋ, ਇਸੇ ਕਰਕੇ ਤਾਂ ਕਹਿ ਰਿਹਾ ਕਿ ਮਿਲ ਲਓ। ਆ ਜਾ ਬੀਬਾ, ਆ ਜਾ। ਉਹ ਨਹੀਂ ਮਿਲਣਾ ਯਾਰ। ਜਨਾਬ ਬੜੀ ਦੁਖੀ ਰੂਹ ਹੈ, ਇੱਕ ਵਾਰੀ ਮਿਲ ਲਓ, ਗਤੀ ਹੋ ਜੂ ਉਹਦੀ। ਮੈਂ ਨਹੀਂ ਕਰਾਉਣੀ ਕਿਸੇ ਦੀ ਗਤੀ ਗੁਤੀ। ਮੈਂ ਨਹੀਂ ਬੋਲਣਾ ਬੇਬੇ ਤੇਰੇ ਨਾਲ, ਬਿਨਾਂ ਪਿਓ ਦੇ ਵੀ ਤੂੰ ਮੈਨੂੰ ਕਦੀ ਪਿਓ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਮੇਰੀ ਮਾਂ ਵੀ ਤੂੰ ਸੀ, ਮੇਰਾ ਪਿਓ ਵੀ ਤੂੰ ਸੀ, ਮੇਰਾ ਤਾਂ ਰੱਬ ਵੀ ਤੂੰ ਸੀ। ਤੈਨੂੰ ਪਤਾ ਮੈਂ ਘਰ ਆ ਲੱਗੇ ਕਈ ਵਾਰੀ ਦੇਰ ਕਰ ਦਿੰਦਾ, ਪਰ ਆਉਂਦਾ ਤੇ ਸੀ। ਉਸ ਦਿਨ ਕਿਉਂ ਨਹੀਂ ਉਡੀਕਿਆ ਮੈਨੂੰ? ਇੰਨੀ ਛੇਤੀ ਹੌਸਲਾ ਛੱਡ ਕੇ ਵੇਖ, ਮੈਂ ਤੇ ਵਾਪਸ ਆ ਗਿਆ, ਹੁਣ ਮੈਂ ਆਪਣੀ ਬੇਬੇ ਨੂੰ ਕਿੱਥੋਂ ਲੈ ਕੇ ਆਵਾਂ? ਚੁੱਪ ਕਰ ਜੱਗਿਆ, ਤੈਨੂੰ ਪਤਾ ਨਾ
ਤੈਨੂੰ ਰੋਂਦਿਆਂ ਵੇਖ ਚੱਲ ਨਹੀਂ ਸਕਦੀ ਮੈਂ। ਜੇ ਮੇਰਾ ਵਸ ਚੱਲਦਾ ਨਾ ਪੁੱਤ, ਤੈਨੂੰ ਮੌਤ ਦੇ ਮੂੰਹ ਚੋਂ ਵਾਪਸ ਮੋੜ ਲਿਆਉਂਦੀ ਮੈਂ। ਉਹਨਾਂ ਨੇ ਕਿਹਨਾਂ ਨੇ ਅੱਖਾਂ ਨਾਲ ਤੇਰੀ ਲਾਸ਼ ਨੂੰ ਦੇਖਿਆ ਸੀ ਪੁੱਤ, ਮੇਰੀ ਕਦੇ ਕਿੱਦਾਂ ਹੁੰਦੀ। ਮੈਨੂੰ ਰੋ ਕੇ ਨਾ ਵਿਦਾ ਕਰ ਜੱਖਿਆ। ਜੋ ਲੋਕ ਖੁਸ਼ੀ ਖੁਸ਼ੀ ਵਿਦਾ ਹੁੰਦੇ ਨੇ ਉਹ ਅਸਮਾਨ ਚ ਤਾਰਾ ਬਣ ਜਾਂਦੇ ਨੇ। ਤੈਨੂੰ ਜਦੋਂ ਵੀ ਮੇਰੀ ਯਾਦ ਆਵੇ ਨਾ ਅਸਮਾਨ ਵੱਲ ਵੇਖੀ, ਸਭ ਤੋਂ ਵੱਧ ਚਮਕਦਾ ਤਾਰਾ ਤੇਰੀ ਮਾਂ ਹੋਊਗੀ। ਪਰ ਜੇ ਤੂੰ ਕਦੇ ਉਦਾਸ ਹੋਇਆ ਨਾ ਉਹ ਤਾਰਾ ਚਮਕਣਾ ਨਹੀਂ ਟੁੱਟ ਜਾਣਾ। ਹੁਣ ਮੈਨੂੰ ਜਾਣਾ ਪੈਣਾ, ਚੁੱਕ ਚੁੱਕ ਜੀਵੇ ਮੇਰਾ ਲਾਲ ਜਵਾਨੀ ਅਮਾਣੇ। ਅੱਗੇ ਤੁਹਾਡਾ ਕੋਈ ਕੰਮ ਰੁਕਿਆ ਦੱਸੋ ਮੈਨੂੰ ਪਹਿਲਾਂ। ਹੈਂ, ਬਸ ਤੁਸੀਂ ਮਾਲ ਭੇਜ ਦਿਓ, ਪੈਸਾ ਮੈਂ ਤੁਹਾਡੇ ਅਕਾਊਂਟ 'ਚ ਟ੍ਰਾਂਸਫਰ ਕਰਾ ਦੇਵਾਂਗਾ। ਹਾਂਜੀ, ਕਿੱਦਾਂ ਵਿਕਰਮ ਕਿੱਥੇ ਆ? ਮੇਰੇ ਪੁੱਤਰ ਵਾਸਤੇ ਰਿਸ਼ਤਾ ਲੈ ਕੇ ਆਇਆ। ਰਿਸ਼ਤਾ ਨਹੀਂ, ਸੁੱਖੀ ਦੇ ਰੇਪ ਔਰ ਮਰਡਰ ਦੇ ਕੇਸ ਦਾ ਅਰੈਸਟ ਵਾਰੰਟ ਲੈ ਕੇ ਆਇਆ। ਇੰਨੀ ਛੋਟੀ ਜੀ ਗੱਲ, ਇੰਨਾ ਰੌਲਾ, ਇੰਨਾ ਗੁੱਸਾ, ਨਹੀਂ, ਸਿਹਤ ਵਾਸਤੇ ਠੀਕ ਨਹੀਂ ਪੁੱਤਰ। ਹਰ ਬੰਦੇ ਦੇ ਪੈਰਾਂ ਦੀ ਜੁੱਤੀ ਹੁੰਦੀ ਹੈ, ਪਾ ਲਈ ਹੰਡਾ ਲਈ ਤੇ ਜਦੋਂ ਕਿਸ ਗਈ ਉਦੋਂ ਨਵੀਂ ਲੈ ਲਈ, ਹੈ ਨਾ? ਕਿਉਂ, ਤੇਰੇ ਵਾਸਤੇ ਇੰਨੀ ਛੋਟੀ ਜਿਹੀ ਗੱਲ ਹੈ? ਇੱਕ 23-24 ਸਾਲ ਦੀ ਕੁੜੀ ਦਾ ਰੇਪ ਤੇ ਮਰਡਰ ਹੋਇਆ, ਉਸ ਪਰਿਵਾਰ ਤੇ ਕੀ ਬੀਤ ਰਹੀ ਹੈ, ਕੁਛ ਅੰਦਾਜ਼ਾ ਹੈ ਤੈਨੂੰ? 10-12 ਲੱਖ ਰੁਪਈਆ ਉਹਦੇ ਮਾਂ ਪਿਓ ਨੂੰ ਭਜਵਾ ਦੇਣਾ। ਡੀਐਸਪੀ, ਇਸ ਦੁਨੀਆ 'ਚ ਹਰ ਚੀਜ਼ ਵਿਕਦੀ ਹੈ, ਖਰੀਦਣ ਵਾਲਾ ਚਾਹੀਦਾ। ਉਹ ਕੁੜੀ ਮੈਨੂੰ ਆਪਣਾ ਵੀਰਾ ਕਹਿੰਦੀ ਸੀ, ਤੇ ਵਿਕਰਮ ਨੂੰ ਫਾਂਸੀ ਤੇ ਲਟਕਾਏ ਬਿਨਾਂ ਮੰਨਦਾ ਨਹੀਂ ਮੈਂ। ਮੰਨ ਲਿਆ ਤੂੰ ਵਿਕਰਮ ਨੂੰ ਫੜ ਲਿਆ, ਕੀ ਕਰੇਗਾ? ਉਸੇ ਦਿਨ ਉਸੇ ਵੇਲੇ ਉਹਦੀ ਜ਼ਮਾਨਤ ਹੋ ਜਾਣੀ ਹੈ, ਫਿਰ ਕੇਸ ਚੱਲੂਗਾ, ਕਿਸੇ ਨੇ ਗਵਾਹੀ ਨਹੀਂ ਦੇਣੀ, ਫਿਰ ਤੇਰੀ ਵਰਦੀ ਉਤਰੂਗੀ। ਆਈਡੀਐਸਪੀ, ਵੱਡੇ ਘਰਾਂ ਦੇ ਬੱਚੇ ਇਹੋ ਜਿਹਾ ਪੁੱਤਖਾਨਾ ਕਰਦੇ ਰਹਿੰਦੇ ਨੇ, ਬੁਰਾ ਨਹੀਂ ਮੰਨੀਦਾ। ਚੱਲ ਜਾ।
ਧਿਆਨ ਦੇਣ ਨੂੰ ਰਾਹ ਚ ਹੀ ਖੜ ਗਿਆ, ਉਹ ਵੀ ਮੇਰੇ। ਕਿਆ ਬਾਤਾਂ ਡੀਐਸਪੀ, ਉਸ ਦਿਨ ਤੂੰ ਫਾਰਮ ਹਾਊਸ ਤੇ ਆ ਕੇ ਆਪਣੀ ਹਿੰਮਤ ਖਾਈ ਸੀ, ਪਰ ਅੱਜ ਤੂੰ ਬੇਵਕੂਫੀ ਕਰ ਰਿਹਾ ਬੇਵਕੂਫੀ, ਕਿਉਂਕਿ ਅੱਜ ਤੈਨੂੰ ਇੱਥੋਂ ਜਾਣ ਲਈ ਆਪਣੀ ਜਾਨ ਦੇਣੀ ਪਊਗੀ। ਠੋਕ ਦਿਓ ਇਹਨੂੰ। ਕਿਉਂ ਫੜੋ ਸਾਲੇ ਨੂੰ। ਜੱਗੇ ਦੀ ਪਿੱਠ ਤੇ ਗੋਲੀ ਤੇ ਮਾਰ ਸਕਦਾ ਹੈ, ਪਰ ਜੱਗੇ ਦੇ ਜਿਗਰ ਤੇ ਗੋਲੀ ਮਾਰਨ ਲਈ ਜਿਗਰਾ ਚਾਹੀਦਾ। ਤੇਰੀ ਕਿਸਮਤ ਚ ਇੰਨੀ ਸੌਖੀ ਮੌਤ ਨਹੀਂ ਹੋਣੀ ਚਾਹੀਦੀ। ਛੋਟੀ ਜਿਹੀ ਬੱਚੀ ਸੀ ਯਾਰ, ਅਸੀਂ ਤੇ ਪਿਆਰ ਨਾਲ ਉਹਨੂੰ ਗੁੱਡੋ ਗੁੱਡੋ ਕਹਿੰਦੇ ਸੀ, ਕਿਸੇ ਨੇ ਖਿਡੋੜਾ ਹੀ ਸਮਝ ਲਏ। ਚਲੀਏ ਕਿੱਥੇ ਜਾਣਾ, ਕਿਤੇ ਵੀ ਸ਼ਹਿਰ ਤੋਂ ਬਾਹਰ ਹੀ ਲੈ ਲੈ। ਬਸ ਇੱਥੇ ਹੀ ਰੋਕਦੇ। ਕੁਛ ਨਹੀਂ ਹੋਣਾ, ਇਹ ਕੇਸ ਵੀ ਫਾਈਲਾਂ ਚ ਰੁਲ ਕੇ ਬੰਦ ਹੋ ਜਾਣਾ। ਕਿੰਨੇ ਮਜਬੂਰਾਂ ਸੀ, ਜੇ ਉਸ ਜਾਨਵਰ ਨੂੰ ਫੜ ਵੀ ਲਵਾਂਗੇ ਤਾਂ ਆਪਣੇ ਰਸੂਖ ਦੇ ਦਮ ਤੇ ਦੋ ਦਿਨਾਂ ਚ ਛੁੱਟ ਜਾਏਗਾ। ਕ੍ਰਾਈਮ ਰੇਟ ਥੱਲੇ ਨਹੀਂ ਆ ਸਕਦਾ ਇੱਥੇ। ਹਰ 15 ਮਿੰਟ ਇੱਕ ਰੇਪ ਕੇਸ ਹੁੰਦਾ ਹੈ, ਤੇ ਮੁਜਰਮ ਵੈਸੇ ਤਾਂ ਫੜੇ ਜਾਂਦੇ ਨਹੀਂ, ਜੇ ਕੋਈ ਫੜਿਆ ਵੀ ਜਾਏ ਤਾਂ 80% ਬੇਲ ਲੈ ਕੇ ਬਰੀ ਹੋ ਜਾਂਦੇ ਨੇ। ਖੂਨ ਖੋਲਦਾ ਹੈ ਇਸ ਦੇਸ਼ ਦਾ ਸਿਸਟਮ ਦੇਖ ਕੇ। ਹਾਂ, ਕਿੰਨੇ ਮਜਬੂਰ ਆ ਸੀ, ਕਰ ਵੀ ਕੀ ਸਕਦੇ। ਕਿਉਂ ਨਹੀਂ ਕਰ ਸਕਦੇ, ਜੇ ਉਹ ਮੇਰੇ ਹੱਥ ਲੱਗ ਜਾਵੇ ਤਾਂ ਮੈਂ ਉਹਨੂੰ। ਜੇ ਤੇਰੇ ਹੱਥਾਂ 'ਚ ਤਾਂ ਕੀ ਮਤਲਬ, ਜੇ ਵਿਕਰਮ ਤੇਰੇ ਹੱਥਾਂ 'ਚ ਆਏ ਤਾਂ ਕੀ ਕਰੇਂਗੀ। ਜੇ ਉਹ ਮੇਰੇ ਹੱਥ ਲੱਗ ਜਾਵੇ ਤਾਂ ਮੈਂ ਉਹਦੀ ਖਾਲ ਉਧੇੜ ਦੇਵਾਂ, ਸਾਰੀ ਰਾਤ ਮਾਰ ਮਾਰ ਕੇ ਉਹਨੂੰ ਮਾਰ ਹੀ ਦੇਵਾਂ, ਤੇ ਸ਼ਹਿਰ ਤੋਂ ਬਾਹਰ ਲਿਆ ਕੇ ਪੁਲ ਤੋਂ ਪੁੱਠਾ ਡੰਗ ਦੇਵਾਂ। ਕੀ ਹੋਇਆ? ਵੈਸੇ ਹਰਲੀਨ ਇਸ ਵਕਤ ਤੂੰ ਸ਼ਹਿਰ ਤੋਂ ਬਾਹਰ ਪੁਲ ਤੇ ਹੀ ਖੜੀ ਹੈ। ਇਹ ਕਿਹਨੇ ਕੀਤਾ?
ਚਲੋ ਵੀ ਫਿਰ ਦੁੱਲੇ ਦੇ ਪਿਓ ਨੂੰ ਵੀ ਬੁਲਾ ਲੋ। ਸਿਆਪਾ ਮੁਕਾਈਏ ਤੇ ਭੁੱਖ ਵੀ ਬਹੁਤ ਲੱਗੀ ਆ। ਪੁਲਿਸ ਪ੍ਰਸ਼ਾਸਨ ਅਤੇ ਇਲਾਕੇ ਵਿੱਚ ਉਸ ਵੇਲੇ ਭਾਰੀ ਸਨਸਨੀ ਫੈਲ ਗਈ ਜਦੋਂ MLA ਦੇ ਪੁੱਤਰ ਵਿਕਰਮ ਸਿੰਘ ਦੀ ਲਾਸ਼ ਨਹਿਰ ਦੇ ਪੁਲ ਹੇਠ ਲਟਕਦੀ ਹੋਈ ਮਿਲੀ। ਇਸ ਕਤਲ ਪਿੱਛੇ ਕੌਣ ਹੋ ਸਕਦਾ ਹੈ, ਇਸ ਗੱਲ ਦਾ ਪੁਲਿਸ ਦੇ ਹੱਥ ਕੋਈ ਵੀ ਸਬੂਤ ਨਹੀਂ ਲੱਗਾ। ਨਹੀਂ ਸਕਦੇ, ਲੇਕਿਨ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ ਮਰਡਰ ਤੋਂ ਪਹਿਲਾਂ ਇਸ ਦੀ। ਜੇ ਜਿਉਂਦਾ ਵੀ ਰਹਿੰਦਾ ਨਾ ਕਦੇ ਪਿਓ ਨਹੀਂ ਬਣ ਸਕਦਾ ਸੀ। ਤੁਸੀਂ ਸਮਝ ਰਹੇ ਹੋ ਨਾ ਮੇਰੀ ਗੱਲ ਨੂੰ? I said shut up! Shut up! ਮੈਂ ਪੁੱਛਦਾ ਕਿਹਨੇ ਕੀਤਾ ਹੈ? ਤਲ ਮੈਂ ਕਾਤਲ ਕੋਈ ਵੀ ਹੋ ਸਕਦਾ, ਇਹਨਾਂ ਲੋਕਾਂ ਵਿੱਚ ਵੀ ਕੋਈ ਹੋ ਸਕਦਾ, ਤੁਹਾਡਾ ਕੋਈ ਪੁਰਾਣਾ ਦੁਸ਼ਮਣ ਹੋ ਸਕਦਾ, ਵਿਕਰਮ ਦਾ ਪੁਰਾਣਾ ਦੁਸ਼ਮਣ ਹੋ ਸਕਦਾ, ਕੋਈ ਤੁਹਾਡਾ ਸਤਾਇਆ ਹੋਇਆ ਹੋ ਸਕਦਾ, ਉਹ ਸੁੱਖੀ ਜਿਹਦਾ ਪਿੱਛੇ ਜਿਹਾ ਮਰਡਰ ਹੋਇਆ ਉਸਦਾ ਭਰਾ ਜਾਂ ਪਿਓ ਵੀ ਹੋ ਸਕਦਾ। ਪਰ ਨਹੀਂ, ਉਸਦਾ ਭਰਾ ਪਿਓ ਤਾਂ ਕੋਈ ਹੈ ਹੀ ਨਹੀਂ, ਉਹ ਤਾਂ ਇਕੱਲੀ ਸੀ ਵਿਚਾਰੀ। ਪਰ ਇਹ ਵੀ ਤਾਂ ਹੋ ਸਕਦਾ ਕਿ ਉਸਨੇ ਕਿਸੇ ਨੂੰ ਆਪਣਾ ਭਰਾ ਬਣਾਇਆ ਹੋਵੇ, ਹੋ ਸਕਦਾ ਉਸਦਾ ਭਰਾ ਪੁਲਿਸ 'ਚ ਹੋਵੇ, ਔਰ ਸ਼ਾਇਦ ਉਸਦਾ ਭਰਾ ਪੁਲਿਸ 'ਚ DSP ਹੋਵੇ। ਪਰ ਇਹ ਵੀ ਤਾਂ ਹੋ ਸਕਦਾ ਕਿ ਉਸ ਪੁਲਿਸ ਆਫਿਸਰ ਦਾ ਨਾਮ ਜੱਗਾ ਹੋਵੇ। ਤੂੰ ਸੋਚਦਾ ਹੋਏਗਾ ਨਾ ਕਿ ਦਲਜੀਤ ਜੱਗਾ ਕਿਵੇਂ ਹੋ ਗਿਆ? ਜਦ ਬੰਦੇ ਦੇ ਵਿੱਚ ਜ਼ਮੀਰ ਜਾਗਦਾ ਹੈ ਨਾ, ਤਾਂ ਦਲਜੀਤ ਵਰਗਾ ਬੰਦਾ ਵੀ ਜੱਗਾ ਬਣਦਾ। ਵੈਸੇ ਮੇਰੀ ਸਲਾਹ ਮੰਨੇ ਤਾਂ ਤੂੰ ਵੀ ਆਪਣੇ ਅੰਦਰ ਦਾ ਜੱਗਾ ਜਿਉਂਦਾ ਕਰ ਲੈ, ਨਹੀਂ ਤਾਂ ਵਾਹਿਗੁਰੂ ਭਲੀ ਕਰੇਗਾ। ਝੂਠੇ ਪਰਚੇ ਪਾੜ ਪਾੜ ਕੇ ਸੱਚੇ ਠੋਕ ਕਰਦਾ ਹੈ, ਮੰਨਦਾ ਹੈ ਉਸ ਰੱਬ ਨੂੰ ਨਾ ਹੋਰ ਕਿਸੇ ਤੋਂ ਡਰਦਾ ਹੈ। ਮੋਹਾਲੀ ਦੇ MLA ਸਰਦਾਰ ਨਿਰਭੈ ਸਿੰਘ ਦਾ ਅਚਾਨਕ ਲਾਪਤਾ ਹੋ ਜਾਣਾ ਪੁਲਿਸ ਪ੍ਰਸ਼ਾਸਨ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਸੇ ਵੀ ਤਰ੍ਹਾਂ ਦੀ ਸੂਹ ਨਾ ਮਿਲਣ ਕਰਕੇ ਪੁਲਿਸ ਅੱਗੇ ਵੱਡੀ ਚੁਣੌਤੀ ਖੜੀ ਹੋ ਗਈ ਹੈ। ਫਿਰੌਤੀ ਲਈ ਵੀ ਅਜੇ ਕੋਈ ਕਾਲ ਨਹੀਂ ਆਈ, ਜਿਸ ਕਰਕੇ ਮਾਮਲਾ ਕਿਸੇ ਹੋਰ ਤਰਫ ਨੂੰ ਤੁਰਦਾ ਨਜ਼ਰ ਆ ਰਿਹਾ ਹੈ। ਬੁਰਿਆਂ ਦੇ ਨਾਲ ਬਹੁਤ ਬੁਰਾ ਤੇ ਚੰਗਿਆਂ ਦੇ ਨਾਲ ਚੰਗਾ, ਚੰਗਿਆਂ ਦੇ ਨਾਲ ਚੰਗਾ, ਓਏ ਨਾਨੀ ਯਾਦ ਕਰਾ ਦੇ ਉਹਦੀ ਲੈਂਦਾ ਜਿਹੜਾ ਪੰਗਾ, ਲੈਂਦਾ ਜਿਹੜਾ ਪੰਗਾ, ਓ ਬੁਰਿਆਂ ਦੇ ਨਾਲ ਬਹੁਤ ਬੁਰਾ ਤੇ ਚੰਗਿਆਂ ਦੇ ਨਾਲ ਚੰਗਾ, ਓ ਨਾਨੀ ਯਾਦ ਕਰਾ ਦੇ ਉਹਦੀ ਲੈਂਦਾ ਜਿਹੜਾ ਪੰਗਾ, ਓ ਗਊ ਗਰੀਬ ਨੂੰ ਦੱਬਕੇ ਜਿਹੜਾ, ਗਊ ਗਰੀਬ ਨੂੰ ਦੱਬਕੇ ਜਿਹੜਾ ਵਾਂਗ ਤਫੰਗਾ ਟਾਉਂਦਾ ਏ। ਜਨਾਬ ਇੱਥੇ ਵੀ ਕੁਛ ਨਹੀਂ ਮਿਲਿਆ ਜੀ। ਜਨਾਬ MLA ਸਾਹਿਬ ਜੱਗਾ ਜਿਉਂਦਾ ਏ, ਜਿਉਂਦਾ ਏ ਜੱਗਾ। What?
ललकारा देसी जे जट दा बड़े बदमाशां दा बीपीआ घटदा जेड़े कम्मां नूं तौबा करदी आ दुनिया उन्हां कम्मां दे मुंडा पिछे पिछे भजदा चाचे ताए काले रहिंदे इट गड़काउण नूं डरदे ना रेडी रहिंदे परचे गराउण नूं एंटी मदाना विच मंगदे ने माफियां साडे आले रेडी रहिंदे इट खड़काउण नूं सिरे लईए कम्म कदे छड्डी ना कसर फोकियां फेरां दा साडे उत्ते ना असर बिना लंघदा ना वैली कोई पिंड चो पुछे बिना मार जू परिंदा किवें पर दिल्ली विच गैंग यार कप्पा बड़ा तेरा कैलिफोर्निया जिथे हुंदा साडा डेरा फिर पता लगू तैनू वैर किनू कहिंदे मार किते काका मजेरीए च गेड़ा जीत कलसी जग्गा जिउंदा है।